ਕੋਈ ਵੀ ਹਿੰਦੂ ਕਾਂਗਰਸ ਨੂੰ ਵੋਟ ਪਾਊਗਾ ਸਾਬ ਉਹ ਆਪਣੇ ਆਪ ਦੀਆਂ ਜੜਾਂ ਵੱਡੂਗਾ ਸਾਬ ਕਾਂਗਰਸ ਨੂੰ ਸਬਕ ਸਿਖਾਣ ਦੀ ਲੋੜ ਜਦੋਂ ਕਿਸੇ ਨੂੰ ਸੈਕੰਡ ਕਲਾਸ ਤੁਸੀਂ ਕਹਿੰਦੇ ਹੋ ਨਾ ਵੀ ਆ ਸੈਕੰਡ ਕਲਾਸ ਸਿਟੀਜ਼ਨ ਹੈ ਸਾਬ ਉਹ ਚੁੱਪ ਦੀਏਗਾ ਸ਼ੀਸ਼ੇ 'ਚ ਖੜੇ ਹੋ ਕੇ ਦੇਖ ਲੈਣ ਸਾਬ ਵੀ ਤੁਸੀਂ ਸੈਕੰਡ ਕਲਾਸ ਸਿਟੀਜ਼ਨ ਹੋ ਫਿਰ ਤੇ ਜਾ ਕੇ ਕਾਂਗਰਸ ਨੂੰ ਵੋਟ ਪਾਇਓ ਜੇ ਤੁਹਾਨੂੰ ਲੱਗੇ ਵੀ ਕਾਂਗਰਸ ਤੁਹਾਨੂੰ ਬੇਇੱਜ਼ਤ ਕਰ ਰਹੀ ਹੈ ਫਿਰ ਵੋਟ ਆਪ ਦੀ ਮਰਜ਼ੀ ਨਾਲ ਪਾਓ ਕਿਸੇ ਨੂੰ ਪਾ ਦਿਓ ਪਰ ਕਾਂਗਰਸ ਵੋਟ ਡਿਜ਼ਰਵ ਨਹੀਂ ਕਰਦੀ ਸਰ ਨਾ ਤਾਂ ਸਿੱਖਾਂ ਦੇ ਵੋਟ ਡਿਜ਼ਰਵ ਕਰਦੀ ਨਾ ਹੀ ਹਿੰਦੂਆਂ ਦੇ ਵੋਟ ਡਿਜ਼ਰਵ ਕਰਦੀ ਜਦੋਂ ਤੁਹਾਨੂੰ ਸੀਐਮ ਨਹੀਂ ਬਣਾਇਆ ਤੁਹਾਨੂੰ ਇਹ ਲੱਗਿਆ ਕਿ ਕਾਂਗਰਸ 'ਚ ਹਿੰਦੂ ਹੋਣਾ ਸ਼ਰਾਫ ਆ ਜਾਂ ਮੈਂ ਵੈਸੇ ਪੁੱਛਾਂ ਕਾਂਗਰਸ 'ਚ ਅੱਜਕੱਲ ਵੀ ਹਿੰਦੂ ਹੋਣਾ ਸ਼ਰਾਫ ਕਾਂਗਰਸ ਪਾਰਟੀ ਸਮਝਦੀ ਹੈ ਵੀ ਹਿੰਦੂ ਹੋਣਾ ਪਾਪ ਹੈ ਇਹਨਾਂ ਨੇ ਚੰਨੀ ਨੂੰ ਬਣਾਣਾ ਸੀਗਾ ਤੇ ਬਣਾ ਦਿੰਦੇ ਫਿਰ ਆ ਹਿੰਦੂ ਵਾਲਾ ਤੁਸੀਂ ਹਿੰਦੂ ਕਹਿ ਕੇ ਕਿਉਂ ਸਿਰਫ ਉਹਨੂੰ ਬਣਾਉਣ ਵਾਸਤੇ ਸੁਨੀਲ ਦੇ ਉੱਤੇ ਇਲਜ਼ਾਮ ਲਾਤਾ ਇਸ ਗੱਲ ਤੇ ਹੱਕ ਚ ਨਿਤਰਿਆ ਕੌਣ ਯਾਨੀ ਹਰਪ੍ਰੀਤ ਸਿੰਘ ਸਵਾਦ ਨਹੀਂ ਆ ਗਿਆ ਗੱਲ ਦਾ ਸਾਹ ਯਾਨੀ ਹਰਪ੍ਰੀਤ ਜੀ ਦਾ ਉਸ ਦਿਨ ਬਿਆਨ ਦੇਖਿਓ ਤੁਸੀਂ ਕੱਢ ਕੇ ਇੰਟਰਵਿਊ ਉਹਨਾਂ ਨੇ ਕਿਹਾ ਕਹਿੰਦਾ ਪੰਜਾਬ ਦੇ ਅੰਦਰ ਹਿੰਦੂ ਸਿੱਖ ਦਾ ਕੋਈ ਸਵਾਲ ਨਹੀਂ ਸਾਹਿਬ ਆਦਵਿੰਦਰ ਜੀ ਤੁਸੀਂ ਬੜੇ ਘੋਕ ਕੇ ਹਿਸਟਰੀ ਦਾ ਵੀ ਤੁਹਾਨੂੰ ਪੂਰਾ ਉਦਬ ਧਿਆਨ ਰੱਖਦੇ ਹੋ ਤੁਸੀਂ ਦੇਖੋ ਯਾਨੀ ਗੁਰਮੁਖ ਸਿੰਘ ਮੁਸਾਫਰ ਤੋਂ ਲੈ ਕੇ ਬਹੁਤ ਲੰਬਾ ਸਫ਼ਰ ਹੈ ਕਿੰਨੇ ਬਣੇ ਹੈ ਜੀ ਕਿਤੇ ਕਿਤੇ ਹਿੰਦੂ ਸਿੱਖ ਦੀ ਗੱਲ ਆਈ ਸਾਹਿਬ ਵੀ ਤੁਸੀਂ ਲਸ਼ਮਣ ਸਿੰਘ ਗਿੱਲ ਨੂੰ ਵੜਾ ਰਹੇ ਹੋ ਜਾਂ ਪ੍ਰਕਾਸ਼ ਸਿੰਘ ਬਾਦਲ ਬਣ ਰਹੇ ਅਗਰ ਗੁਰੂ ਦੇ ਸਿੱਖ ਹੋ ਸਾਹਿਬ ਤਾਂ ਠੋਕੋ ਕਾਂਗਰਸ ਨੂੰ ਕਿਉਂਕਿ ਇਹ ਗੁਰੂ ਦੀ ਉਸ ਦੇ ਖਿਲਾਫ ਹੈ ਆਸ਼ੂਰਾਂ ਦਾ ਨਾਮ ਚੱਲਿਆ ਸੀਗਾ ਵੀ ਕਾਂਗਰਸ ਦਾ ਪ੍ਰਧਾਨ ਬਣਾਣਾ ਜਦੋਂ ਆਪਾਂ 2022 ਦਾ ਰਿਜ਼ਲਟ ਆਇਆ ਉਹਦੇ ਬਾਅਦ ਪ੍ਰੋਮੀਨੈਂਟਲੀ ਆਲਮੋਸਟ ਡਿਸਾਈਡਿਡ ਸਾਈਡ ਲਾਈਨ ਕਰਤਾ ਜੀ ਉਦੇ ਬਾਅਦ ਦੌੜੀ ਮਾਰ ਪਈ ਹੁਣ ਟਿਕਟ ਕੱਟਤੀ ਲੋਕ ਤਾਂ ਭਾਜਪਾ ਨੂੰ ਪੋਲਰਾਈਜੇਸ਼ਨ ਦੀ ਗੱਲ ਕਰਦੇ ਇਹ ਕਾਂਗਰਸ ਬਜਿੱਦ ਹੈ ਵੀ ਅਸੀਂ ਹਿੰਦੂ ਲੀਡਰਸ਼ਿਪ ਨਿਊ ਬਰਨ ਦੇਣੀ ਹਿੰਦੂਆਂ ਨੇ ਕਦੇ ਕਲੇਮ ਨਹੀਂ ਕੀਤਾ ਸਾਬ ਕਿਸੇ ਦਿਨ ਇਹਨੂੰ ਸੁਨੀਲ ਜਾਖੜ ਨੇ ਕਦੇ ਨਹੀਂ ਕਿਹਾ ਸੀ ਬਚਾ ਕੇ ਸੁਨੀਲ ਤਾਂ ਐਮਐਲਏ ਨਹੀਂ ਸੀ ਸੁਪੀਰ ਬਾਦਲ ਨੇ ਦਾ ਸਟੇਟਮੈਂਟ ਦਿੱਤੀ ਕਿ ਏਜੰਸੀਆਂ ਕੇਂਦਰ ਪੰਜਾਬ ਦੇ ਅੰਦਰ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਆ ਆਰਐਸਐਸ ਖਤਮ ਕਰਨਾ ਚਾਹੁੰਦੀ ਹੈ ਸਾਡੇ ਤੇ ਏਜੰਸੀਆਂ ਕੰਮ ਕਰ ਰਹੀਆਂ ਅਮਰਤਪਾਲ ਵਰਗੇ ਲੋਕ ਲਿਆਂਦੇ ਤਾਂਗੇ ਪਹਿਲਾਂ ਤਾਂ ਤੁਸੀਂ ਉਹਨਾਂ ਨਾਲ ਰਲ ਕੇ ਕੈਂਡੀਡੇਟ ਖੜਾ ਕਰਨ ਨੂੰ ਫਿਰਦੇ ਸੀਗੇ ਗਦਾਰੀ ਕਰਕੇ ਰਾਜੇ ਵੜਿੰਗ ਵਰਗਿਆਂ ਦੇ ਬਿਆਨ ਆ ਗਏ ਫਿਰਦਾ ਇਹਨਾਂ ਨੂੰ ਤਾਂ ਚਲੋ ਇਹ ਕੁਝ ਲੋਕ ਆਪਣੀ ਔਕਾਤ ਜਿਤਾਤੇ ਹਨ ਪਤਾ ਲੱਗਿਆ ਸਾਬ ਕਹਾਂ ਤਾਂ ਗਏ ਪਰ ਇਨਕੀ ਔਕਾਤ ਤਾਂ ਪਤਾ ਲੱਗੀ ਮੈਂ ਕਿਹਾ ਨਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁਰਸੀ ਦਾ ਕਦ ਬਿਜਾਤਾ ਸਾਬ ਇਹ ਲੋਕ ਹੈ ਇਹਨਾਂ ਨੇ ਕੁਰਸੀ ਬੇੜਾ ਗਰਕ ਕਰਤਾ ਤਿੰਨ ਡਿਸਟ੍ਰਿਕਟ ਸੀਗੇ ਜੀ ਇਹ ਸ਼੍ਰੀਮਾਨ ਜੀ ਕੋਲ ਤਿੰਨ ਡਿਸਟ੍ਰਿਕਟ ਇਹਦੇ ਕੋਲ ਸੀਗੇ ਕਿਹਦੇ ਕੋਲੇ ਜਿਹਦੇ ਸਾਲੇ ਦਾ ਨਾਮ ਆ ਰਿਹਾ ਹੈ ਜਿਹੜਾ ਉਹ ਫਰੀਦਕੋਟ ਮਾਰਿਆ ਗਿਆ ਹੈ ਕੁਟਾਰੀਆ ਸਾਹਿਬ ਸ਼ਰਮ ਨਹੀਂ ਆਈ ਸਾਬ ਕਾਂਗਰਸ ਪਾਰਟੀ ਨੂੰ ਹੈ ਜੀ ਆਦਮੀ ਨੂੰ ਇੱਥੇ ਤੁਸੀਂ ਉਹ ਕਹਿੰਦਾ ਮੇਰਾ ਲੈਣਾ ਦੇਣਾ ਹੀ ਨਹੀਂ ਤੁਹਾਡਾ ਲੈਣਾ ਦੇਣਾ ਤਾਂ ਨਹੀਂ ਉਹ ਘਰ ਵਾਲੇ ਕਹਿ ਰਹੇ ਹੈ ਵੀ ਮੈਂ ਗੁਰੂ ਮਹਾਰਾਜ ਦੇ ਹੱਥ ਰੱਖ ਕੇ ਕਹਿ ਦਿੰਨੀ ਇਹਨਾਂ ਲੋਕਾਂ ਨੂੰ ਆਏ ਸਭ ਨਕਲੀ ਤੇ ਅਸਲੀ ਸਿੱਖ ਦਾ ਮੈਂ ਪਹਿਲਾਂ ਤਾਂ ਬਗੰਦ ਵਾਂਜੀ ਨੂੰ ਵੀ ਇਹਨਾਂ ਦੋਸਤਾਂ ਨੂੰ ਲਵਾ ਦੂੰਗਾ ਵੀ ਅਮਰਸ਼ਾਹ ਜੀ ਤੈਨੂੰ ਕਹੋ ਯਾ ਤਾਂ ਕਾਰਵਾਈ ਐ ਕਰਨ ਨਹੀਂ ਤਾਂ ਤੁਸੀਂ ਕਰੋ ਸਾਹਿਬ ਇੱਕ ਅਦਾ ਕੋਈ ਕਾਂ ਟੰਗ ਕੇ ਮਾਰ ਕੇ ਟੰਗਣਾ ਪਊਗਾ ਪਰ ਉਨੀਤ ਬਿੱਟੂ ਨੇ ਵੀ ਕਿਹਾ ਕਿ ਜੇ ਮੈਂ ਐਮਪੀ ਬਣਿਆ ਔਰ ਸਾਡੀ ਸਰਕਾਰ ਬਣੀ ਤਾਂ ਮੈਂ ਕਟਾਰੀਏ ਵਾਲਾ ਕੇਸ ਵੀ ਸੀਬੀਆਈ ਤੋਂ ਜਾਂਚ ਕਰਵਾਉਂਗਾ ਕਿਉਂਕਿ ਵੀ ਆਵਸਰ ਕਰਨੇ ਤਾਂ ਬੰਦ ਕਰਤਾ ਹੋਣੀ ਚਾਹੀਦੀ ਐ ਸਭ ਬਿਲਕੁਲ ਇਹਦੇ ਚ देयर इज ਅ স্মੋਕਿੰਗ ਗਨ ਮੈਂ ਐ ਨਹੀਂ ਕਹ ਰਿਹਾ ਵੀ ਕੋਈ ਬੰਦਾ ਮੰਤਰੀ ਬਣਦਾ ਉਹਨੂੰ ਲਾਇਸੈਂਸ ਮਿਲ ਗਿਆ ਕਿ ਵੀ ਤੁਸੀਂ ਬੰਦੇ ਮਾਰਦੇ ਹੋ ਉਹਦੇ 10 ਦਿਨਾਂ ਦੇ ਬਾਅਦ ਕੇਸ ਫਾਈਲ ਹੋ ਜਾਂਦਾ ਸੀ ਕਾਂਗਰਸ ਵਾਲੇ ਪਿੱਟਦੇ ਨੇ ਕਿ ਰਾਜੇ ਵਿੜਿੰਗ ਤੇ ਜੇ ਕਾਰਵਾਈ ਹੋ ਜਾਏ ਸ਼ਾਇਦ ਕੋਈ ਹੋਰ ਪ੍ਰਧਾਨ ਆ ਜਾਏ ਨਹੀਂ ਤਾਂ ਕਾਂਗਰਸ ਇੰਨੀ ਕੰਪਰੋਮਾਈਜ਼ ਹੋ ਜੂ ਖਤਮਾ ਕਿੱਡਾ ਮਤਲਬ ਗੋਡੇ ਟੇਕ ਰੱਖੇ ਸਾਬ ਉਹ ਜਿਹੜੇ-ਜਿਹੜੇ ਤੇ ਉਂਗਲ ਕੀਤੀ ਆ ਤਾਂ ਭਗਵੰਦ ਮਾਨ ਜੀ ਨੂੰ ਨੋਟਿਸ ਦੇ ਦਿਓ ਵੀ ਸ਼੍ਰੀਮਾਨ ਯਾ ਤਾਂ ਜਿਨ੍ਹਾਂ ਦੇ ਨਾਮ ਲਏ ਆ ਤੂੰ ਦਰਖਤ ਪਰਚਾ ਦਰਜ ਕਰ ਜਾਂ ਕਲੀਨ ਚਿੱਟ ਦੇ ਦੇ ਤੇ ਤੇਰੇ ਤੋਂ ਨਹੀਂ ਹੁੰਦੇ ਤੇ ਤੂੰ ਸਾਨੂੰ ਦੇ ਦੇ ਕੇਸ ਅਸੀਂ ਇਹਨਾਂ ਨੂੰ ਯਾਦਾ ਅੰਦਰ ਕਰਨ ਵਾਲੇ ਦਾ ਅੰਦਰ ਕਰ ਦਾਂਗੇ ਪਗੜੀ ਪਾਣ ਨਾਲ ਕੋਈ ਸਰਦਾਰ ਨਹੀਂ ਬਣਦਾ ਸਾਲ ਸਰਦਾਰੀ ਕਮਾਣ ਵਾਸਤੇ ਸਰਦਾਰੀ ਕਮਾਣੀ ਪੈਂਦੀ ਹੈ ਸਾਲ ਮੈਂ ਸਮਝਦਾ ਮੈਂ ਸਰਦਾਰੀ ਕਮਾਈ ਹੈ ਲੋਕਾਂ ਦੇ ਨਾਲ ਖੜਕੇ ਕਹਿੰਦੇ ਜੀ ਬੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਕਾਂਗਰਸ ਦੇ ਪ੍ਰਚਾਰਕ ਪ੍ਰਚਾਰਕ ਬਣੇ ਬੈਠੇ ਹੈ ਮੈਂ ਕਿ ਲੋਕ ਇੰਨੇ ਭੋਲੇ ਹੈ ਵੀ ਜਿਹੜੇ ਲੋਕ ਹੈ ਉਹਨਾਂ ਨੂੰ ਆਹ ਭੁੱਲ ਗਏ ਵੀ ਆਹ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਰੜੇ ਹੋਏ ਹੈ ਤੁਸੀਂ ਇਹਨਾਂ ਤੋਂ ਤਵਕਕ ਕਰਦੇ ਹੋ ਤਾਂ ਤੁਹਾਨੂੰ ਜਸਟਿਸ ਦਵਾ ਦੇਣਗੇ ਉੱਤ ਰਾਹੁਲ ਨੇ ਖੁਦ ਬੋਲੇ ਕਿ ਪਹਿਲੀ ਵਾਰ ਹਿਸਟਰੀ ਚ ਹੋ ਰਿਹਾ ਮੈਂ ਆਮ ਆਦਮੀ ਨੂੰ ਵੋਟ ਪਾਉਂਗਾ ਸੋ ਮੈਂ ਸਰਦਾਰ ਬਲਕੌਰ ਸਿੰਘ ਨੂੰ ਪੁੱਛਣਾ ਚਾਹੁੰਦਾ ਵੀ ਅੱਖਾਂ ਖੋਲੋ ਬਲਕੌਰ ਸਿੰਘ ਜੀ ਕਰੀ ਕੀ ਜੰਦੇ ਹੋ ਤੁਸੀਂ ਪ੍ਰਤਾਪ ਬਾਜਵਾ ਕਹਿ ਰਿਹਾ ਕਿ ਬੀਜੇਪੀ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਮਾਹੌਲ ਚੱਲ ਰਿਹਾ ਫਰਿੰਜ ਐਲੀਮੈਂਟ ਲਿਆ ਕੇ ਕਹਿੰਦੇ 84 ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ ਪਰਤਾਜ ਬਾਜਵਾਜੀ ਵਰਗਿਆਂ ਦੀ ਸੋਚ ਮੈਂ ਨਾਮ ਨਹੀਂ ਲੈਣਾ ਮੈਂ ਕਿਹਾ ਤਿੰਨ ਗਤਾ ਆਗੇ ਛੱਟ ਦੇ ਅੰਦਰ ਇਹ ਵੀ ਉਸੇ ਕੈਟਾਗਰੀ ਚ ਆਉਂਦੇ ਇਹਨਾਂ ਦਾ ਦਾ ਨਹੀਂ ਲੱਗਿਆ ਆਕਾਲੀ ਦਲ ਦੇ ਨਾਲ ਲੈਂਸ ਹੋ ਜੇ ਤਾਂ ਬੀ ਜੀ ਪੀ ਦੀ ਪੀਸ਼ਨ ਹੋਰ ਜ਼ਿਆਦਾ ਵਧੀਆ ਹੋਏਗੀ ਆਕਾਲੀ ਦਲ ਵੀ ਪੀਸ਼ਨ ਵੀ ਠੀਕ ਹੋਊਗੀ ਆਕਾਲੀ ਦਲ ਦਾ ਫਿਊਚਰ ਹੁਣ ਤੁਸੀਂ ਕੀ ਦੇਖਦੇ ਹੋ ਪੰਜਾਬੀ ਹੋਣ ਦੇ ਨਾਤੇ ਮੈਂ ਕਹਿੰਦਾ ਵੀ ਆਕਾਲੀ ਦਲ ਦਾ ਵਜੂਦ ਇੱਕ ਅੱਛੇ ਲੀਡਰ ਉੱਤੇ ਦਾ ਲੋਡ ਹੈ ਜਦੋਂ ਮੈਂ ਕਿਹਾ ਸੀ ਵੀ ਆਕਾਲੀ ਦਲ ਓਰੀਜਨਲ ਇਸ ਨੋਟ ਅਕਾਲੀ ਦਲ ਇੱਕ ਸਿਰਫ ਰੀਜIONAL ਪਾਰਟੀ ਨਹੀਂ ਹੈ ਸਾਬ ਅਕਾਲੀ ਦਲ ਦਾ ਇੱਕ ਯੂਨੀਕ ਡਿਸਟਿੰਕਟ ਆਇਡੈਂਟੀਟੀ ਹੈ ਉਹ ਪੰਥ ਦੀ ਨਮਾਇਆ ਕੌਮ ਹੈ ਸਾਬ ਬਦਲ ਸਾਹਿਬ ਚ ਚੀਫ ਮਿਨਿਸਟਰ ਸੀਗੇ ਕਿ ਨਹੀਂ ਸੀਗੇ ਉਹਨਾਂ ਦੀ ਗੱਲ ਤਾਂ ਸੁਣੀ ਜਾਂਦੀ ਸੀ ਸਾਬ ਅੱਜ ਪੋਜੀਸ਼ਨ ਆ ਗਈ ਐ ਜੀ ਪੀਸੀ ਦੇ ਪ੍ਰਧਾਨ ਨੂੰ ਐਸਡੀਐਮ ਨਹੀਂ ਉਸ ਤੋਂ ਫੜਦਾ ਸਾਬ ਤਾਂ ਆਪਾਂ ਇੰਸਟੀਚਿਊਸ਼ਨਸ ਨੂੰ ਮਜ਼ਬੂਤ ਕਰੀਏ 13 ਸੀਟਾਂ ਚੋਂ ਕੀ ਦੇਖ ਦਿਆਂ ਬੀਜੇਪੀ ਦੇ ਬਾਰੇ ਤੁਹਾਡੀ ਤੁਸੀਂ ਪ੍ਰਧਾਨ ਹੋਗੇ ਨੈਸ਼ਨਲ ਲੀਡਰਸ਼ਿਪ ਨਾਲ ਵੀ ਗੱਲਬਾਤ ਹੁੰਦੀ ਹੈ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਤੁਹਾਡੀ ਵਾਰ ਕਿਹਾ ਜਾਂਦਾ ਤੁਸੀਂ ਪਿੰਡਾਂ ਦੀ ਪਾਰਟੀ ਨਹੀਂ ਹੋ ਇੱਕ ਪਰਸੈਪਸ਼ਨ ਉਹ ਟੁੱਟੂ ਕੀ ਪਰਸੈਪਸ਼ਨ ਵੀ ਤੋੜਾਂਗੇ ਕੁਝ ਲੋਕਾਂ ਨੇ ਕਿਸਾਨੀ ਦੇ ਨਾਮ ਦੇ ਉੱਤੇ ਦੁਕਾਨਾਂ ਖੋਲ੍ਹੀਆਂ ਉਹਨਾਂ ਨੇ ਅੱਜ ਇੱਕ ਗੱਗਰ ਮੁੱਦਾ ਖਤਮ ਹੋ ਜੇ ਤਾਂ ਦੁਕਾਨ ਬੰਦ ਹੱਟੀ ਬੰਦ ਹੋ ਜੂ ਲੱਗਦਾ ਵੀ ਹੈਗਾ ਕਿ ਗਰਾਊਂਡ ਤੇ 4 ਇਸ਼ੂ ਹੈਗੇ ਨੇ ਜੇ ਤੁਹਾਨੂੰ ਉਹਦਾ ਖੁੱਲਾ ਦਿਲ ਕਰਕੇ ਉਹਨਾਂ ਨੂੰ ਰੈਸੋਲਵ ਕਰਾ ਦਿੱਤਾ ਜਾਵੇ ਉਹਦਾ ਫਾਇਦਾ ਤਾਂ ਤੁਹਾਡੀ ਪਾਰਟੀ ਨੂੰ ਹੋਣਾ ਹੈ ਤੇ ਕਹ ਰਹੇ ਬਿਲਕੁਲ ਹੋਣਾ ਚਾਹੀਦਾ ਹੈ ਉਹ ਕੋਈ ਪਲਾਨ ਹੈ ਤੁਹਾਡੇ ਦਿਮਾਗ ਚ ਇੱਕ ਵਰਗ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਮੈਂ ਕਹਾਂ ਇਸ ਮਸਲੇ ਦੇ ਉੱਤੇ ਐ ਸੋਚਦਾ ਕਿ ਸ਼ਾਇਦ ਬੀਜੇਪੀ ਸਾਡੇ ਖਿਲਾਫ ਕੋਈ ਸਾਜ਼ਿਸ਼ ਕਰ ਰਹੀ ਹੈ ਉਹਨਾਂ ਨੂੰ ਖਦਸ਼ਾ ਆਗਾ ਜੇ ਪੰਜਾਬ ਦੇ ਅੰਦਰ ਐਮਐਸਪੀ ਇਥੋਂ ਖਤਮ ਕਰਦੇ ਐ ਸਾਬ ਤੇ ਸਭ ਤੋਂ ਪਹਿਲਾਂ ਧਰਨਾ ਦੇਣ ਵਾਲਾ ਸੁਨੀਲ ਜਾਖੜ ਹੋਊਗਾ ਸਾਬ ਆ ਮੇਰੀ ਗਾਰੰਟੀ ਹੈ ਸਾਬ ਇਹਨਾਂ ਨੇ ਚੰਨੀ ਨੂੰ ਬਣਾਉਣਾ ਸੀਗਾ ਤੇ ਬਣਾ ਦਿੰਦੇ ਫਿਰ ਆ ਹਿੰਦੂ ਵਾਲਾ ਤੁਸੀਂ ਹਿੰਦੂ ਕਹਿ ਕੇ ਕਿਉਂ ਸਿਰਫ ਉਹਨੂੰ ਬਣਾਉਣ ਵਾਸਤੇ ਸੁਨੀਲ ਦੇ ਉੱਤੇ ਇਲਜ਼ਾਮ ਲਾਤਾ ਲੁਧਿਆਣਾ ਸੀਟ ਪੂਰੀ ਸ਼ਹਿਰੀ ਸੀਟ ਹੈਗੇ ਹਨਾ ਔਰ ਆਸ਼ੂ ਹਰਾਂ ਨੂੰ ਐਂਡ ਤੱਕ ਕਿਹਾ ਕਾਂਗਰਸ ਨੇ ਐਂਡ ਤੱਕ ਉਹਨਾਂ ਨੂੰ ਭਲੇਖੇ 'ਚ ਰੱਖਿਆ ਕਿ ਤੁਹਾਨੂੰ ਟਿਕਟ ਦੇਵਾਂਗੇ ਕੱਲੇ ਉਹਨੂੰ ਭਲੇਖੇ ਨਹੀਂ ਰੱਖਿਆ ਜੀ ਕਈਆਂ ਨੇ ਮਾਰੇ ਆ ਕਈਆਂ ਨੇ ਠੋਕ ਕਈਆਂ ਨੂੰ ਠੋਕਿਆ ਨੇ ਮੈਂ ਇਸ ਕੋਕੀ ਤੁਸੀਂ ਉਸ ਗੱਲ ਨੂੰ ਅੰਡਰਸਟੈਂਡ ਕਰਦੇ ਹੋ ਮੈਂ ਤਾਂ ਹੀ ਸਵਾਲ ਕਰ ਰਿਹਾ ਬਹੁਤੇ ਲੀਡਰਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਰਾਜੀ ਬਲਿੰਗ ਨੇ ਕੋਰਪੋਰੇਸ਼ਨ ਨੇ ਪੁੱਛਿਆ ਗੈਟ ਦੋਸਾ ਤਾਂ ਕਹਿੰਦਾ ਮੈਂ ਇਹ ਕਹਿੰਦਾ ਸੀ ਮੈਨੂੰ ਗੈਟ ਦੋਤਾ ਪੁੱਛ ਲਓ ਹਨਾ ਮਤਲਬ ਜੇ ਤੁਸੀਂ ਪੋਲਿਟਿਕਸ ਕਿਉਂ ਕਰ ਰਹੇ ਹੋ ਪੋਲਿਟੀਕਲ ਬੰਦਾ ਤੇ ਇੰਟੈਲੈਕਚੁਅਲ ਤਾਂ ਹੁੰਦਾ ਸਾਰੀ ਜਨ ਨੂੰ ਜਾਣਦਾ ਹੁੰਦਾ ਸਕੂਲ ਜੇ ਤੂੰ ਪੜ ਕੇ ਆਏ ਅਮਰੀਕਾ ਲੋਨ ਨੂੰ ਕੋਈ ਨਾ ਵਾਰ ਦੇਣ ਵਾਲਾ ਵੀ ਸਾਡਾ ਬੰਦਾ ਨੌਵੀਂ ਪਾਸ ਹੈ ਸ਼ਾਇਦ ਦਸਵੀਂ ਪਾਸ ਹੈ ਅੱਛਾ ਤਾਂ ਉਹਨਾਂ ਨੂੰ ਲੱਗਦਾ ਕਿ ਇੰਡੀਆ ਵੀ ਕਬੱਡੀ ਉਹ ਆ ਇੱਥੇ ਐਗਰੀਕਲਚਰ ਨੂੰ ਇਸ ਤਰ੍ਹਾਂ ਖਤਮ ਕੀਤਾ ਜਾਏਗਾ ਇਸ ਕਰਕੇ ਉਹ ਪ੍ਰੋਟੈਸਟ ਆ ਉਹਦੇ ਚੋਂ ਨੂੰ ਲੱਗਦਾ ਮੋਦੀ ਹੋਵੇ ਜਾਂ ਕਾਂਗਰਸ ਹੋਵੇ ਉਹ ਦੋਨੋਂ ਵਾਰੀ ਕਹਿੰਦੇ ਨੇ ਕਿ ਸਹੀ 2014 ਚ ਕਾਂਗਰਸ ਜਦੋਂ ਲੋਕ ਸਭਾ ਚੋਣਾਂ ਹਾਰੀ ਤਾਂ ਇੱਕ ਕਮੇਟੀ ਬਣਾਈ ਗਈ ਐਂਟਨੀ ਕਮੇਟੀ ਐਂਟਨੀ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਕਿ ਕਾਂਗਰਸ ਕਿਉਂ ਹਾਰੀ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੋ ਧਿਆਨ ਜ਼ਿਆਦਾ ਮinority ਵੱਲ ਦੇ ਰਹੇ ਨੇ ਜਾਂ ਖਾਸ ਤੌਰ ਦੇ ਉੱਤੇ ਮੁਸਲਮਾਨਾਂ ਵੱਲ ਕਾਂਗਰਸ ਦੇ ਰਹੀ ਹੈ ਇਹ ਛੱਡ ਕੇ ਹਿੰਦੂ ਭਾਈਚਾਰੇ ਵੱਲ ਵੀ ਧਿਆਨ ਦੇਣਾ ਚਾਹੀਦਾ ਜੋ ਇੱਕ ਬੈਲੈਂਸ ਬਣਾਉਣ ਦੀ ਲੋੜ ਹੁੰਦੀ ਆ ਪੋਲਿਟਿਕਸ 'ਚ ਉਹ ਬਣਾਉਣ ਦੀ ਲੋੜਾ ਉਹ ਰੋਟਾਈ ਆਈ ਗਈ ਹੋਗੀ ਉਸ ਤੋਂ ਬਾਅਦ 19 ਵੀ ਆਇਆ 24 ਵੀ ਹੈ ਉਹਦੇ ਦਰਮਿਆਨ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਪੰਜਾਬ ਦੇ ਅੰਦਰ ਇਹ ਚਰਚਾ ਚੱਲੀ ਕਿ ਕਿਉਂ ਨਾ ਪੰਜਾਬ ਦਾ ਸੀਐਮ ਹਿੰਦੂ ਹੋਵੇ ਸੁਨੀਲ ਜਾਖੜ ਦਾ ਨਾਂ ਆਇਆ ਉਹਨਾਂ ਨੂੰ ਵੋਟਾਂ ਪਈਆਂ 43 ਪ੍ਰੋ ਪੰਜਾਬ ਟੀਵੀ ਨੇ ਖਬਰ ਬ੍ਰੇਕ ਕੀਤੀ ਸੀ ਉਦੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਇਗਨੋਰ ਕਰ ਦਿੱਤਾ ਗਿਆ ਕਾਰਡ ਦਲ ਦੇ ਉੱਤੇ ਖੇਡ ਦਿੱਤਾ ਗਿਆ ਪਰ ਜਦੋਂ ਦਲ ਸੀਐਮ ਬਣਾਇਆ ਗਿਆ ਤਾਂ 22 ਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਇਹ ਕਿਹਾ ਗਿਆ ਕਿ ਅਪਰਕਾਸ਼ ਦਾ ਪੋਲਰਾਈਜੇਸ਼ਨ ਹੋ ਗਿਆ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਅਪਰਕਾਸ਼ ਦੂਜੇ ਪਾਸੇ ਕਾਉਂਟਰ ਪੋਲਰਾਈਜੇਸ਼ਨ ਹੋ ਗਿਆ ਹੁਣ ਚਰਚਾ ਚੱਲ ਰਹੀ ਹੈ ਭਾਰਤ ਪੂਸ਼ਨ ਆਸ਼ੂ ਨੇ ਪਿਛਲੇ ਦਿਨੀ ਕਿਹਾ ਜੋ ਬਣਦੀ ਨਮਾਇੰਦਗੀ ਆ ਕਾਂਗਰਸ ਚ ਹਿੰਦੂ ਨੂੰ ਉਹ ਨਹੀਂ ਆ ਕਿ ਕਾਂਗਰਸ ਦਾ ਕ੍ਰਾਈਸਿਸ ਇਹ ਆ ਕਿ ਕਾਂਗਰਸ ਇੱਕ ਬੈਲੈਂਸ ਨਹੀਂ ਰੱਖ ਪਾਈ ਕਿਉਂਕਿ ਬੀਜੇਪੀ ਤਾਂ ਆਪਣੇ ਤਰੀਕੇ ਦੀ ਇੱਕ ਫਾਰ ਰਾਈਟ ਪੋਲਿਟਿਕਸ ਕਰਦੀ ਹੈ ਪਰ ਕਾਂਗਰਸ ਕੋਲੇ ਅਜੇ ਹੀ ਕਿਹੜੀ ਘਾਟ ਰਹੇਗੀ ਇਹਦੇ ਤੇ ਗੱਲਬਾਤ ਕਰਨ ਲਈ ਸਾਡੇ ਕੋਲੇ ਅੱਜ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਖੁਦ ਨੇ ਜਿਹੜੇ ਉਦੋਂ ਸ਼ਾਇਦ ਉਹਨਾਂ ਨੂੰ ਐ ਲੱਗਿਆ ਹੋਵੇ ਕਿ Hindu ਹੋਣਾ ਸ਼ਰਾਪ ਆ ਉਹਨਾਂ ਨੂੰ ਲੱਗਿਆ ਹੋਊਗਾ ਗੱਲਬਾਤ ਕਰਦੇ ਆ ਕਿ ਇਹੀ ਗੱਲ ਸੀ ਪਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਪੋਲਿਟਿਕਸ ਬਾਰੇ ਕਰਾਂਗੇ ਸਵਾਗਤ ਆ ਸਰ ਬਹੁਤ ਬਹੁਤ ਤੁਹਾਡਾ ਪਰੂਮ ਜੀ ਮਿਹਰਬਾਨੀ ਯਾਦਵਿੰਦਰ ਜੀ ਬਹੁਤ ਲੰਬੇ ਅਰਸੇ ਤੋਂ ਤੁਹਾਡੇ ਨਾਲ ਗੱਲਬਾਤ ਡਿਊ ਸੀ ਮੇਰੇ ਖਿਆਲ ਚ ਲਾਸਟ ਆਪਣੀ ਗੱਲਬਾਤ ਉਦੋਂ ਹੀ ਹੈ ਜਦੋਂ ਇਹਨਾਂ ਨੇ ਫਰਮਾਨ ਮੇਰੇ ਤੇ ਕੱਢਿਆ ਸੀਗਾ ਵੀ Hindu ਨੂੰ ਅਗਰ ਸੁਨੀਲ ਜਾਖੜ ਨੂੰ ਬਣਾਤਾ ਤੇ ਪੰਜਾਬ ਨੂੰ ਅੱਗ ਲੱਗ ਜੂਗੀ بس ਉਦੋਂ ਆਪਣੀ ਆਖਰੀ ਮੁਲਾਕਾਤ ਹੋਈ ਹੈ ਜੀ ਜੀ ਮੈਨੂੰ ਬਾਅਦ ਚ ਸਮਝ ਆਇਆ ਵੀ ਉਹਨਾਂ ਨੇ ਸੁਨੀਲ ਜਾਖੜ ਨਹੀਂ ਕਿਹਾ ਉਹਨਾਂ ਨੇ ਕਿਹਾ ਸੀ Hindu ਨੂੰ ਬਣਾਤਾ ਤਾਂ ਅੱਗ ਲੱਗ ਜੂਗੀ ਹਮ ਅੱਜ ਉਹ ਹਾਲਾਤ ਜਿਹੜੇ ਤੁਸੀਂ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ ਅਸਲ ਕਿਸਮ ਦੇ ਉਹ ਵੈਦ ਹੋ ਕਿ ਉਹ ਪੁਰਾਣੇ ਉਹ 나ੜੀ ਵੈਦ ਜਿਹੜੇ ਹੁੰਦੇ ਸੀ ਨਾ ਉਹ ਇੱਥੇ ਰੱਖ ਕੇ ਦਰਦ ਪਤਾ ਕਰ ਦਿੰਦੇ ਸੀਗੇ ਬਿਲਕੁਲ ਸਾਬ ਏ ਕੇ ਐਂਟਨੀ ਰਿਪੋਰਟ ਬਣੀ ਸੀ ਤੇ ਤੁਸੀਂ ਬੜਾ ਕੀਵਰਡ ਯੂਜ਼ ਕੀਤਾ ਉਸ ਚੋਂ ਬੈਲੈਂਸ ਬਣਾ ਕੇ ਰੱਖਣਾ ਸਾਬ ਆ ਹਿੰਦੁਸਤਾਨ ਜਿਹੜਾ ਆ ਇੱਕ ਸੈਕੂਲਰ ਮੁਲਕ ਹੈ ਇਹਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਸਭ ਤੋਂ ਜ਼ਰੂਰੀ ਹੈ ਸਾਬ ਉਸ ਬੈਲੈਂਸ ਨੂੰ ਮੈਂ ਪੰਜਾਬ ਦੇ ਸੰਦਰਭ ਚ ਤੁਹਾਨੂੰ ਕਹਾਂ ਤੇ ਆ ਉਸੇ ਦਾ ਇੱਕ ਐਗਜ਼ਾਮਪਲ ਲੈ ਲਓ ਵੀ ਜਿਵੇਂ ਹੁਣ ਸਾਡਾ ਤੋੜ ਵਿਛੋੜ ਹੋਇਆ ਅਕਾਲੀਆਂ ਨਾਲ ਬੀਜੇਪੀ ਪਾਰਟੀ ਦਾ ਉਹ ਸੀਗਾ ਬੇਸਿਕਲੀ ਕਨਸੈਪਟ ਸੀਗਾ ਵੀ ਹੋਣਾ ਛੋਟਾ ਭਰਾ ਤੇ ਵੱਡੇ ਭਰਾ ਵਾਲਾ ਕਨਸੈਪਟ ਖਤਮ ਕਰੋ ਬਰਾਬਰੀ ਦੀ ਗੱਲ ਕਰੋ ਹੂੰ ਤੇ ਮੈਂ ਸਮਝਦਾ ਆ ਇਹ ਸਮਾਜ ਜਿਹੜਾ ਹਿੰਦੂ ਸਮਾਜ ਪੰਜਾਬ ਦਾ ਜਿਹੜਾ ਸਮਾਜ ਹੈ ਇਹਦੇ ਵਿੱਚ ਕੋਈ ਆ ਨਹੀਂ ਵੀ ਆ ਛੋਟਾ ਹੈ ਇਹਦੇ ਗਿਣਤੀਆਂ ਇੰਨੀ ਐ ਐਨੇ ਪਰਸੈਂਟੇਜ ਐ ਅੱਜ ਤੱਕ ਮਨਤਾ ਹੀ ਨਹੀਂ ਸਮਝ ਆਈ ਪਰਸੈਂਟੇਜ ਕੀ ਐ ਕਿਹੜੀ ਪਰਸੈਂਟੇਜ ਤੇ ਕੌਣ ਫਿੱਟ ਹੁੰਦਾ ਪਰ ਉਹ ਜਿਹੜਾ ਬੈਲੈਂਸ ਬਣਾ ਕੇ ਰੱਖਣਾ ਹੈ ਨਾ ਸਾਬ ਉਹ ਬੈਲੈਂਸ ਬੜਾ ਜ਼ਰੂਰੀ ਹੈ ਹੂੰ ਇੱਕ ਪੰਜਾਬ 'ਚ ਵੈਸੇ ਤਾਂ ਮੈਂ ਤਾਂ ਆਪੇ ਦੇ ਅਗੇਂਸਟ ਆ ਬਹੁਤ ਸਾਰੇ ਅੱਜਕੱਲ ਕੋਰਟ ਨੇ ਵੀ ਆਰਡਰ ਕੀਤੇ ਵੀ ਗਨ ਕਲਚਰ ਖਤਮ ਕਰੋ ਗਾਣੇ ਖਤਮ ਕਰੋ ਪਰ ਪੰਜਾਬੀਆਂ ਦਾ ਜਿਹੜਾ ਚਾਹ ਬੰਦੂਕਾਂ ਕਾ ਨਹੀਂ ਜਾਂਦਾ ਨਹੀਂ ਤੁਸੀਂ ਦੇਖਿਆ ਹੋਣਾ ਦੋ ਕਿਸਮ ਦੀਆਂ ਬੰਦੂਕਾਂ 12 ਬੋਰ ਵਾਲੀਆਂ ਹੁੰਦੀਆਂ ਇੱਕ ਸਾਈਡ ਬਾਈ ਸਾਈਡ ਬੈਰਲ ਇੱਕ ਓਵਰ ਅੰਡਰ ਬੈਰਲ ਸੋ ਸੋਸਾਇਟੀ ਹੈਜ਼ ਟੂ ਬੀ ਸਾਈਡ ਬਾਈ ਸਾਈਡਸ ਆਬ ਯੂ ਕੈਨ ਨਾਟ ਹੈਵ ਇਟ ਓਵਰ ਅੰਡਰ ਵੀ ਆ ਹੁੰਦੇ ਆ ਆ ਹਿੱਟਾਂ ਇੱਕ ਨੰਬਰ ਦਾ ਦੋ ਨੰਬਰ ਦਾ ਫਰਸਟ ਕਲਾਸ ਸੈਕੰਡ ਕਲਾਸ ਜੋ ਦੰਕ ਕੇ ਸਾਨੂੰ ਸੈਕੰਡ ਕਲਾਸ ਤੁਸੀਂ ਕਹਿੰਦੇ ਹੋ ਨਾ ਵੀ ਆ ਸੈਕੰਡ ਕਲਾਸ ਸਿਟੀਜ਼ਨ ਹੈ ਸਾਬ ਉਹ ਚੁੱਪ ਦੀਏ ਗੱਲ ਉਹ ਉਹ ਜਿਹੜੀ ਹੈ ਅਜੇ ਵੀ ਕਿਤੇ ਨਾ ਕਿਤੇ ਇਟ ਰੈਂਕਲ ਸਮਵੇਅਰ ਮੈਂ ਤਾਂ ਆਪਣੇ ਆਪ ਨੂੰ ਕਦੇ ਵੀ ਕਿਉਂਕਿ ਮੈਨੂੰ ਤਾਂ ਮੇਰੇ ਪੁਰਾਣੇ ਚ ਆ ਨਹੀਂ ਵੀ ਇੱਥੇ ਹੀ ਹੈ ਮੇਰੇ ਤੋਂ ਤਾਂ ਪਤਾ ਨਹੀਂ ਕੀ ਲਰ ਜੇ ਪਹਿਲਾਂ ਪੁਰਾਣੀ ਕਾਂਗਰਸ ਦੇ ਅੰਦਰ ਵੀ ਜਾ ਕੇ ਕੋਈ ਮਿਸਿਸ 소ਨੀਆ ਗਾਨੀ ਜਾ ਕੇ ਕਹਿੰਦਾ ਸੁਨੀਲ ਜਾਖੜ ਤੋਂ Hindu ਵੀ ਨਹੀਂ ਹੈ ਜੀ ਕਹਿੰਦੇ ਉਹ ਕੈਸੇ ਕਹਿੰਦਾ ਉਹ ਤਾਂ ਜਾਟ ਹੈ ਮੇਰੇ ਕੋਲ ਤੁਹਾਡੇ ਆ ਕਾਂਗਰਸ ਪ੍ਰਧਾਨ ਦੀ ਕਲਿੱਪ ਹੀ ਹੈ ਮੈਂ ਤੁਹਾਨੂੰ ਭੇਜੂਗਾ ਆਪਣੇ ਸ਼ੋਅ 'ਚ ਬਾਤ ਚਰ ਨਾਲ ਲਗਾ ਲਿਓ ਜਿਸ ਚ ਇਹ ਕਹ ਰਿਹਾ ਭਾਈ ਉਹ ਤਾਂ ਸੁਨੀਲ ਜਾਖੜ ਤੋਂ जाट ਹੈ ਤਾਂ ਸੁਨੀਲ ਹੈ जाट ਸਾਹਿਬ ਆਮ ਪ੍ਰਾਊਡ ਆਫ ਮਾਈ ਆਇਡੈਂਟੀ ਮੈਂ ਪੰਜਾਬੀ ਹੋਣ ਦਾ ਮੈਨੂੰ ਫਖਰ ਮਾਨ ਹੈ ਸਾਹਿਬ ਮੇਰੇ ਤੇ ਮੈਂ ਸਮਝਦਾ ਵਾਹਿਗੁਰੂ ਦੀ ਬਖਸ਼ਿਸ਼ ਹੈ ਮੈਂ ਇੱਥੇ ਪੰਜਾਬ ਪੰਜਾਬੀ ਹਾਂ ਸਾਹਿਬ ਆਮ ਪ੍ਰਾਊਡ ਟੂ ਬੀ ਐਨ ਇੰਡੀਅਨ ਆਮ ਪ੍ਰਾਊਡ ਟੂ ਬੀ ਅ ਹਿੰਦੂ ਇਸ ਚ ਕੀ ਰੋਲਾ ਸਾ ਆਇਤਾ ਸਾਡਾ ਸੰਸਕਾਰ ਹੈ ਪੰਜਾਬ ਦਾ ਇਹਦੇ ਵਿੱਚ ਜਦੋਂ ਬੈਲੈਂਸ ਵਿਗਾਰਡਦੇ ਆ ਸਾਹਿਬ ਮੈਨੂੰ ਉਦੋਂ ਤਾਂ ਵੀ ਇਹਨਾਂ ਨਹੀਂ ਅਖਰਿਆ ਉਦੋਂ ਕਹਿਆ ਵੀ ਸੁਨੀਲ ਐ ਸੁਨੀਲ ਨੂੰ ਕਰਤਾ ਮੈਂ ਕਿਹਾ ਮਨੂੰ ਤੁਸੀਂ ਆਹ ਕਹਿੰਦੇ ਨੇ ਵੀ ਸੁਨੀਲ ਅਨਫਿਟ ਐ ਬਿਕਾਉਜ਼ ਐਮਐਲਏ ਨਹੀਂ ਨਿਭੜ ਗਈ ਸੀ ਗੱਲ ਤੁਸੀਂ ਹਿੰਦੂਆਂ ਗਈਆਂ ਤੁਹਾਡੇ ਅਸੀਂ ਖਬਰ ਬ੍ਰੇਕ ਕੀਤੀ ਸੀ ਤੁਹਾਨੂੰ ਵੋਟਾਂ ਪਈਆਂ ਜੀ ਜਦੋਂ ਜੀ ਤੁਸੀਂ ਬੜੇ ਕੋਹ ਕੇ ਹਿਸਟਰੀ ਦਾ ਵੀ ਤੁਹਾਨੂੰ ਪੂਰਾ ਉਧਰ ਧਿਆਨ ਰੱਖਦੇ ਹੋ ਤੁਸੀਂ ਦੇਖੋ ਯਾਨੀ ਗੁਰਮੁਖ ਸਿੰਘ ਮੁਸਾਫਰ ਤੋਂ ਲੈ ਕੇ ਬਹੁਤ ਲੰਮਾ ਸਫ਼ਰ ਐ ਕਿੰਨੇ ਬਣੇ ਐ ਜੀ ਕਿਤੇ ਕਿਤੇ ਹਿੰਦੂ ਸਿੱਖ ਦੀ ਗੱਲ ਆਈ ਸਾਹਿਬ ਵੀ ਤੁਸੀਂ ਲక్ష్మణ ਸਿੰਘ ਗਿੱਲ ਨੂੰ ਬਣਾ ਰਹੇ ਹੋ ਜਾਂ ਪ੍ਰਕਾਸ਼ ਸਿੰਘ ਬਾਦਲ ਬਣ ਰਹੇ ਹੈ ਜਾਂ ਬੀਬੀ ਪਟਲ ਬਣ ਰਹੇ ਹੈ ਜਾਂ ਸੱਚਰ ਬਣ ਰਹੇ ਆ ਉਸ ਤੋਂ ਉਦੋਂ ਤਾਂ ਜੁਆਇੰਟ ਪੰਜਾਬ ਸੀਗਾ ਸਾਹਿਬ ਜਦੋਂ ਦਾ ਪੰਜ ਪੰਜਾਬ ਨੂੰ ਕੱਟ ਕੇ ਪੰਜਾਬ ਛੋਟੀ ਜੀ ਪੰਜਾਬ ਬਣਾ ਲਿਆ ਉਹਦੇ ਬਾਅਦ ਮੈਂ ਤਾਂ 68 ਦੀ ਬਾਅਦ ਦੀ ਗੱਲ ਕਰੀ ਜਾਂਦਾ ਕਿਤੇ ਆਇਆ ਈਸ਼ੂ ਸਾਹਿਬ ਵੀ Hindu ਬਣਨਾ ਚਾਹੀਦਾ ਨਹੀਂ ਬਣਨਾ ਚਾਹੀਦਾ ਜੇ ਜਿਨ੍ਹਾਂ ਨੇ ਚੰਨੀ ਨੂੰ ਬਣਾਣਾ ਸੀਗਾ ਤੇ ਬਣਾ ਦਿੰਦੇ ਫਿਰ ਆ Hindu ਵਾਲਾ ਤੁਸੀਂ Hindu ਕਹਿ ਕੇ ਕਿਉਂ ਸਿਰਫ ਉਹਨੂੰ ਬਣਾਉਣ ਵਾਸਤੇ ਸੁਨੀਲ ਦੇ ਉੱਤੇ ਇਲਜ਼ਾਮ ਲਾਤਾ ਮੈਂ ਮੈਂ ਦੋਸ਼ ਨਹੀਂ ਸਮਝਦਾ ਸਾਬ ਆਈ ਆਈ ਬਲੀਵ ਕਾਂਗਰਸ ਪਾਰਟੀ ਇਹਨੂੰ ਇੱਕ ਸਮਝਦੀ ਹੈ ਵੀ Hindu ਹੋਣਾ ਪਾਪ ਹੈ ਪੰਜਾਬ ਦੇ ਅੰਦਰ ਆਈ ਆਈ ਡੋਨਟ نو ਉਹਨਾਂ ਦੀ ਆਪ ਦੀ ਗਿਲਟੀ ਕੌਨਸ਼ੀਅਸ ਹੈ ਜਾਂ ਕੋਈ ਇਸ ਕਿਸਮ ਦੀ ਆ ਗੱਲ ਮੈਂ ਹੁਣ ਜਦੋਂ ਸੌਰੀ ਮੈਂ ਤੁਸੀਂ ਵੀ ਆਸ਼ੂ ਜੀ ਦੀ ਗੱਲ ਕੀਤੀ ਮੈਂ ਆਸ਼ੂ ਜੀ ਵਾਲੀ ਤੁਹਾਡੀ ਇੰਟਰਵਿਊ ਦੇਖੀ ਉਹਦੋਂ ਇਮਾਰ ਸਾਰੀਆਂ ਗੱਲਾਂ ਇੱਕਦਮ ਕਿਤੇ ਨ ਕਿਤੇ ਸਾਰੀਆਂ ਜੁੜ ਕੇ ਗੱਲਾਂ ਸਾਹਮਣੇ ਆ ਗਈਆਂ ਵੀ ਕਿਤੇ ਸਿਸਟਮੈਟਿਕ ਅਪਰੋਚ ਕੱਲੇ ਸੁਨੀਲ ਦੇ ਮਸਲੇ ਜ ਨਹੀਂ ਸੁਨੀਲ ਨੂੰ ਟੰਗ ਤਾਂ ਕੋਈ ਗੱਲ ਨਹੀਂ ਹੋ ਹੋਰ 90 ਸੁਨੀਲ ਤਾਂ ਮਿੱਟੀ ਪੈ ਗਈ ਉਸ ਗੱਲ ਨੂੰ ਅੱਜ ਦੇ ਦਿਨ ਪੰਜਾਬ ਦੇ ਅੰਦਰ ਕਾਂਗਰਸ ਦੇ ਚੀਫ ਮਿਨਿਸਟਰ ਦੇ ਕੈਂਡੀਡੇਟ ਕਿੰਨੇ ਆ ਤੁਸੀਂ ਦੱਸੋਗੇ 15 ਵੀ ਹੋਣਗੇ ਜਿਆਦਾ ਹੋਣਗੇ ਮੇਰਾ ਲੱਗਦਾ ਜਿੰਨੇ ਕਹਿ ਮੈਂ ਜਿੰਨੇ ਤੁਹਾਨੂੰ ਨਾਮ ਜਿੰਨੇ ਮੈਂ ਚੜਦ ਸਭ ਤੋਂ ਪਹਿਲਾਂ ਤਾਂ ਹਰ ਬੰਦੇ ਹੀ ਬਣਨਾ ਚਾਹੁੰਦਾ ਵੈਸੇ ਸਭ ਤੋਂ ਪਹਿਲਾਂ ਨਾਮ ਆਉਂਦੇ ਆ ਜੀ ਦੋ ਬਾਜਵਾਸ ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਇੱਕ ਗੁੱਡ ਬਾਜਵਾ ਕੈਪਟਨ ਸਾਹਿਬ ਨੂੰ ਉਹਨਾਂ ਕਹਿਆ ਸੀ ਵੀ ਇਹਨਾਂ ਦੋ ਦੋ ਐ ਤੁਹਾਡੇ ਕੋਲ ਇੱਕ ਬੈਡ ਬਾਜਵੇ ਤੋਂ ਬਚ ਕੇ ਰਿਆ ਕਰੋ ਇੱਕ ਗੁੱਡ ਹੈ ਇੱਕ ਬੈਡ ਹੈ ਤੇ ਕੌਣ ਹੈ ਮੈਂ ਨਹੀਂ ਕਹਿਣਾ ਚਾਹੂੰਗਾ ਉਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਣਾ ਹੈ ਤ੍ਰਿਪ ਤ੍ਰਿਜਿੰਦਰ ਸਿੰਘ ਬਾਜਵਾ ਜੀ ਸੀਨੀਅਰ ਮੋਸਟ ਏਜ ਦੇ ਹਿਸਾਬ ਨਾਲੋਂ ਐਕਸਪੀਰੀਅੰਸ ਦੇ ਹਿਸਾਬ ਨਾਲੋਂ ਪ੍ਰਤਾਪ ਬਾਜਵਾ ਜੀ ਉੱਥੇ ਨਾਲ ਹੀ ਉਹਨਾਂ ਦੇ ਪੜੋਸਚੇ ਬੈਠੇ ਐ ਰੰਦਾਵਾ ਜੀ ਸੁਖਿੰਦਰ ਰੰਦਾਵਾ ਜੀ ਨਵਜੋਤ ਸਿੰਘ ਸਿੱਧੂ ਜੀ ਪ੍ਰਗਟ ਸਿੰਘ ਜੀ ਰਾਜਾ ਬਡਿੰਗ ਜੀ ਕਿਸੇ ਦਾ ਨਾਮ ਨਾ ਰਹਿ ਜਾ ਕੋਈ ਬਾਤ ਆਪਣੇ ਸਭ ਤੋਂ ਮੈਂ ਤਾਂ ਭੁੱਲ ਗਿਆ ਰਾਣਾ ਗੁਰਜੀਤ ਜੀ ਇਨਫੈਕਟ ਹੀ ਇਸ ਵਨ ਆਫ ਜਿਹੜੇ ਦੇਖੋ ਬਾਕੀ ਤਾਂ ਕਾਗਜੀ ਪਹਿਲਵਾਨ ਕਿਸੇ ਦੇ ਪੱਲੇ ਕੁਝ ਨਹੀਂ ਇੱਕ ਤਾਂ ਤ੍ਰਿਪਤ ਰਜਿੰਦਰ ਬਾਜਵਾ ਜੀ ਦੀ ਦੋ ਤਿੰਨ ਹਲਕਿਆਂ 'ਚ ਮਾਰ ਕਰਦੇ ਹੋ ਚਾਹੇ ਫਤੇਗੜ ਚੂੜੀਆਂ ਚਾਹੇ ਕਾਦੀਆਂ ਬੈਠੇ ਹੈ ਚਾਹੇ ਬਟਾਲਾ 'ਚ ਉਹਨਾਂ 'ਚ ਪੂਰਾ ਦਖਲ ਹੈ ਇਹ ਬਾਕੀ ਤਾਂ ਸਾਰੇ ਆਪਣੇ ਆਪਣੇ ਮਤਲਬ ਕੂਪ ਮੰਡੂਕ ਹੈ ਉਹਦੇ ਵਿੱਚ ਦੇ ਲੈ ਕੇ ਹੈ ਰਾਣਾ ਗੁਰਜੀਤ ਸਿੰਘ ਜੀ 3 ਐਮ ਐਲ ਏ ਤਿੰਨ ਤੋਂ 4 ਐਮਐਲਏ ਜਿਤਾ ਕੇ ਲੈ ਕੇ ਆਂਦੇ ਇੱਕ ਤਾਂ ਉਹਨਾਂ ਦਾ ਬੇਟਾ ਵੀ ਨਾਲ ਹੈ ਜੀ ਤੁਸੀਂ ਉਧਰ ਸ਼ਾਹਕੋਟ ਵਾਲਾ ਦੇਖ ਲਿਆ ਉਹ ਵੀ ਉਹਨਾਂ ਦੇ ਨਾਲ ਹੈ ਇਧਰ ਜਲੰਧਰ 'ਚ ਵੀ ਪਹਿਲਾਂ ਪੂਰਾ ਉਹਨਾਂ ਦਾ ਸੀਗਾ ਸਾਰਾ ਕੁਝ ਰਿਹਾ ਸੋ ਇਹਨਾਂ 'ਚ ਇੱਕ ਵਟ ਇਜ਼ ਦਾ ਕਾਮਨ ਡਿਨੋਮੀਨੇਟਰ ਇਨ ਦਿਸ ਸਬ ਇਹਨਾਂ ਸਾਰੇ 7-8 ਨਾਮ ਹੈ ਜਿਹੜੇ ਤੁਹਾਨੂੰ ਗਿਣਾਏ ਹੈ ਉਹਦੇ 'ਚ ਕੀ ਸਿਮਿਲੈਰਿਟੀ ਕੀ ਹੈ ਇਹਨਾਂ 'ਚ ਕੋਈ ਵੀ ਹਿੰਦੂ ਹੈ ਨਹੀਂ ਸਭ ਇਹ ਨਹੀਂ ਵੀ ਪੰਜਾਬ ਦੇ ਅੰਦਰ ਹਿੰਦੂ ਲੀਡਰ ਕੋਈ ਹੈ ਨਹੀਂ ਜੇ ਕੋਈ ਸੀਗੇ ਹੁਣ ਸਿਸਟਮੈਟਿਕਲੀ ਮੰਗ ਦਿੱਤੇ ਗਏ ਸਭ ਆਸ਼ੂ ਜੀ ਹਿਸ ਨੇਮ ਆ ਤਾਂ ਟਿਕਟਾਂ ਦੀ ਗੱਲ ਹੈ ਆਸ਼ੂ ਰਾਂ ਦਾ ਨਾਮ ਚੱਲਿਆ ਸੀਗਾ ਵੀ ਕਾਂਗਰਸ ਦਾ ਪ੍ਰਧਾਨ ਬਣਾਣਾ ਹੈ ਜਦੋਂ ਆਪਾਂ 2022 ਦਾ ਰਿਜ਼ਲਟ ਆਇਆ ਉਹਦੇ ਬਾਅਦ ਪ੍ਰੋਮੀਨੈਂਟਲੀ ਆਲਮੋਸਟ ਡਿਸਾਈਡਿਡ ਸਾਈਟ ਲਾਈਨ ਕਰਤਾ ਜੀ ਉਹਦੇ ਬਾਅਦ ਦੋਰੀ ਮਾਰ ਪਈ ਹੁਣ ਟਿਕਟ ਕੱਟਦੀ ਹੋਰ ਤੁਹਾਡੇ ਕੋਲ ਕਿਹੜੇ ਕੈਂਡੀਡੇਟ ਹੈ ਬ੍ਰਹਮੇਂਦਰ ਜੀ ਸੀਨੀਅਰ ਮੋਸਟ ਸੱਤਵਰੀ ਬਣ ਲਈ 6ਵਰੀ ਬਣ ਲਈ ਐਮਐਲਏ ਸੀਨੀਅਰ ਮੋਸਟ ਸੋਨੀਆ ਉਹ ਤੈਨਾਂ ਨਾਲ ਉਹ ਠੋਕਤੇ ਕਿ ਨਹੀਂ ਜੀ ਹਮ ਅਗਰ ਪਟਿਆਲਾ ਚ ਕਾਂਗਰਸ ਕੋਲ ਲੀਡਰਸ਼ਿਪ ਦਿੱਤਾ ਕਮਿਊਨਿਟੀ ਵਿੱਚ ਦਰਮਭੀਰ ਗਾਂਧੀ ਜੀ ਨੂੰ ਲੈ ਕੇ ਆਏ ਬ੍ਰਹਮੇਂਦਰਾ ਜੀ ਸਾਫ਼ ਕਰਤੇ ਸੋਨੀ ਜੀ ਚਲੋ ਸੇਹ ਤੋਂ ਉਸ ਟਾਈਮ ਦਿੱਲੀ ਸੀ ਕਰਕੇ ਕਹਿ ਸਕਦੇ ਵੀ ਉਸ ਕਰਕੇ ਛੱਡਦਾ ਸੋਨੀ ਉਹ ਕਿੰਨੀ ਵਾਰੀ ਜਿੱਤ ਲੇ ਡਾਵਰ ਸਾਹਿਬ ਲੁਧਿਆਣੇ ਦੇਖ ਲੋ ਸਾਹਿਬ ਪਾਂਡੇ ਸਾਹਿਬ ਪੰਡਿਆ ਜੀ ਤੇ ਮੇਰੇ ਖਿਆਲ 6:07 ਵਾਰੀ ਆਪ ਐਮਐਲਏ ਰਹਿਲੇ ਉਹ ਤਾਂ ਟਾਈਮ ਨਾਲ ਹੀ ਉਹਨਾਂ ਦੇ ਪਾਸੇ ਕਰ ਰੱਖਿਆ ਸੀਗਾ ਜੀ ਇੱਥੇ ਇਧਰਲੇ ਪਾਸੇ ਆ ਜੋ ਰਾਣਾ ਕੇਪੀ ਜੀ ਉਹ ਦੇਖੋ ਕਿੰਡੀ ਖੂਬਸੂਰਤੀ ਹੈ ਇਹਨਾਂ ਲੋਕਾਂ ਦੀ ਚਾਲ ਕਿਸੇ ਨੂੰ ਟਿਕਟ ਕੱਟ ਕੇ ਮਾਰਤਾ ਕਿਸੇ ਨੂੰ ਟਿਕਟ ਦੇ ਕੇ ਮਾਰਤਾ ਇੱਕ ਤੀਰ ਨਾਲ ਦੋ ਸ਼ਿਕਾਰ ਮਾਰੇ ਅਨੰਦਪੁਰ ਸਾਹਿਬ 'ਚ ਵਿਜੇਂਦਰ ਸਿੰਘਲਾ ਉੱਥੇ ਚੱਕ ਕੇ ਭੇਜਿਆ ਲਕੀਰ ਲੈਣਾ ਦੇਣਾ ਸਾਬ ਉਹਨਾਂ ਦਾ ਸੰਗਰੂਰ ਤੋਂ ਜਾ ਕੇ ਅਨੰਦਪੁਰ ਸਾਹਿਬ ਦੇ ਅੰਦਰ ਉਹਨਾਂ ਨੂੰ ਉੱਥੇ ਟਿਕਟ ਦੇ ਕੇ ਠੋਕਤਾ ਰਾਣਾ ਕੇਪੀ ਦੀ ਟਿਕਟ ਕੱਟ ਕੇ ਮਾਰਤਾ ਇੱਕ ਪਾਸਿਓਂ ਪੂੰਝਾ ਹੀ ਫੇਰਦਾ ਸਭ ਕੋਈ ਅੱਜ ਤੁਸੀਂ ਮੈਨੂੰ ਨਾਮ ਦੱਸ ਦਿਓ ਇਸ ਦੇ ਰੈਣੀ ਕਲੇਮੈਂਟ ਸਾਬ ਇਸ ਕਰਕੇ ਮੈਨੂੰ ਕਈ ਵਾਰ ਸ਼ੱਕ ਲੱਗਦਾ ਵੀ 20 ਲੋਕ ਤਾਂ ਭਾਜੀਪੀ ਨੂੰ ਪੋਲਰਾਈਜੇਸ਼ਨ ਦੀ ਗੱਲ ਕਰਦੇ ਐ ਕਾਂਗਰਸ ਬਜਿੱਦ ਹੈ ਵੀ ਅਸੀਂ Hindu ਲੀਡਰਸ਼ਿਪ ਨਹੀਂ ਉਭਰਨ ਦੇਣੀ ਹਿੰਦੂਆਂ ਨੇ ਤਾਂ ਅੱਜ ਤੱਕ ਕਦੇ ਕਲੇਮ ਨਹੀਂ ਕੀਤਾ ਸਾਬ ਕਿਸੇ ਦਿਨ ਸੁਨੀਲ ਜਾ ਕੇ ਨੇ ਕਦੇ ਨਹੀਂ ਗਿਆ ਸੀ ਵੀ ਜਾ ਕੇ ਸੁਨੀਲ ਤਾਂ ਐਮਐਲਏ ਨਹੀਂ ਸੀ ਜਿਹਦਨ ਵੋਟਾਂ ਉਥੇ ਪੈ ਰਹੀਆਂ ਪੰਜਾਬ ਭਵਨ ਚ ਸੁਨੀਲ ਤਾਂ ਉਥੇ ਹੈ ਹੀ ਨਹੀਂ ਸੀ ਆ ਤਾਂ ਲੋਕਾਂ ਦਾ ਬੜੱਪਨ ਹੈ ਸਾਹਿਬ ਜਿਹੜਾ ਨੇ ਮਨੂੰ ਉਹ ਦਿਨ 42 ਪਈਆਂ 43 ਪਈਆਂ ਜਿੰਨੀਆਂ ਪਈਆਂ ਸਭ ਤੁਸੀਂ ਲੋਕਾਂ ਨੇ ਦੇਖਿਆ ਮੈਂ ਤਾਂ ਉਥੇ ਸੀਗਾ ਵੀ ਨਹੀਂ ਉਹਦੇ باوجود ਆ ਜਿਹੜਾ ਇਹਨਾਂ ਨੇ ਬਣਾਉਣਾ ਸੀ ਚੰਨੀ ਜੀ ਨੂੰ ਬਣਾ ਦਿੰਦੇ ਚਲ ਖਤਮ ਹੋ ਗਈ ਪਹਿਲਾਂ ਹੀ ਅਨਾਉਂਸ ਕਰਦੇ ਕਿਉਂ ਤਾਂ ਵੋਟਾਂ ਪੁਆਈਆਂ ਕਿਉਂ ਤੁਸੀਂ ਹਿੰਦੂਆਂ ਦੇ ਉੱਤੇ ਲਾਂਚ ਲਾਇਆ ਵੀ Hindu ਨਹੀਂ ਬਣ ਸਕਦਾ ਜੀ Hindu ਮਾਚਿਸ ਦੀ ਤਲੀ ਹੈ ਸਭ ਆਗ ਲਗਾ ਦੇਗੇ Hindu ਬਣ ਗਿਆ ਤਾਂ ਪੰਜਾਬ 'ਚ ਆਗ ਲੱਗ ਜਾਏਗੀ ਅੱਜ ਕਿੱਥੇ ਲੋਕ ਜਿਹੜੇ ਉਹਨਾਂ ਨੂੰ ਉਸ ਟਾਈਮ ਦੀ ਉਹ ਉਹ ਦਿਨ ਬੜਾ ਇੱਕ ਪੰਜਾਬ ਦੇ ਪੰਜਾਬ ਕਾਂਗਰਸ ਦੇ ਵਾਸਤੇ ਇੱਕ ਕਾਲਾ ਦਿਨ ਸਾਬ ਪੰਜਾਬ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਬਟ ਐਟ ਦ ਸੇਮ ਟਾਈਮ ਮੈਂ ਸਮਝਦਾ ਜਿਸ ਦਿਨ ਆ ਘਟਨਾ ਵਾਪਰੀ ਹੈ ਉਹ ਪੰਜਾਬ ਦੇ ਇਤਿਹਾਸ ਦੇ ਅੰਦਰ ਸੁਣੇ ਸੁਣੇ ਅਖਰਾਂ 'ਚ ਲਿਖਣ ਵਾਲਾ ਦਿਨ ਹੈ ਉਹ ਪੰਜਾਬੀਅਤ ਦੀ ਖੂਬਸੂਰਤੀ ਉਸ ਦਿਨ ਸੁਨੀਲ ਦਾ ਛੱਡੋ ਸਾਬ ਸੁਨੀਲ ਇਜ਼ ਨੋਬਡੀ ਸੁਨੀਲ ਨੂੰ ਉਹਨਾਂ ਨੇ ਟਾਲਤਾ ਕੋਈ ਪ੍ਰੋਬਲਮ ਨਹੀਂ ਸੁਨੀਲ ਲੈਣ ਚਾਏ ਨਹੀਂ ਸੀ ਉਹਨਾਂ ਨੇ ਆਪਣਾ ਸੋਚ ਦਿਖਾਤੀ ਪਰ ਇਸ ਗੱਲ ਦੇ ਹੱਕ ਚ ਨਿੱਤਰਿਆ ਕੌਣ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਸਵਾਦ ਨਹੀਂ ਆ ਗਿਆ ਗੱਲ ਦਾ ਸਾਹਿਬ ਕੱਲ ਤੱਕ ਸੁਣੇ ਜਾਂਦਾ ਉਹਨਾਂ ਨੇ ਕਿਹਾ ਬਿਲਕੁਲ ਕਹਿੰਦਾ ਪੰਜਾਬ ਦੇ ਅੰਦਰ ਜਿਸ ਦਿਨ ਉਹਨਾਂ ਨੇ ਆਹ ਕਹਿਣਾ ਵੀ ਸੁਨੀਲ ਜਾਖੜ Hindu ਕਰਕੇ ਨਹੀਂ ਬਣਾਇਆ ਜਾ ਸਕਦਾ ਹਿੰਦੂਆਂ ਨੇ ਬਣਾਤਾ ਤਾਂ ਅੱਗ ਲੱਗ ਜੂਗੀ ਇੱਥੇ ਗਿਆਨੀ ਹਰਪ੍ਰੀਤ ਜੀ ਦਾ ਉਸ ਦਿਨ ਬਿਆਨ ਦੇਖਿਓ ਤੁਸੀਂ ਕੱਢ ਕੇ ਇੰਟਰਵਿਊ ਉਹਨਾਂ ਨੇ ਕਿਹਾ ਕਹਿੰਦਾ ਪੰਜਾਬ ਦੇ ਅੰਦਰ Hindu Sikh ਦਾ ਕੋਈ ਸਵਾਲ ਨਹੀਂ ਸਾਹਿਬ ਕਾਬਲ ਬੰਦਾ ਚਾਹੀਦਾ ਹੈ ਓਨੈਸਟ ਬੰਦਾ ਚਾਹੀਦਾ ਹੈ ਜਿਹੜਾ ਕੰਮ ਕਰਕੇ ਦਿਖਾ ਸਕੇ ਕੀ ਬਾਤ ਹੈ ਸਾਹਿਬ ਆ ਪੰਜਾਬੀਅਤ ਆ ਕਾਂਗਰਸ ਪਾਰਟੀ ਬਜਿੱਦੇ ਸਾਹਿਬ ਆ ਇੱਕ ੱਕੇ ਨਾਲ ਸੈਕੰਡ ਕਲਾਸ ਸਿਟੀਜ਼ਨ ਜਿਹੜੀ ਮੈਂ ਕੱਲ ਵੀਡੀਓ ਵੀ ਪਾਈ ਸੀ ਇਸੇ ਇਸ ਨੂੰ ਲੈ ਕੇ ਵੀ ਤੁਸੀਂ ਸਮਾਜ ਨੂੰ ਵੱਡੀ ਜਾਂਦੇ ਹੋ ਫਸ ਕਲਾਸ ਸੈਕੰਡ ਕਲਾਸ ਸਿਟੀਜ਼ਨ ਕਾਂਗਰਸ ਪਾਰਟੀ ਕਿਸ ਤਰ੍ਹਾਂ ਕਹਿ ਸਕਦੀ ਤੁਸੀਂ ਤਾਂ ਯਾਦਵੰਦਰ ਜੀ ਗੱਲ ਚੋਂ ਗੱਲ ਨਿਕਲਦੀ ਹੈ ਸੈਕਟਰੀਟ ਤਾਂ ਤੁਸੀਂ ਜਾਣੇ ਹੋ ਸਾ ਜੀ ਜੀ ਬਿਲਕੁਲ ਚੀਫ ਮਿਨਿਸਟਰ ਕਿਹੜੇ ਫਲੋਰ ਤੇ ਬੈਠਦੇ ਜੀ ਸੈਕੰਡ ਫਲੋਰ ਤੇ ਸੈਕੰਡ ਫਲੋਰ ਤੇ ਸੈਕੰਡ ਕਲਾਸ ਵਾਲੇ ਜਿਹੜੇ ਹੈ ਪੰਜਾਬ ਦੇ ਨਾਗਰਿਕ ਜਿਹੜੇ ਹਿੰਦੂਆਂ ਨੂੰ ਕਹਿੰਦੇ ਹੈ ਵੀ ਸੈਕੰਡ ਕਲਾਸ ਹੈ ਉਹ ਸੈਕੰਡ ਫਲੋਰ ਤੇ ਅਲਾਉਡ ਹੈ ਨਹੀਂ ਤੁਸੀਂ ਬਾਕੀ ਕੰਮ ਪਿੱਛੇ ਛੱਡ ਜਾਓ ਫਸ ਤੇ ਆ ਜਾਓ ਥੱੜ ਤੇ ਜਾਂਦੇ ਰੋਕੇ ਤੇ ਜਾਂਦੇ ਰੋ ਸੈਕੰਡ ਫਲੋਰ ਤੇ ਜਿੱਥੇ ਚੀਫ ਸੈਕਰੀਟਰੀ ਦਫਤਰ ਹੈ ਬਾਇ ਬੀਇੰਗ ਵਰਚੂ ਆਫ ਯਰ ਬੀਇੰਗ ਹਿੰਦੂ ਤੁਸੀਂ ਉੱਥੇ ਅਲਾਊਡ ਨਹੀਂ ਆਹ ਕਾਂਗਰਸ ਦੀ ਸੋਚ ਹੈ ਸਾਬ ਆਹ ਸੈਕੂਲਰਿਜ਼ਮ ਹੈ ਕਿ ਸਾਬ ਇਜ਼ ਅ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਪਾਰਟੀ ਆਈ ਕੈਨ ਸੇਅ ਵਿਦ ਅਥਾਰਟੀ ਨਾਓ ਜਦੋਂ ਮੈਂ ਦੇਖਦਾ ਜਿਸ ਤਰ੍ਹਾਂ ਨੇ ਸਫਾਈ ਕੀਤੀ ਹੈ ਸਾਰਿਆਂ ਦੀ ਇੱਕ ਸਿਰੇ ਤੋਂ ਮਾਜਤੇ ਸਾਰੇ ਕਾਂਗਰਸ ਪੰਜਾਬ ਪੰਜਾਬ ਕਾਂਗਰਸ ਜਿਹੜੀ ਹੈ ਕਮਿਊਨਲ ਹੋ ਗਈ ਰੈਦਰ ਦੈਨ ਸੈਕੂਲਰ ਆਜ ਜਾਣ ਬੁਝ ਕੇ ਵੰਗਾਰ ਰਹੀ ਹੈ ਮੈਂ ਸਮਝਦੇ ਹਿੰਦੂਆਂ ਨੂੰ ਆਈਦਰ ਦੈਨ ਕੋਈ ਵੀ ਰਾਈਟ ਮਾਈਂਡਡ ਹਿੰਦੂ ਅਗਰ ਕਾਂਗਰਸ ਨੂੰ ਵੋਟ ਪਾਉਂਦਾ ਹੈ ਸਾਬ ਉਹ ਇਸ ਗੱਲ ਤੇ ਮੋਹਰ ਲਾਉਂਦਾ ਵੀ ਅਸੀਂ ਸੈਕੰਡ ਕਲਾਸ ਸਿਟੀਜ਼ਨ ਆ ਆ ਲੋਕਾਂ ਨੂੰ ਦੇਖਣਾ ਪਊਗਾ ਸਾਬ ਪੰਜਾਬ ਪੰਜਾਬ ਦੇ ਪੰਜਾਬੀਅਤ ਨਹੀਂ ਇਸ ਗੱਲ ਨੂੰ ਸਵੀਕਾਰ ਗਿਆਨੀ ਹਰਪ੍ਰੀਤ ਸਿੰਘ ਜਿੰਦੀ ਜਾਗਦੀ ਮਿਸਾਲ ਬੈਠੀ ਐ ਸਾਬ ਹੂੰ ਹੂੰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਉਦੋਂ ਆ ਤਾਂ ਨਹੀਂ ਪੁੱਛਿਆ ਕਿ ਕਸ਼ਮੀਰ ਤੋਂ ਆਏ ਸੀਗੇ ਵੀ ਤੁਸੀਂ Hindu ਹੋ ਮੈਂ ਤੁਹਾਡੇ ਵਾਸਤੇ ਕਿਉਂ ਜਾ ਕੇ ਉੱਥੇ ਇਨਸਾਫ ਦੀ ਲੜਾਈ ਇਨਸਾਫ ਦੀ ਲੜਾਈ ਲੜੀ ਸਾਬ ਉਹ ਗਿਆਨੀ ਹਰਪ੍ਰੀਤ ਜੀ ਨੇ ਮੈਂ ਸਮਝਦਾ ਮੈਂ ਉਸ ਦਿਨ ਫਿਦਾ ਹੋ ਗਿਆ ਸਾਬ ਲੋਕਾਂ ਨੂੰ ਉਸ ਗੱਲ ਦਾ ਅਫਸੋਸ ਵੀ ਚੀਫ ਮਿਨਿਸਟਰਾਂ ਕਰਿਆਂ ਦੀ ਮੈਂ ਕਿਹੋ ਜਿਹਾ ਆਦਮੀ ਨੇ ਉਹਨਾਂ ਨੇ ਸ਼ਖਸੀਅਤ ਨੇ ਵਾਕਈ ਉਸ ਉਹਦੇ ਦੀ ਸ਼ਾਨ ਵਧਾਤੀ ਕਹਿੰਦਾ ਇਟਸ ਨਾਟ ਦ ਚੇਅਰ ਦੈਟ ਮੇਕਸ ਦ ਮੈਨ ਸੋ ਦ ਮੈਨ ਦੈਟ ਮੇਕਸ ਦ ਚੇਅਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਮੰਨਤਾ ਉਹਨਾਂ ਦਾ ਨਾਮ ਹੀ ਨਹੀਂ ਪਤਾ ਕੌਣ ਹੈ ਸਾਬ ਪਰ ਮੈਂ ਉਹ ਸੁਨੇਰੇ ਅੱਖਰਾਂ 'ਚ ਜਿਹੜਾ ਗਿਆਨੀ ਹਰਪ੍ਰੀਤ ਜੀ ਨੇ ਲਿਖਿਆ ਆਈ ਸਲੂਟ ਟੂ ਹਿਮ ਸਾਬ ਜਦੋਂ ਤੁਹਾਨੂੰ ਸੀਐਮ ਨਹੀਂ ਬਣਾਇਆ ਤੁਹਾਨੂੰ ਇਹ ਲੱਗਿਆ ਕਿ ਕਾਂਗਰਸ 'ਚ Hindu ਹੋਣਾ ਸ਼ਰਾਫ ਆ ਜਦ ਮੈਂ ਵੈਸੇ ਪੁੱਛਾਂ ਕਾਂਗਰਸ 'ਚ ਅੱਜਕੱਲ ਵੀ Hindu ਹੋਣਾ ਸ਼ਰਾਫ ਹੈ ਉਸ ਟਾਈਮ ਮੈਨੂੰ ਨਹੀਂ ਲੱਗਿਆ ਸਾਬ ਉਸ ਟਾਈਮ ਮੈਂ ਤੁਹਾਨੂੰ ਦੱਸਾਂ ਉਸ ਟਾਈਮ ਮੈਂ ਤੁਸੀਂ ਦੇਖੋ ਫਰੋਮ ਉਸ ਦਿਨ ਤੋਂ ਲੈ ਕੇ ਸਪਟੈਂਬਰ ਅਕਤੂਬਰ ਸਪਟੈਂਬਰ ਐਂਡ ਦੀ ਗੱਲ ਅਸ਼ਾ ਦੋਸਟੇ ਮੈਂ ਵੀ ਜਦੋਂ ਤਾਈ ਮੈਨੂੰ ਇਹਨਾਂ ਨੇ ਨੋਟਿਸ ਨਹੀਂ ਕੱਢਿਆ ਵੀ ਕਾਂਗਰਸ ਪਾਰਟੀ ਦੇ ਖਿਲਾਫ ਕਾਰਵਾਈ ਕਰ ਰਿਹਾ ਸੁਨੀਲ ਜਾਕਰ ਮੇਰੇ ਤੁਸੀਂ ਬਿਆਨ ਕੱਢ ਕੇ ਦੇਖ ਲਓ ਅੱਜ ਤਾਂ ਅੱਜ ਤਾਂ ਮੈਂ ਵੀ ਮੈਂ ਮੌਕੇ ਤੇ ਆ ਕੇ ਕੁਝ ਕਹੀ ਜਮਾ ਬਿਆਨ ਅੱਜਕੱਲ ਤਾਂ ਹਰੇਕ ਚੀਜ਼ ਔਨ ਰਿਕਾਰਡ ਹੈ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਵੀ ਆ ਜਿਹੜੀ ਹੈ ਵੀ ਹਿੰਦੂ ਅੱਗੇ ਆ ਗਿਆ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਐ ਮੇਰਾ ਟਵੀਟ ਹੈ ਜਿਸ ਸ਼ਾਇ ਮੈਂ ਲਿਖਿਆ be it is a uh, thinking of this petty minded people who have crawled their way up to the highest decision making body in the congress party we are katia kisam de log hai jehde reng ke us odiyan te pahunch gaye jithe congress di policy de hai ya congress di policy ni aa ek us ton vi bahut vadda ajj sawal paida karda hai sab tusi dekhe sukhpal khaira horane bayan deta ਵੀ ਆ ਬਾਰੂ ਆਏ ਜਿਹੜੇ ਹੈ ਬਿਹਾਰ ਯੂਪ ਨਾਲ ਦੀ ਨਾਲ ਹੀ ਸਾਰੀ ਕਾਂਗਰਸ ਭੱਜ ਕੇ ਕਿਉਂਕਿ ਉਹਨਾਂ ਨੇ ਤਾਂ ਕਾਂਗਰਸ ਪ੍ਰਧਾਨ ਰਾਜੇ ਵੜਿੰਗ ਹੋ ਰਹੇ ਨੇ ਤੇ ਵੋਟਾਂ ਲੈਣੀ ਹੈ ਉੱਥੇ ਲੁਧਿਆਣੇ ਉਹਨਾਂ ਨੇ ਤਾਂ ਉਧਰੋਂ ਪ੍ਰਤਾਪ ਸਿੰਘ ਬਾਜਵਾ ਤੇ ਫਲਾਣਾ ਸਿੰਘ ਤੇ ਸਾਰੇ ਨਹੀਂ 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 ਆ ਕਾਂਗਰਸ ਦੀਆਂ ਤਾਂ ਸੁਖਪਾਲ ਖੇਰੇ ਦੀ ਆਪਦੇ ਬਿਆਨ ਨੇ ਉਹਨਾਂ ਨੇ ਕੀ ਨਾਮ ਸैम ਪੀਟਰੋਦਾ ਜੀ ਨੇ ਬਿਆਨ ਦਿੱਤਾ ਨਾਲ ਦੇ ਨਾਲ ਕਾਂਗਰਸ ਪਾਰਟੀ ਨੇ ਨਹੀਂ ਨਹੀਂ ਇਹ ਬਿਆਨ ਹਮਾਰੇ ਨਹੀਂ ਅਮ ਰੰਗ पे ਨਹੀਂ ਜਾਂਦੇ ਕਾਲਾ ਰੰਗ ਹੋਇਆ ਗੋਰਾ ਰੰਗ ਹੋਇਆ ਜੈਸੇ ਵੀ ਹੈ ਕਿਉਂਕਿ ਉਹਨਾਂ ਨੇ ਕਹਤਾ ਸੀ ਕਾਲੇ ਰੰਗ ਵਾਲੇ ਤਾਂ ਸਾਊਥ ਅਫਰੀਕਨ ਜੇ ਲੱਗਦੇ ਪਰ ਜਦੋਂ ਆ ਗੱਲ ਕਹੀ ਗਈ ਵੀ ਹਿੰਦੂ ਨੂੰ ਅੱਗੇ ਲੈ ਕੇ ਅੱਗ ਲੱਗੀ ਅੱਜ ਤੱਕ ਕਿਸੇ ਨੇ ਡਿਨਾਈ ਕੀਤਾ ਸਖ ਮੈਂ ਆਈ ਲੜਾਈ ਲੜਦਾ ਲੜ ਗਿਆ ਵੀ ਲੱਗਦਾ ਲੜਦਾ ਰਿਹਾ ਵੀ ਕੋਈ ਇੱਕ ਬੰਦਾ ਤਾਂ ਖੜਾ ਹੋ ਕੇ ਕਹਿੰਦੇ ਵੀ ਆ ਅੰਬਿਕਾ ਸੋਨੀ ਦੀ ਅੰਬਿਕਾ ਸੋਨੀ ਦੀ ਜਿਹੜੇ ਤਿੰਨ ਚਾਰ ਦੇਖੋ ਉਹਨਾਂ ਤਿੰਨ ਚਾਰਾਂ ਨੂੰ ਸਾਰਿਆਂ ਨੂੰ ਰਿਵਾਰਡ ਹੋਰ ਕੀਤਾ ਇਹ ਕਹਿੰਦੇ ਤੇ ਵੀ ਇਹਨਾਂ ਦੀ ਸੋਚ ਹੈ ਆ ਕਾਂਗਰਸ ਪਾਰਟੀ ਦੀ ਸੋਚ ਨਹੀਂ ਅਸੀਂ ਸਾਰਿਆਂ ਨੂੰ ਬਰਾਬਰ ਮੰਨਦੇ ਹਾਂ ਕੱਲ ਆਏ ਰਾਹੁਲ ਗਾਂਧੀ ਜੀ ਇੱਥੇ ਅੰਮ੍ਰਿਤਸਰ ਸਾਹਿਬ ਕੀ ਕਹਿ ਰਿਹਾ ਉਹਨਾਂ ਨੂੰ ਤੱਕ ਤਾਂ ਨਹੀਂ ਸੀ ਪਤਾ ਮਾਨਸ ਕੀ ਜਾਤ ਸਬੈ ਕੋ ਪਹਿਚਾਨ ਉਹ ਕਹਿੰਦਾ ਗੁਰੂ ਨਾਨਕ ਦੇਵ ਜੀ ਦਾ ਵੀ ਤੁਸੀਂ ਤੁਹਾਨੂੰ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਕੀ ਕਹੇਗੇ ਕਿਹੜੇ ਧਰਤੀ ਤੇ ਖੜੇ ਹੋ ਯਦਵਿੰਦਰ ਜੀ ਮੈਂ ਫੇਰ ਦੁਹਰਾ ਰਿਹਾ ਗੱਲ ਪੰਜਾਬ ਦੇ ਅੰਦਰ ਜੋ ਵੀ ਪਾਰਟੀ ਇਟਸ ਨਾਟ ਕਾਂਗਰਸ ਅਕਾਲੀ ਗਲੀਆਂ ਦਾ ਵੀ ਹਾਲ ਦੇਖ ਲਓ ਮੋੜ ਵੀ ਗੱਲ ਕਰਾਂਗੇ ਕੋਈ ਵੀ ਪਾਰਟੀ ਜਿਹੜੇ ਪੰਜਾਬ ਨੂੰ ਪਰਸੈਂਟੇਜ ਵਾਈਜ਼ ਇੰਨੇ ਹਿੰਦੂ ਪਰਸੈਂਟ ਹੈ ਜੀ 40% ਹੈ 30% ਹੈ 25% ਹੈ ਇੰਨੇ ਇਥੇ ਐਸਸੀ ਭਾਈਚਾਰੇ ਦੇ ਹੈ ਜੀ ਇੰਨੇ ਇਥੇ ਸਿੱਖ ਹੈ ਜੀ ਜਿਹੜਾ ਪਾਰਟੀ ਇਥੇ ਆ ਕੇ ਪਰਸੈਂਟੇਜ ਲਗਾਊਗੀ ਸਾਬ ਪੰਜਾਬ ਨੂੰ ਪਰਸੈਂਟੇਜ ਦੇ ਚਸ਼ਮੇ ਚ ਦੇਖੂਗੀ ਉਹ ਤੇ ਕਾਮਯਾਬ ਹੋ ਹੀ ਨਹੀਂ ਸਕਦੀ ਸਾਬ ਪੰਜਾਬ ਨੂੰ ਪੰਜਾਬ ਦੇ ਪੰਜਾਬੀਏ ਦੇ ਨਿਗਾ ਤੋਂ ਦੇਖਣਾ ਪਊਗਾ ਤੇ ਅਕਾਲੀਆਂ ਦੇ ਵਿੱਚ ਵੀ ਸਾਬ ਕਦੋਂ ਕਾਮਯਾਬ ਹੋਏ ਬਦਲ ਸਾਬ ਜਦੋਂ ਸ਼ਹਿਰਾਂ ਦੀਆਂ ਵੋਟਾਂ ਉਹਨਾਂ ਨੂੰ ਪਈਆਂ ਹਿੰਦੂਆਂ ਦੀਆਂ ਵੋਟਾਂ ਪਈਆਂ ਹਮਮਾ ਕੇ ਆਏ ਸਾਬ ਹੁਣ ਆ ਜਦੋਂ ਇਹਨਾਂ ਨੇ ਦਲਿਤ ਵੋਟ ਲੈਣੇ ਚਾਹੀ ਕਾਂਗਰਸ ਨੇ ਨਹੀਂ ਪਏ ਨਹੀਂ ਪਏ ਸਾਬ ਉਹ ਨਹੀਂ ਪਏ ਸੁਗਵੀਰ ਬਾਦਲ ਹੋ ਰਹੇ ਉਹਨਾਂ ਨੇ ਚ ਬੜਾ ਇੱਕ ਰੈਡਿਕਲ ਜਿਹਾ ਥਿਊਰੀ ਲੈ ਕੇ ਉਦੋਂ ਹੋ ਗਏ ਉਹ ਸਿੱਖ ਵੋਟ ਨਹੀਂ ਪਏ ਸਾਬ ਕਾਂਗਰਸ ਨੇ ਦਲਿਤ ਵੋਟ ਲੈਣੇ ਚਾਹੀ ਨਹੀਂ ਪਏ ਸਾਬ ਦਲਿਤ ਚਿਹਰਾ ਦੇ ਕੇ ਵੀ ਨਹੀਂ ਵੋਟਾਂ ਪਈਆਂ ਜੀ ਭਾਜਪਾ ਨੇ ਹਿੰਦੂ ਵੋਟ ਲੈਣੇ ਚਾਹੀ ਨਹੀਂ ਪਏ ਸਾਬ ਸੋ ਪੰਜਾਬ ਇੱਕ ਸਾਡਾ ਦੇਸ਼ ਸੈਕੂਲਰ ਦੇਸ਼ ਹੈ ਸਾਬ ਦੇ ਉਸ ਦੇਸ਼ ਦੇ ਅੰਦਰ ਪੰਜਾਬ ਇੱਕ ਨੰਬਰ ਦਾ ਸੂਬਾ ਇਸ ਕਰਕੇ ਅੱਜ ਵੀ ਹੈ ਤੁਸੀਂ ਸਾਡੇ ਜੀਡੀਪੀ ਨਾ ਦੇਖੋ ਸਟੇਟ ਜੀਡੀਪੀ ਨਾ ਦੇਖੋ ਸਾਡੀ ਸੈਕੂਲਰਿਜ਼ਮ ਦੇਖੋ ਸਾਹਿਬ ਪੰਜਾਬ ਅੱਜ ਵੀ ਸੈਕੂਲਰਿਸਟ ਕਰਕੇ ਮੈਨੂੰ ਦਰਦ ਹੁੰਦਾ ਜਦੋਂ ਕਹਿੰਦੇ ਨੇ ਵੀ ਇਹ ਹਿੰਦੂ ਦੋ ਨੰਬਰ ਦੇ ਐ ਮੈਂ ਕਹਿੰਦਾ ਅੱਜ ਵੀ ਅਗਰ ਕੋਈ ਵੀ ਹਿੰਦੂ ਕਾਂਗਰਸ ਨੂੰ ਵੋਟ ਪਾਊਗਾ ਸਾਹਿਬ ਉਹ ਆਪਣੇ ਆਪ ਦੀਆਂ ਜੜਾਂ ਵੱਡੂਗਾ ਸਾਹਿਬ ਕਾਂਗਰਸ ਨੂੰ ਸਬਕ ਸਿਖਾਣ ਦੀ ਲੋੜ ਹੈ ਸਾਹਿਬ ਵੀ ਕਾਂਗਰਸ ਆਪਣੇ ਸੈਕੂਲਰ ਚਾਲ ਤੋਂ ਟਾਂਚੇ ਤੋਂ ਪਾਸੇ ਤੁਰ ਕੇ ਜਾਂਦੀ ਮੈਂ ਨਹੀਂ ਕਹਿੰਦਾ ਵੀ ਮੇਰੇ ਕਹਿਣ ਨਾਲ ਤੁਸੀਂ ਹਿੰਦੂ ਵੋਟ ਬੀਜੇਪੀ ਨੂੰ ਪਾ ਦਿਓ ਕਿਉਂਕਿ ਹਿੰਦੂਆਂ ਹੀ ਪਾਟ ਨਹੀਂ ਸਾਬ ਮੈਂ ਸਮਝਦਾ ਮਨੂੰ ਅਗਰ ਪ੍ਰਧਾਨ ਬਣਾਇਆ ਬੀਜੇਪੀ ਨੇ ਕੋਈ ਮੇਰਾ ਹਿੰਦੂ ਚਿਹਰਾ ਦੇਖ ਕੇ ਨਹੀਂ ਬਣਾਇਆ ਸਾਬ ਕੈਲੀਬਰ ਦੇ ਨਾ ਨਾ ਕੈਲੀਬਰ ਵੀ ਮੈਂ ਕੁਝ ਨਹੀਂ ਸਾਬ ਮੇਰੇ ਚ ਇੱਕ ਹੈ ਵੀ ਮਨੂੰ ਪੂਰੇ ਹਰੇਕ ਵਰਗ ਤੋਂ ਮਨੂੰ ਅਸ਼ੀਰਵਾਦ ਮਿਲਿਆ ਸਾਬ ਆਈ ਗੱਲ ਮੈਂ ਕਹੀ ਸੀ ਮੈਨੂੰ ਮੈਨੂੰ ਲੈਣ ਦਾ ਲੱਗਿਓ ਤੁਸੀਂ ਮੇਰੇ ਕੋਲ ਕੋਈ ਵੋਟ ਬੈਂਕ ਬੰਕ ਹੈ ਨਹੀਂ ਮੈਂ ਤਾਂ ਲੋਕ ਹਿੰਦੂ ਵੀ ਨਹੀਂ ਸਮਝਦੇ ਕਾਂਗਰਸ ਵਾਲੇ ਸਾਰੇ ਕਹਿੰਦੇ ਇਹ ਤਾਂ जाट ਹੈ ਜੀ ਮੈਂ ਕਿਹਾ ਮੇਰੇ ਤੇ ਵੋਟਾਂ ਬੂਟਾ ਹੈ ਨਹੀਂ ਮੇਰੇ ਕੋਲ ਤਾਂ ਅਸ਼ੀਰਵਾਦ ਹੈ ਵੀ ਹਰੇਕ ਵਰਗ ਮੈਂ ਕੋਈ ਕਿਸੇ ਤੇ ਅਹਸਾਨ ਨਹੀਂ ਕੀਤਾ ਸਾਬ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਲੜਾਈ ਕਿਹਨੇ ਲੜੀ ਸਭ ਤੋਂ ਅੱਗੇ ਬੋਲਣ ਵਾਲੇ ਜੇ ਸੁਨੀਲ ਜਾਖੜ ਸੀਗਾ ਐ ਮੈਨੂੰ ਕਈ ਵਾਰੀ ਕਹਿ ਦਿੰਦੇ ਚੰਨੀ ਜੀ ਇਹਨਾਂ ਨੇ ਦਲਿਤਾਂ ਦਾ ਅਪਮਾਨ ਕੀਤਾ ਸੁਨੀਲ ਸਾਹਿਬ ਭੀਮ ਟਾਂਕ ਕੀ ਹੋਇਆ ਸਯਾ ਸਾਬ ਉਸ ਤੋਂ ਬਰਬਰ ਕੋਈ ਜਿਸ ਤਰ੍ਹਾਂ ਟੁਕੜੇ ਕੱਟ-ਕੱਟ ਕੇ ਮਾਰੇ ਗਿਆ ਕਿਨ ਉਠਾਇਆ ਸੀ ਸਾਬ ਕਹਿੰਦਾ ਹਮ ਤਾਂ ਲੁੱਟ ਗਏ ਤੇਰੇ ਪਿਆਰ ਮਿਰਤੂਜ ਕੋ ਖਬਰ ਕੋ ਸਾਡਾ ਸਾਰਾ ਇਲਾਕਾ ਇਸ ਕਰਕੇ ਹੋ ਗਿਆ ਜੀ ਤੁਸੀਂ ਤਾਂ ਦਲਿਤਾਂ ਦੇ ਬੇਸੀਆਂ ਦੇ ਨਾਲ ਲੱਗੇ ਜੀ ਸਾਡੇ ਵਾਲੇ ਬੰਦੇ ਨੂੰ ਮਰਵਾਤਾ ਉਮਰ ਕੈਦ ਚ ਹੈ ਜੀ 23 ਬੰਦਿਆਂ ਨੂੰ ਜਿਹੜੇ ਕਾਤਲ ਸੀਗੇ 23 ਦੇ 23 ਨੂੰ ਲਾਈਫ ਇਮਪ੍ਰਿਜ਼ਨਮੈਂਟ ਸਾਬ ਉਮਰ ਕੈਦ ਕਿਸੇ ਨੇ ਸਾਬ ਕੋਈ ਨਹੀਂ ਬੋਲਿਆ ਜਿਹੜੇ ਅੱਜ ਦਲਿਤਾਂ ਦੇ ਮਸੀਹ ਬਣੇ ਫਿਰਦੇ ਐ ਇਹਨੇ ਜ਼ੁਬਾਨ ਹੀ ਨਹੀਂ ਖੋਲੀ ਜਿਹੜੇ 6 ਮਹੀਨੇ ਮੁੱਖ ਮੰਤਰੀ ਰਹੇ ਕਿਤੇ ਨਹੀਂ ਉੱਭਰ ਜਾ ਕੇ ਦਰਸ਼ਣੀ ਨਹੀਂ ਦਿੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਤੇ ਅਸੀਂ ਬ੍ਰਿਗੇਡੀਅਰ ਗਗਨੇਜਾ ਦੀ ਜਦੋਂ ਡੈਥ ਹੋਈ ਸਭ ਤੋਂ ਪਹਿਲਾਂ ਜਾਣ ਵਾਲਾ ਬੰਦਾ ਉੱਥੇ ਮੈਂ ਸੀਗਾ ਸਾਬ ਆ ਹੁਣ ਇੱਥੇ ਨੰਗਲ ਦੇ ਅੰਦਰ ਪ੍ਰਭাকর ਦੀ ਡੈਥ ਵਿਕਾਸਪੁਰ ਬਾਕਰ ਦੀ ਉੱਥੇ ਜਾ ਕੇ ਕਿਸੇ ਨੇ ਲਾਇਆ ਇਸ ਕਰਕੇ ਨਹੀਂ ਵੀ ਆ ਬੀਜੇਪੀ ਚ ਖੜਾ ਸਾਬ ਅਸੀਂ ਨਾ ਮੇਰਾ ਕਹਿੰਦਾ ਫੌਜੀ ਆ ਲੜੇਗਾ ਕਿ ਮੇਰੇ ਕੰਮ ਕੀ ਹੈ ਜਦੋਂ ਮੈਂ ਰਾਜਨੀਤੀ 'ਚ ਬੈਠਾ ਹਾਂ ਸਰ ਆ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਪੰਜਾਬੀ ਦੇ ਤੌਰ ਤੇ ਕੰਮ ਕਰਦਾ ਨਾ ਕਿ ਇੱਕ ਜੇ ਤੁਹਾਡੇ ਕੋਲ ਹੈ ਟਾਈਮ ਤਾਂ ਆ ਵੀ ਦੱਸ ਦਿਆ ਸਰ 2012 ਦੇ ਅੰਦਰ ਜਦੋਂ ਸਰਕਾਰ ਬਣੀ ਨਹੀਂ ਕਾਂਗਰਸ ਦੀ ਉਦੋਂ ਉਦੋਂ ਦਾ ਮੈਂ ਤੁਹਾਡੇ ਕੋਲ ਅਖਬਾਰ ਮੇਰੇ ਕੋ ਪਿਆਣਾ ਟ੍ਰਿਬਿਊਨ ਅਖਬਾਰ ਉਹਦੇ 'ਚ ਇੱਕ ਫਰੰਟ ਤੇ ਲੱਗੀ ਕਾਂਗਰਸ ਲੁਕਿੰਗ ਫੋਰ ਅ ਹਿੰਦੂ ਫੇਸ ਐਜ਼ ਅ اپੋਜੀਸ਼ਨ ਲੀਡਰ ਉਸ 'ਚ ਉਹਨਾਂ ਨੇ ਤਿੰਨ ਚਾਰ ਨਾਮ ਪਾਏ ਉਹਦੇ 'ਚ ਬ੍ਰਹਮਿੰਦਰਾ ਜੀ ਦਾ ਸਾਡੇ ਵਾਲੇ ਉਥੋਂ ਅਸ਼wini ਸ਼ੇਕਰੀ ਦਾ ਮੇਰਾ ਇਹ ਤਿੰਨੇ ਚਾਰ ਨਾਮ ਸੀ ਐਂਡ ਐਟ ਸੈਕਟਰ ਐਟ ਸੈਕਟਰਾਂ ਕਰਕੇ 파ਰਖੇ ਸੀਗੇ ਮੈਂ ਫਸਟ ਟਾਈਮ ਆਪਣੇ ਆਪ ਮੈਂ ਮਿਸਿਸ ਗਾਂਧੀ ਦੇ ਉੱਤੇ ਫੋਨ ਕਰਕੇ ਅਪਾਇੰਟਮੈਂਟ ਲਈ ਅਪਾਇੰਟਮੈਂਟ ਮਿਲੀ ਨਹੀਂ ਮੈਂ ਦਿੱਲੀੋਂ ਵਾਪਸ ਬੋਰ ਚੱਲ ਪਿਆ ਮੇਰੇ ਕੋਲ ਰੋहतक ਕੋਲ ਪਹੁੰਚ ਗਿਆ ਜਦੋਂ ਫੋਨ ਆਇਆ ਕਹਿੰਦੇ ਆਪ ਉਹ ਤਾਂ ਆ ਜਾਓ ਕਹਿੰਦੇ ਬੁਲਾਏ ਮੈਂ ਕਿਹਾ ਮੈਂ ਤਾਂ ਰੋहतक ਪਹੁੰਚ ਗਿਆ ਕਹਿੰਦੇ ਸ਼ਾਮ ਨੂੰ ਆਜੋ ਮੈਂ ਗਿਆ ਤੇ ਮੈਨੂੰ ਮਿਸਿਸ ਗਾਂਧੀ ਕਹਿੰਦੇ ਹਾਂ ਬੋਲੋ ਸੁਨੀਲ ਮੈਂ ਕਿਹਾ ਮੈਂ ਆਜੋ ਖਬਰ ਦੇਖੀ ਹੈ ਦੋ ਦਿਨ ਦਿਨ ਪਹਿਲਾਂ ਆਈ ਹੈ ਵੀ ਨਾਮ ਕੰਸੀਡਰ ਹੋ ਰਿਹਾ ਸੁਨੀਲ ਜਾਖੜ ਦਾ ਕਹਿੰਦਾ ਉਹ ਦੇਖेंगे ਉਹਨਾਂ ਨੇ ਐ ਨਹੀਂ ਕਿਹਾ ਵੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ ਕਿ ਅਸੀਂ ਦੇਖ ਰਹੇ ਹਾਂ ਮੈਂ ਕਿਹਾ ਜੀ ਮੈਂ ਕੋਈ ਬਣਨ ਵਾਸਤੇ ਨਹੀਂ ਆਇਆ ਦੋ ਇਟ ਇਜ਼ ਅ ਵੈਰੀ ਬਹੁਤ ਵੱਡਾ ਮਾਨ ਹੈ ਜੇ ਤੁਸੀਂ اپੋਜੀਸ਼ਨ ਲੀਡਰ ਬਣਾਓਗੇ ਪਰ ਮੈਂ ਇੱਕ ਹੋਰ ਕੰਨਾ ਹੈ ਉਹ ਵੀ ਥੋੜੇ ਅਲਰਟ ਹੋ ਕੇ ਹਾਂ ਕੀ ਹੈ ਮੈਂ ਕਿਹਾ ਉਸ ਚ ਲਿਖਿਆ ਹੈ ਵੀ Hindu ਕਰਕੇ ਵੀ Hindu face ਕਰਕੇ ਮੈਂ ਕਿਹਾ ਮੈਡਮ Hindu ਕਰਕੇ ਜੇ ਮੈਨੂੰ ਬਣਾਇਆ ਨਾ ਇੱਕ ਤਾਂ ਤੁਸੀਂ ਪਾਰਟੀ ਦੇ ਸੈਕੂਲਰ ਸੋਚ ਨੂੰ ਟਾਲਾ ਲਾਉਂਗੇ ਤੇ ਦੂਜਾ ਮੇਰੇ ਮੈਂ ਸਮਝਦਾ ਵੀ ਯੂ ਵਿਲ ਬੀ ਇਨਸਲਟਿੰਗ ਮੀ ਅਗਰ ਬਣਾਣਾ ਹੈ ਮਨੂੰ ਧਰਮ ਦੇ ਆਧਾਰ ਤੇ ਨਾ ਤੋਲਿਆ ਜਾਵੇ ਸਰ ਮਨੂੰ ਤੋਲੇ ਜਾਵੇ ਮੈਂ ਇਸ ਯੋਗ ਕਾਬਿਲ ਹਾਂ ਤਮਨੂੰ ਕੰਸੀਡਰ ਕਰ ਲਿਓ ਬਹੁਤ ਵੱਡਾ ਮਾਨ ਹੈ ਇਸ ਕਰਕੇ ਨਾ ਬਣਾ ਦਿਓ ਵੀ ਹਿੰਦੂ ਚਿਹਰਾ ਇਹ ਦੱਬ ਦਿਓ ਨਾ ਸਰ ਜਦੋਂ ਤੁਸੀਂ ਐਡੇ ਵੱਡੇ ਰਤਬੇ ਤੇ ਜਾ ਕੇ ਉੱਥੇ ਬੈਠਦੇ ਹੋ ਤੁਸੀਂ ਪੂਰੇ ਪੰਜਾਬ ਦੀ ਲੜਾਈ ਲੜਨੀ ਇਹ ਤਾਂ ਛੋਟੀ ਸੋਚ ਦੇ ਲੋਕ ਐ ਸਾਬ ਮੈਂ ਕਿਆ ਨਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁਰਸੀ ਦਾ ਕਦ ਵਧਾਤਾ ਸਾਬ ਇਹ ਲੋਕ ਐ ਇਹਨਾਂ ਨੇ ਕੁਰਸੀ ਬੇੜਾ ਗਰਕ ਕਰਤਾ ਸਾਬ ਜਿਹੜੇ ਬੰਦੇ ਤੁਹਾਡੇ ਕੋਲ ਆ ਕੇ ਬੈਠਦੇ ਹੁੰਦੇ ਸੀ ਤੁਹਾਡੇ ਤੋਂ ਵੀ ਕੰਮ ਕਰਾਉਂਦੇ ਹੁਣ ਉਹ ਤੋਂ ਬੋਲੇ ਤੁਹਾਡੇ ਤੇ ਰਾਜੇ ਵਿਡਿੰਗ ਨੇ ਕਿਆ ਉਹ ਨਹੀਂ ਬੋਲਿਆ ਸਾਬ ਨੇ ਉਲਟਾ ਬੋਲੇ ਤੁਹਾਡੇ ਕੋਈ ਨਹੀਂ ਬੋਲੇ ਠੁੱਖਾ ਕਰਕੇ ਗਦਾਰੀ ਕਰਕੇ ਰਾਜੀ ਵੜਿੰਗ ਵਰਗਿਆਂ ਦੇ ਬਿਆਨ ਆ ਗਏ ਫਿਰਦਾ ਇਹਨਾਂ ਨੂੰ ਤਾਂ ਚਲੋ ਇਹ ਕੁਝ ਲੋਕ ਆਪਣੀ ਔਕਾਤ ਜਿਤਾਤੇ ਆ ਪਤਾ ਲੱਗਿਆ ਸਾਬ ਕਹਤੋਂ ਗਏ ਪਰ ਇਨਕੀ ਔਕਾਤ ਤਾਂ ਪਤਾ ਲੱਗੀ ਕੌਣ ਕਿੱਥੇ ਖੜਾ ਸੀਗਾ ਮੈਂ ਕੋਈ ਨਹੀਂ ਸਾਬ ਪੋਜੀਟਿਵ ਕੋਈ ਨਹੀਂ ਜਦੋਂ ਉਹ بڑے ਦੂਜੇ ਕੰਟੈਕਸਟ ਚ ਕਿਹਾ ਗਿਆ ਕਿ ਲੋਕ ਮਹਿਸੂਸ ਕਰਨਗੇ ਕਹਿੰਦਾ ਜਦੋਂ ਉਸ ਵੇਲੇ ਕੋਈ ਬੋੜਿਆ ਨਾ ਜਦੋਂ ਭੀੜ ਪਈ ਸੀ ਜੰਜੂ ਤੇ ਤਨੂ ਹੈ ਉਹ ਗਾਣਾ ਪੰਜਾਬੀ ਦਾ ਸਾਬ ਉਹ 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 ਬੜੇ ਮਾਰਸ਼ਲ ਕਿਸਮ ਦੇ ਜਦੋਂ ਭੀੜ ਪਈ ਸੀ ਜੰਗ ਉਹ ਉਹ ਗੁਰੂ ਤੇਗ ਬਹਾਦਰ ਦੇ ਉਸ ਜਨੇਊ ਪਾਣ ਦਾ ਸੀਗਾ ਔਰੰਗਜ਼ੇਬ ਕਹਿੰਦਾ ਸੀ ਵੀ ਜਨੇਊ ਉਤਾਰ ਕੇ ਮੈਂ ਸਵੇਰੇ ਇੱਕ ਕੁਇੰਟਲ ਫੇਰ ਰਾਸਤਾ ਕਰੂੰਗਾ ਉਦੋਂ ਕੋਈ ਬੋੜਿਆ ਨਾ ਤੇ ਆ ਜਦੋਂ ਤੁਹਾਡੇ ਦੋਸਤ ਕਹਿੰਦੇ ਸੀ ਜੀ ਨੂੰ ਤੇ ਤੁਸੀਂ ਜੀ ਨੂੰ ਵੋਟਾਂ ਪਾ ਕੇ ਕਹਿੰਦੇ ਮੁੱਖ ਮੰਤਰੀ ਬਣਾਓ ਤੁਸੀਂ ਇਸ ਕਰਕੇ ਇਲਜ਼ਾਮ ਲਾਤਾ ਵੀ ਸੁਣ ਜੱਕ ਹਿੰਦੂਆਂ ਨਾਲ ਇਲਜ਼ਾਮ ਹੈ ਕਿ ਸਭ ਕੋਈ ਨਾ ਤਾਂ ਉਹ ਵੀ ਸਿਰ ਮੱਥੇ ਲਾਇਆ ਪਰ ਆ ਜਦੋਂ ਹੁਣ ਸਾਰੇ ਮਾਂਝੇ ਆ ਨਾ ਜੀ ਇਸ ਕਰਕੇ ਮੈਨੂੰ ਆ ਦਰਦ ਹੋ ਰਿਹਾ ਵੀ ਕਾਂਗਰਸ ਪਾਰਟੀ ਨੂੰ ਇੱਕ ਸਬਕ ਜਦੋਂ ਤਾਈਂ ਤੁਨਕਾ ਨਾ ਦੇਵਾਂਗੇ ਸਾਬ ਦੇ ਵਿਲ ਟੇਕ ਯੂ ਫॉर ਗਰੰਟਡ ਮੈਂ ਲੋਕਾਂ ਨੂੰ ਆ ਇੱਕ ਸੁਨੇਹਾ ਦੇਣਾ ਚਾਹਾਂ ਆਮ ਫੀਲ ਬੈਡ ਵੀ ਮੈਂ ਧਰਮ ਦੀ ਗੱਲ ਕਰੀ ਜਾਣਾ ਮੈਂ ਇੱਥੇ ਕਹਿ ਰਿਹਾ ਵੀ ਇਹ ਪੰਜਾਬ ਹੈ ਇੱਕ ਸੈਕੂਲਰ ਸੂਬਾ ਸਾਬ ਇਹਨੂੰ ਸੈਕੂਲਰ ਰਹਿਣ ਦਿਓ ਇਸ ਕੋ ਧਰਮ ਦਾ ਨਾਮ ਦੇ ਕੇ ਬਦਨਾਮ ਨਾ ਕਰੋ ਪਰ ਬੰਦੇ ਨੂੰ ਲੱਗਦਾ ਹੈਗਾ ਦੇਖੋ ਲੁਧਿਆਣਾ ਸੀਟ ਪੂਰੀ ਸ਼ਹਿਰੀ ਸੀਟ ਆ ਗਈ ਹੈ ਨਾ ਔਰ ਆਸ਼ੂ ਖਰਾਂ ਨੂੰ ਐਂਡ ਤੱਕ ਕਿਹਾ ਕਾਂਗਰਸ ਨੇਂਡ ਤੱਕ ਉਹਨਾਂ ਨੂੰ ਭਲੇਖੇ ਚ ਰੱਖਿਆ ਕਿ ਤੁਹਾਨੂੰ ਟਿਕਟ ਦੇਵਾਂਗੇ ਕੱਲੇ ਉਹਨੂੰ ਭਲੇਖੇ ਨਹੀਂ ਰੱਖਿਆ ਜੀ ਕਈਆਂ ਨੇ ਮਾਰੇ ਕਈਆਂ ਨੇ ਠੋਕ ਕਈਆਂ ਨੂੰ ਠੋਕਿਆ ਨੇ ਭਲੇਖੇ ਚ ਰੱਖ ਕੇ ਉਹ ਮੈਂ ਕਦੇ ਗੁਰਦਾਸਪੁਰ ਜਾਊਂਗਾ ਉੱਥੇ ੜੀ ਕਹਾਣੀ ਉੱਥੇ ਜਾ ਕੇ ਕਰੂੰਗਾ ਪਰ ਆ ਇਹਦੇ ਨਾਲ ਤਾਂ ਡਬਲ ਜੈਪਰਡੀ ਸਰ ਉਹ ਕਹਿੰਦੇ ਨਾ ਦੋ ਵਾਰੀ ਦੱਸੋ ਜੇ ਕਿਸੇ ਨੂੰ ਮਿਲਦੀ ਇਹਨੂੰ ਪਹਿਲਾਂ ਤਾਂ ਪ੍ਰਧਾਨ ਬਣ ਤੋਤਾ ਰਿਹਾ ਨਹੀਂ ਤੁਹਾਨੂੰ ਕਰਾਂਗੇ ਉਹ ਨਾਲ ਉਹਦੇ ਲਾਤਾ ਵੀ ਤੂੰ ਐਕਟਿੰਗ ਹੋ ਕੀ ਕਹਿੰਦੇ ਨੇ ਵਰਕਿੰਗ ਬਣਾਇਆ ਨਾ ਉਹ ਵਰਕਿੰਗ ਹੈ ਉਹ ਨਾਨ ਉਹ ਫਿਰ ਦਰਸ਼ਣੀ ਪਲਵਾਨ ਰੱਖਿਆ ਬੰਦਾ ਵਰਕਿੰਗ ਵਾਲੀ ਸਮਝ ਨਹੀਂ ਆਈ ਵੀ ਵਰਕਿੰਗ ਕਿਉਂਦਾ ਆਹ ਕੰਮ ਕਰੂਗਾ ਮਾਲ ਖਾਨ ਨੂੰ ਬਾਂਦ ਰੀ ਡੰਡੇ ਖਾਨ ਨੂੰ ਰਿਚ ਹੋਇਆ ਵੀ ਆਸ਼ੂ ਦੇ ਨਾਲ ਆ ਆਸ਼ੂ ਤਾਂ ਮੈਂ ਪਹਿਲਾਂ ਵੀ ਔਨ ਰਿਕਾਰਡ ਵੀ ਆਸ਼ੂ ਮਾਟੜ ਤਾਂ ਯਾਰ ਵੀジネス ਨੇ ਚੱਕ ਲਿਆ ਆ ਹਾਂ ਵੀジネス ਐਸ ਕਰਕੇ ਚੱਕ ਲਿਆ ਵੀ ਆ ਜਿਹੜੇ ਮਾਟੜ ਤਿੰਨ ਡਿਸਟ੍ਰਿਕਟ ਸੀਗੇ ਜੀ ਇਹ ਸ਼੍ਰੀਮਾਨ ਜੀ ਕੋਲ ਤਿੰਨ ਡਿਸਟ੍ਰਿਕਟ ਇਹਦੇ ਕੋਲ ਸੀਗੇ ਕਿਹਦੇ ਕੋਲੇ ਜਿਹਦੇ ਸਾਲੇ ਦਾ ਨਾਮ ਆ ਰਿਹਾ ਹੈ ਜਿਹੜਾ ਉਹ ਫਰੀਦਕੋਟ ਮਾਰਿਆ ਗਿਆ ਹੈ ਕੁਟਾਰੀਆ ਸਾਹਿਬ ਉਹ ਐ ਐ ਰੋਲੇ ਸੀਗੇ ਜੀ ਆ ਜਿਹੜੇ ਠੇਕੇਦਾਰੀ ਉਹ ਕੋਈ ਵਿਚਾਰਾ ਉਹ ਠੇਕੇਦਾਰ ਹੈ ਨਹੀਂ ਸੀ ਆ ਕੰਮ ਕਰਦਾ ਸੀਗਾ ਆ ਜਿਹੜੇ ਲਿਫਟਿੰਗ ਵਾਲੇ ਕੋਈ ਉੱਥੇ ਢੁਾਈ ਵਾਲੇ ਚਾਰੇ ਵਾਲੇ ਟਰਾਂਸਪੋਰਟ ਦੇ ਜਿਹੜੇ ਠੇਕੇ ਸੀ ਉਹਨਾਂ ਵਾਲੀ ਪੇਮੈਂਟ ਦਾ ਰੋਲਾ ਸੀ 50-60 ਲੱਖ ਦਾ ਇਹ ਕਹਿੰਦੇ ਸੀ ਪਹਿਲਾਂ ਦੇ 60 ਲੱਖ ਰੁਪਏ ਉਹਨੂੰ ਵਿਚਾਰੇ ਨੇ ਸੁਸਾਈਸਾਈਡ ਕੀਤਾ ਉਸ ਕਟਾਰੀਏ ਦੇ ਪਰਿਵਾਰ ਦੇ ਬੱਚੇ ਕੀ ਛੋਟੇ ਛੋਟੇ ਬੱਚੇ ਜਿਹਨੂੰ ਉਹਨੇ ਪਹਿਲੇ ਮਾਰਿਆ ਵੀ ਐ ਜਲੀਲ ਹੋਣਗੇ ਬਾਅਦ ਚ ਕੌਣ ਇਹਨਾਂ ਨੂੰ ਰੋਟੀ ਖਵਾਊਗਾ ਮੈਂ ਤਾਂ ਚੱਲਿਆਂ ਉਹਦਾ ਸ਼ਰਮ ਨਹੀਂ ਆਈ ਸਾਬ ਕਾਂਗਰਸ ਪਾਰਟੀ ਨੂੰ ਐ ਜਿਹੜੇ ਆਦਮੀ ਨੂੰ ਇੱਥੇ ਤੁਸੀਂ ਉਹ ਕਹਿੰਦਾ ਮੇਰਾ ਲੈਣਾ ਦੇਣਾ ਹੀ ਨਹੀਂ ਤੁਹਾਡਾ ਲੈਣਾ ਦੇਣਾ ਤਾਂ ਨਹੀਂ ਉਹ ਘਰ ਵਾਲੇ ਕਹਿ ਰਿਹਾ ਹੈ ਵੀ ਮੈਂ ਗੁਰੂ ਮਹਾਰਾਜ ਦੇ ਹੱਥ ਰੱਖ ਕੇ ਕਹਿ ਦਿੰਨੀ ਆ ਇਹਨਾਂ ਲੋਕਾਂ ਨੂੰ ਆ ਸਭ ਨਕਲੀ ਤੇ ਅਸਲੀ ਸਿੱਖ ਦਾ ਤੁਸੀਂ ਅਜੇ ਤੱਕ ਕਿਸੇ ਨੂੰ ਦੇਖਿਆ ਵੀ ਜਾ ਕੇ ਕਹਿੰਦਾ ਮੈਂ ਗੁਰੂ ਮਹਾਰਾਜ ਤੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਆਪਾਂ ਦਾ ਹੀ ਕਹਿੰਦੇ ਵੀ ਆਓ ਗੁਰਦੁਆਰੇ ਵੜ ਜੋ ਗੁਰੂ ਗ੍ਰੰਥ ਸਾਹਿਬ ਤੇ ਹੱਥ ਨਹੀਂ ਰੱਖਿਆ ਜਾਂਦਾ ਸਾਬ ਇਹਨਾਂ ਨੇ ਫਿਲਮਾਂ ਜਿਆਦਾ ਦੇਖ ਰਹੀਆਂ ਟੋਟਲ ਫਿਲਮੀ ਲੋਕ ਹੈ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਾਬ ਮੇਰਾ ਹਮੇਸ਼ਾ ਤੋਂ ਮਰਨਾ ਸਾਬ ਕੱਲੀ ਪਹਿਲੀ ਗੱਲ ਪਗੜੀ ਜਿਹੜੀ ਹੈ ਨਾ ਸਾਬ ਕੋਈ ਟੋਪੀ ਹੈ ਨਹੀਂ ਤੁਹਾਡਾ ਜਦੋਂ ਜੀਐਲ ਪਾਲੀ ਜਦੋਂ ਉਤਾਰ ਲਈ ਤੇ ਦੂਜੀ ਗੱਲ ਪਗੜੀ ਤੇ ਦਸਤਾਰ 'ਚ ਫਰਕ ਹੈ ਸਾਬ ਦਸਤਾਰ ਇਜ਼ ਅ ਸਿੰਬਲ ਆਫ ਸਿੱਖੀਜ਼ਮ ਗੁਰੂ ਮਹਾਰਾਜ ਦੀ ਦੇਣ ਹੈ ਸਾਨੂੰ ਤੇ ਤੀਜੀ ਗੱਲ ਅਗੜੀ ਪਾ ਨਾਲ ਕੋਈ ਸਰਦਾਰ ਨਹੀਂ ਬਣਦਾ ਸਾਬ ਸਰਦਾਰੀ ਕਮਾਉਣ ਵਾਸਤੇ ਇੱਕ ਸਰਦਾਰੀ ਕਮਾਣੀ ਪੈਂਦੀ ਹੈ ਸਾਬ ਮੈਂ ਸਮਝਦਾ ਮੈਂ ਸਰਦਾਰੀ ਕਮਾਈ ਹੈ ਲੋਕਾਂ ਦੇ ਨਾਲ ਖੜਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਨੂੰ ਅੰਦਰ ਉਤਾਰ ਕੇ ਐ ਐ ਲੋਕ ਨਕਲੀ ਸਿੱਖ ਸਾਬ ਫਰਾਡ ਟੋਟਲ ਦੇ ਆਰ ਕਮਿਟਿੰਗ ਅ ਫਰਾਡ ਲੋਕਾਂ ਨੂੰ ਮਤਲਬ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਪਰ ਉਹ ਇਕੱਲੇ ਇਹਦਾ ਕਸੂਰ ਨਹੀਂ ਸਾਬ ਇੱਕ ਬੰਦੇ ਦਾ ਦੋ ਸਾਰਾ ਸਿਸਟਮ ਫਰਾਡ ਦੇ ਮਗਰ ਤੁਰੀ ਜਾਂਦਾ ਹੈ ਕੱਲ ਦੋ ਤਿੰਨ ਗੱਲਾਂ ਹੋਈਆਂ ਸੌਰੀ ਮੈਂ ਤੁਸੀਂ ਜਿਹੜੇ ਪਾਸੇ ਜਾਊਂਗਾ ਮੈਂ ਕਹਿਣਾ ਚਾ ਰਿਹਾ ਸੀ ਕੱਲ ਮੈਨੂੰ ਕਿਸੇ ਨੇ ਸਵਾਲ ਪੁੱਛ ਲਿਆ ਜੀ ਕਹਿੰਦੇ ਜੀ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਕਾਂਗਰਸ ਦੇ ਸਰਚਾਰਕ ਪ੍ਰਚਾਰਕ ਬਣੇ ਬੈਠੇ ਆ ਮੈਂ ਕਿ ਲੋਕ ਇੰਨੇ ਭੋਲੇ ਐ ਵੀ ਜਿਹੜੇ ਲੋਕ ਐ ਉਹਨਾਂ ਨੂੰ ਆਹ ਭੁੱਲ ਗਏ ਵੀ ਆਹ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਰੜੇ ਹੋਏ ਐ ਤੁਸੀਂ ਇਹਨਾਂ ਤੋਂ ਤਵਕਕ ਕਰਦੇ ਹੋ ਤਾਂ ਤੁਹਾਨੂੰ ਜਸਟਿਸ ਦਵਾ ਦੇਣਗੇ ਜੇ ਮੌਕਾ ਇਹਨਾਂ ਨੂੰ ਕਿਤੇ ਜੇ ਸੁਣਿਆ ਕਿਸੇ ਨੇ ਤੇ ਇਹ ਤਾਂ ਪਹਿਲਾਂ ਤਾਂ ਆਪ ਦੀ ਜਾਨ ਬਚਾਣਗੇ ਪਰ ਗਵੰਦ ਮਾਨ ਜੀ ਦੇ ਟਾਰਗੇਟ ਤੇ ਕਿਹਾ ਉਹਨਾਂ ਨੇ ਘਟੋ ਘਟ ਵੀ ਮੈਂ ਚੰਨੀ ਨੂੰ ਇਹ ਜਿਹੜੇ ਪਹਿਲਾਂ 2 ਕਰੋੜ ਦਾ ਇਲਜ਼ਾਮ ਲਾਇਆ ਸੀ ਹੁਣ ਕੋਈ ਗੋਆ ਵਾਲਾ ਫਾਈਲ ਖੋਲੀ ਬੈਠੇ ਆ ਉਹ ਬਹੁਤ ਸਾਰੀਆਂ ਫਾਈਲਾਂ 10 ਕਰੋੜ ਤਾਂ ਪਾਸੇ ਦੀ ਗੱਲ ਹੈ ਹੋਰ ਕਈ ਫਾਈਲਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਇਹਦੇ ਸੁਖਜਿੰਦਰ ਰੰਦਾਵੇ ਵਾਲੀ ਫਾਈਲਾਂ ਹੁਣ ਦੋ ਪਰਸੋਂ ਹੀ ਕਿਹਾ ਸੀਗਾ ਕੱਲ ਰੇਡ ਪੈਗੀ ਇਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਈਡੀ ਵਾਲੇ ਨੇ ਕਰਤਾ ਕੰਮ ਕਹਿੰਦਾ ਮੈਂ ਇਹਦੀ ਰੇਡ ਖੋਲੂਗਾ ਇਹਨਾਂ ਵਾਸਤੇ ਤਾਂ ਰੋਜ਼ ਹੀ ਕਹਿ ਦਿੰਦੇ ਵੀ ਤੂੰ ਚੁੱਪ ਕਰ ਹੂੰ ਹੂੰ ਤੇਰੇ ਤਿੰਨ ਦਿਨਾਂ ਬਾਅਦ ਮੈਂ ਜੋ ਕਾਂਗਰਸ ਵਾਲੇ ਪਿੱਟਦੇ ਨੇ ਕਿ ਰਾਜੀ ਵਿਢਿੰਗ ਤੇ ਜੇ ਕਾਰਵਾਈ ਹੋ ਜਾਏ ਸ਼ਾਇਦ ਕੋਈ ਹੋਰ ਪ੍ਰਧਾਨ ਆ ਜਾਏ ਨਹੀਂ ਤਾਂ ਕਾਂਗਰਸ ਇੰਨੀ ਕੰਪਰਮਾਈਜ਼ ਹੋ ਜੂ ਖਤਮਾ ਕਿੱਡਾ ਮਤਲਬ ਗੋਡੇ ਟੇਕ ਰੱਖੇ ਸਭ ਉਹ ਉਹਦਾ ਇੱਕ ਪਾਸੇ ਉਹਦੀ ਫੇਰ ਗੱਲ ਕਰਾਂਗੇ ਉਹ ਹੀ ਇਸ ਨਾਟ ਵਰਥ ਵੀ ਆਪਾਂ ਆਪਣਾ ਟਾਈਮ ਇੱਥੇ ਖਰਾਬ ਕਰੀਏ ਮੈਂ ਜਿਹੜੇ ਗੱਲ ਕਹਿਣਾ ਵੀ ਇਹਨਾਂ ਨੂੰ ਮੌਕਾ ਮਿਲ ਗਿਆ ਕਾਂਗਰਸ ਨੂੰ ਜੀ ਕਿਤੇ ਤੇ ਇਹ ਤਾਂ ਆਪ ਦੀ ਜਾਨ ਬਚਾਣਗੇ ਭਗਵੰਦ ਮਾਨ ਜੀ ਕੋਲ ਉੱਤੇ ਜਾ ਕੇ ਖੜਗੇ ਸਾਹਿਬ ਪਲੀਜ਼ ਫੋਨ ਕਰੋ ਜੀ ਅਬ ਤੋਂ ਦੇਖੋ ਜੀ ਇਹ ਤਾਂ ਜਿੱਤ ਗਏ ਜੀ ਆਪਣੇ ਸਰਕਾਰ ਬਣ ਗਈ ਉਸ ਕੋ ਕਹੋ ہماری ਜਾਨ ਉਹਨਾਂ ਦਾ ਵੀ ਲੀਡਰਾਂ ਦਾ ਵੀ ਕੋਈ ਕਸੂਰ ਨਹੀਂ ਕੱਲ ਰਾਹੁਲ ਗਾਂਧੀ ਜੀ ਆਏ ਸਾਬ ਅੰਮ੍ਰਿਤਸਰ ਜੀ ਕੱਲ ਤੁਸੀਂ ਨੋਟਿਸ ਕੀਤੀ ਉਹਨਾਂ ਦੀ ਸਪੀਚ ਬਿਲਕੁਲ ਉਹਨਾਂ ਨੇ ਕਿਤੇ ਵੀ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਕਿਤੇ ਵੀ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਵੀ ਆਮ ਆਦਮੀ ਪਾਰਟੀ ਪੰਜਾਬ 'ਚ ਮਾੜੀ ਹੈ ਚੰਗੀ ਹੈ ਠੀਕ ਹੈ ਨਹੀਂ ਹੈ ਨਹੀਂ ਕੀਤਾ ਉਸ ਤੋਂ ਪਹਿਲਾਂ ਉਸੇ ਟਾਈਮ ਆਉਣ ਤੋਂ ਪਹਿਲਾਂ ਇਹਨਾਂ ਦੇ ਪੂਰੇ ਪਰਿਵਾਰ ਦੀ ਫੋਟੋ ਮਿਸਿਸ ਗਾਂਧੀ ਤੇ ਰਾਹੁਲ ਜੀ ਦੀ ਫੋਟੋ ਸੀਗੀ ਬੜੇ ਪ੍ਰਾਊਡਲੀ ਕਿਨੂ ਪਾ ਕੇ ਆਏ ਸੀਗੇ ਉੱਥੇ ਵੋਟਾਂ ਦਿੱਲੀ ਦੇ ਅੰਦਰ ਉਹ たら ਰahul ਨੇ ਖੁਦ ਬੋਲੇ ਕਿ ਪਹਿਲੀ ਵਾਰ ਹਿਸਟਰੀ ਚ ਹੋ ਰਿਹਾ ਮੈਂ ਆਮ ਆਦਮੀ ਨੂੰ ਵੋਟ ਪਾਉਂਗਾ ਸੋ ਆਮ ਆਦਮੀ ਮੈਂ ਸਰਦਾਰ ਬਲਕੌਰ ਸਿੰਘ ਨੂੰ ਪੁੱਛਣਾ ਚਾਹੁੰਦਾ ਵੀ ਅੱਖਾਂ ਖੋਲੋ ਬਲਕੌਰ ਸਿੰਘ ਜੀ ਕਰੀ ਕੀ ਜਾਨੇ ਹੋ ਤੁਸੀਂ ਜਿਨ੍ਹਾਂ ਤੋਂ ਨਿਆਂੇ ਪਾਲਦੇ ਉਹ ਤਾਂ ਕਤਲਾ ਨਾਲ ਰਲੇ ਹੋਏ ਐ ਖੁੱਲੇ ਆਮ ਕਹਦੇ ਐ ਰਾਹੁਲ ਗਾਂਧੀ ਤਾਂ ਵੱਡੀ ਤਾਂ ਕੋਈ ਸ਼ੈ ਨਹੀਂ ਇਸ ਪਾਰਟੀ 'ਚ ਖੜਕੇ ਸਾਵ ਨੂੰ ਮੱਲ ਲੋ ਚਲੋ ਹੈਗੇ ਨੋਮੀਨਲ ਐ ਹੈਗੇ ਫੈਕਚੁਅਲ ਜੋ ਵੀ ਐ ਪਰ ਉਹ ਤਾਂ ਕਹਿੰਦੇ ਵੀ ਆ ਲਓ ਅਸ ਤਾਂ ਉਥੇ ਵੋਟ ਪਾ ਕੇ ਆਏ ਕੇਜਰੀਵਾਲ ਨੂੰ ਪਾ ਕੇ ਆਏ ਫਿਰ ਥੋਡੀ ਜਾਨ ਕੌਣ ਬਚਾਊਗਾ ਉਹ ਆ ਵੀ ਭੁੱਲ ਗਏ ਵੀ ਉਥੇ ਸਭ ਤੋਂ ਪਹਿਲਾਂ ਅਰੈਸਟ ਕਿੱਥੇ ਹੋਈ ਸੀਗੀ ਮੂਸੇ ਵਾਲੇ ਦੇ ਕਤਲਾ ਦੀ ਦਿੱਲੀ ਦੇ ਅੰਦਰ ਹੋਈ ਸੀ ਸਪੈਸ਼ਲ ਸੈੱਲ ਦੇ ਤਾਰੀਵਾਲ ਜੀ ਉਹ ਜਿਹੜੇ ਉਹਨਾਂ ਦੇ ਸਪੈਸ਼ਲ ਸੈੱਲ ਦੇ ਉੱਥੇ ਦੇ ਹੈਗੇ ਡੀਸੀਪੀ ਉਹਨਾਂ ਨੇ ਉਹਨੂੰ ਫੜ ਕੇ ਕੀਤਾ ਤੇ ਦਿੱਲੀ ਪੁਲਿਸ ਕਿਹਦੇ ਅਧੀਨ ਹੈ ਸੈਂਟਰਲ ਗਵਰਨਮੈਂਟ ਦੇ ਸੋ ਉਹ ਲੋਕ ਗੁੰਮਰਾ ਹੋ ਰਿਹਾ ਸਾਬ ਸਾਰੇ ਮਤਲਬ ਮਿਲ ਕੇ ਕਿਸੇ ਨੂੰ ਕੁਝ ਨਹੀਂ ਹੈ ਤਾਂ ਗੁੰਮਰਾ ਸਾਰੀ ਕਾਂਗਰਸ ਪਾਰਟੀ ਗੁੰਮਰਾ ਕਰ ਰਹੀ ਹੈ ਸਿਨੇ ਮੈਂ ਤੇ ਰਾਹੁਲ ਗਾਂਧੀ ਨੂੰ ਸਮਝਦਾ ਸੀ ਬਖੂਦ ਕਿਸੇ ਗੱਲ ਤੇ ਖੜੇ ਪਰ ਕਿਸ ਤਰ੍ਹਾਂ ਜਸਟੀਫਾਈ ਕਰਨਗੇ ਕੱਲ ਆ ਕੇ ਇੱਥੇ ਕਹਿੰਦੇ ਵੀ ਅੱਬ ਕੱਲ ਜਿਹੜੀ ਕਰ ਰਹੀ ਹੈ ਆਮ ਆਦਮੀ ਪਾਰਟੀ ਗਲਤ ਕਰ ਰਹੀ ਹੈ ਸਾਡੇ ਇਹਨਾਂ ਦੇ ਤੱਕੇ ਕਰ ਰਹੀ ਹੈ ਅਸੀਂ ਇਹਨਾਂ ਦਾ ਹਿਸਾਬ ਲਵਾਂਗੇ ਕੋਈ ਹਿਸਾਬ ਨਹੀਂ ਸਭ ਉਹਨਾਂ ਨੇ ਵੋਟ ਪਾ ਕੇ ਉਹਨਾਂ ਨੂੰ ਸੋ ਆਬਵੀਅਸਲੀ ਦੇ ਐਗਰੀ ਵਿਦ ਇਟ ਰੋਂਦਾ ਆਵਾ ਦਾ ਵੀ ਇੱਕ ਬਿਆਨ ਆਇਆਗਾ ਕਿ ਜੋ ਲੱਗਦਾ ਜਾਖੜ ਨੂੰ ਜੋ ਤੁਹਾਡੇ ਅੱਜ ਜੋ ਵੀ ਚੀਜ਼ਾਂ ਰੀਡਮ ਚੱਲਿਆ ਉਹਨਾਂ ਨੇ ਬੜਾ ਤਿੱਖਾ ਬੋਲਿਆ ਸੀਗਾ ਕਿ ਉਹ ਇਹ ਕਹਿੰਦੇ ਨੇ ਉਹ ਕਹਿੰਦੇ ਨੇ ਜੋ ਹੁੰਦਾ ਕਰ ਲੈਣਾ ਅਸੀਂ ਤਾਂ ਸਾਫ਼ ਸੁਥਰੇ ਆ ਮੈਂ ਤਾਂ ਕੁਝ ਨਹੀਂ ਕਰਦਾ ਸਭ ਐਵੇਂ ਮਤਲਬ ਉਲਟਾ ਤੁਹਾਡੇ ਬਾਰੇ ਕਹਿ ਜੀ ਮਾਈਨਿੰਗ ਕਿਵੇਂ ਚੱਲਦੀ ਸੀ ਮਾਈਨਿੰਗ ਇੱਥੇ ਕੌਣ ਕਰਦਾ ਸੀ ਚਲੋ ਉਹ ਤਾਂ ਹੁਣ ਦੇਖੋ ਸਾਰੀਆਂ ਗੱਲਾਂ ਠੀਕ ਐ ਕਦੇ ਉਹ ਕਹਿੰਦਾ ਕبھی ਰਹਤੇ ਤੇ ਕبھی ਜਿਨਕੇ ਦਿਲ ਮੇਂ ਹਮ ਜਾਨ ਸੇ ਵੀ ਪਿਆਰ ਉਹ ਤਾਂ ਆਪ ਰਿਕਾਰਡ ਤੇ ਹੈ ਉਹ ਵੀ ਤੁਹਾਡੇ ਗਲ ਪਈ ਹੋਣੀ ਵੀ ਰahul ਕੈਪਟਨ ਅਮਰਿੰਦਰ ਸਿੰਘ ਕੌਣ ਐ ਮੰਤ ਮੰਤਰੀ ਬਣਾਇਆ ਸੁਨੀਲ ਜਾਖੜ ਨੇ ਪਰ ਚਲੋ ਠੀਕ ਐ ਮੈਂ ਉਹਨਾਂ ਦੀ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਆਪਣੇ ਗੀਤਾ ਚ ਲਿਖਿਆ ਹੈ ਕਰਮਨਿ ਵਾ ਅਧਿਕਾਰਸਤੇ ਮਾ ਫਲੇਸ਼ੂ ਕਦਾ ਚਨੋ ਵੀ ਤੁਸੀਂ ਫਲ ਦੀ ਚਿੰਤਾ ਨਾ ਕਰੋ ਆਪਣਾ ਕਰਮ ਕਰੋ ਇਹ ਕਾਂਗਰਸੀ ਲੀਡਰ ਹੈ ਨਾ ਸਾਰੇ ਉਹ ਚਿੰਤਾ ਹੀ ਫਲਦੀ ਹੈ ਕਿਉਂਕਿ ਜੇ ਜੇ ਕਰਮ ਕੀਤੇ ਹੋ ਜੇ ਫਲਾਂ ਦੇ ਫਲ ਸਾਰੇ ਤਾਂ ਧਿਆੜ ਵਾਲੇ ਜੀ ਹੈ ਸਾਰੇ ਜਾਣਗੇ ਇੱਕ ਇੱਕ ਕਰਕੇ ਕੋਈ ਸਪੈਸ਼ਲ ਕੋਰਟ ਮੈਂ ਤਾਂ ਅੱਜ ਅਮਿਤ ਸ਼ਾਹ ਜੀ ਜਾਣਾ ਹੈ ਲੁਧਿਆਣੇ ਮੈਂ ਤਾਂ ਇਹ ਕਹੂੰਗਾ ਜੀ ਪੰਜਾਬ ਚ ਜੇ ਕਰਪਸ਼ਨ ਖਤਮ ਕਰਨੀ ਹੈ ਨਾ ਇੱਥੋਂ ਚਾਲੂ ਹੋ ਜਿਹੜੇ ਜਿਹੜੇ ਤੇ ਉਂਗਲ ਕੀਤੀ ਆ ਤਾਂ ਭਗਵੰਦ ਮਾਨ ਜੀ ਨੂੰ ਨੋਟਿਸ ਦੇ ਦਿਓ ਬੇ ਸ਼ਰੀਮਾਨ ਯਾ ਤਾਂ ਜਿਨ੍ਹਾਂ ਦੇ ਨਾਮ ਲੈ ਤੂੰ ਦਰਦ ਪਰਚਾ ਦਰਜ ਕਰ ਜਾਂ ਕਲੀਨ ਚਿੱਟ ਦੇ ਦੇ ਤੇ ਤੇਰੇ ਤੋਂ ਨਹੀਂ ਹੁੰਦੇ ਤੇ ਤੂੰ ਸਾਨੂੰ ਦੇ ਦੇ ਕੇਸ ਅਸੀਂ ਇਹਨਾਂ ਨੂੰ ਯਾਦਾ ਅੰਦਰ ਕਰਨ ਵਾਲੇ ਅੰਦਰ ਕਰ ਦਾਂਗੇ ਕਲੀਨ ਚਿੱਟ ਦੇਣੀ ਹੈ ਕਲੀਨ ਚਿੱਟ ਦੇ ਦਾਂਗੇ ਤੇ ਫਾਸਟ ਟਰੈਕ ਕਰ ਦਿਓ ਸਾਬ ਕਿਉਂਕਿ ਹੋ ਕੀ ਰਿਹਾ ਹੈ ਯਾਦਵਿੰਦਰ ਜੀ ਜਦੋਂ ਕੋ ਲੋਕ ਦੇਖਦੇ ਨੇ ਉੱਤੇ ਚਾਕੀ ਮਾਰ ਕੇ ਦੇਖਦੇ ਜਿੰਨਾ ਵੱਡਾ ਲੀਡਰ ਓਨੀ ਵੱਡੀ ਠਗੀ ਜਿਦਾ ਜਿੱਥੇ ਸੂਤ ਪਿਆਜ ਕੋਈ ਚੀਫ ਮਿਨਿਸਟਰੀ ਆਇਆ ਤਾਂ ਕਰੇ ਪੈਸੇ ਰੋਲਦੇ ਪਏ 10 ਕਰੋੜ ਇਧਰ ਬਿਸਤਰ ਦੇ ਏਟਾਂ ਪਏ ਸੀ 35-40 ਕਰੋੜ ਮੇਰੇ ਸ਼ੇਰਾਂ ਨੇ ਬੈਂਕ ਚ ਧਰ ਰੱਖੇ ਜਿਦਾ ਕੋਈ ਹਿਸਾਬ ਕਿਤਾਬ ਹੈ ਨਹੀਂ ਤੇ 10-10 ਏਕੜ ਚ ਫਾਰਮ ਹਾਊਸ ਬਣ ਰਹੇ ਜਿਹੜੇ ਕਹਿੰਦੇ ਆ ਵੀ ਸਾਰਾ ਵਿਗਾੜ ਸਾਡਾ ਵਿਗਾੜ ਲੋ ਕੈਪਟਨ ਰਮਿੰਦਰ ਸਿੰਘ ਜੀ ਦਾ ਆਪ ਦਾ ਫਾਰਮ ਹਾਊਸ 4 ਏਕੜ ਚ ਹੈ ਤੇ ਸਾਡੇ ਡਿਪਟੀ ਉਹ ਕੀ ਹੋਮ ਮਿਨਿਸਟਰ ਸੀ ਡਿਪਟੀ ਚੀਫ ਮਿਨਿਸਟਰ ਇਹਨਾਂ ਦੇ 10 ਏਕੜ ਚ ਬਣ ਰਹੇ ਉੱਥੇ ਬਰਾਬਰ ਸੁਖਵੀਰ ਬਾਦਲ ਨਾਲ ਪਿੱਠ ਲੱਗਦੀ ਉਹਨਾਂ ਦੀ ਉੱਥੇ ਬਣ ਰਹੇ ਤੇ ਇਹ ਜਿਹੜੇ ਆ ਉਹ ਤਾਂ ਸ਼੍ਰੀਮਾਨ ਲੁਧਿਆਣੇ ਜਿਹੜੇ ਬੈਠੇ ਆ ਉਹਦੇ ਕੋਲ ਤਾਂ ਡਿਫੈਂਡਰ ਗੱਡੀ ਹੈ 2.5 ਕਰੋੜ ਦੀ ਆ ਪਤਾ ਨਹੀਂ 2.5 ਕਰੋੜ ਦੀ ਹੈ ਘਰੋਂ ਹੈ ਉਹਨਾਂ ਕੋਲ ਉਹਦੇ ਕੋਲ ਵੀ ਮੇਰੇ ਖਿਆਲ ਵਿੱਚ ਵੱਡੇ ਵਾਲੀ ਜਿਹਨੂੰ ਚੰਨੀ ਜੀ ਕੋਠੇ ਜਿੱਡੀਆਂ ਜਿੱਡੀਆਂ ਗੱਡੀਆਂ ਕੋਠੇ ਵਾਲੀ ਗੱਡੀ ਉਹਨਾਂ ਕੋਲ ਹੈ ਇਹ ਜਦੋਂ ਲੋਕ ਇਹਨਾਂ ਨੂੰ ਦੇਖਦੇ ਨੇ ਫਿਰ ਹਰੇਕ ਦਾ ਕਹਿੰਦਾ ਯਾਰ ਇਹ ਤਾਂ ਵੱਡੇ ਵੱਡੇ ਮਗਰਮਛ ਤੁਰੇ ਫਿਰਦੇ ਆ ਸੀ ਕੋਈ 5-7 ਲੱਖ ਰੁਪਈਆ ਹੋਣ ਜੇ ਕੋਈ ਉੱਥੇ ਕੋਟ ਫੱਤਾ ਫੜਿਆ ਹੋਇਆ ਉਹ ਕਹਿੰਦਾ ਯਾਰ ਕਮਾਲ ਕਰੀ ਜਾਂਦੇ ਹੋ ਸਾਡੇ ਤੇ ਜ਼ੁਲਮ ਕਰেন 10 ਕਰੋੜ ਡਾਲਰ ਤੋਂ ਬਾਹਰ ਤੁਰੇ ਫਿਰਦੇ ਇਹਨਾਂ ਨੂੰ ਤਾਂ ਘੱਟ ਪਾਉਂਦਾ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਪਹਿਲਾਂ ਤਾਂ ਬਗੰਦਵਾਨ ਜੀ ਨੂੰ ਵੀ ਇਹਨਾਂ ਤੋਂ ਸੁਣਨਿਆ ਲਵਾ ਦੂੰਗਾ ਵੀ ਹਮੇਸ਼ਾ ਜੀ ਤੈਨਾਂ ਨੂੰ ਕਹੋ ਜਾਂ ਤਾਂ ਕਾਰਵਾਈ ਇਹ ਕਰਨ ਨਹੀਂ ਤਾਂ ਤੁਸੀਂ ਕਰੋ ਸਾਬ ਇੱਕ ਅੱਧਾ ਕੋਈ ਕਾਂ ਟੰਗ ਕੇ ਮਾਰ ਕੇ ਟੰਗਣਾ ਪਊਗਾ ਸਾਬ ਨਹੀਂ ਤਾਂ ਕਰਪਸ਼ਨ ਲੈ ਕੇ ਬੈਗੀ ਸਾਬ ਕਰਪਸ਼ਨ ਇਜ਼ ਐਸ ਬੈਡ ਜਿਹੜਾ ਸਾਡੇ ਸਮਾਜਿਕ ਬੰਤਰ ਦੇ ਅੰਦਰ ਫਰਕ ਪਾ ਰਿਹਾ ਉਸੇ ਤਰ੍ਹਾਂ ਇਹ ਕਰਪਸ਼ਨ ਕਿਸੇ ਦੀ ਕਰ ਰਿਹਾ ਸਾਬ ਇਹਨਾਂ ਨੇ ਤਾਂ ਦੁਕਾਨਾਂ ਖੋਲ ਲੀਆਂ ਜਿਹੜੇ ਹੋਣਾ ਇਹ ਐ ਜਿਨ੍ਹਾਂ ਨੂੰ ਪ੍ਰਤਾਪ ਜੀ ਕਹਿੰਦੇ ਕਿਹੜਾ ਮਟੀਰੀਅਲ ਆ ਗਿਆ ਕੋਈ ਨਹੀਂ ਬਖਸ਼ੀ ਜਾਂਦਾ ਸਾਰੇ ਲਈ ਜਾਂਦੇ ਮਟੀਰੀਅਲ ਉਹ ਇਹਨਾਂ ਨੂੰ ਦੇਖ ਕੇ ਦਾ ਮਟੀਰੀਅਲ ਆਇਆ ਸਾਬ ਵੀ ਇਹ ਦੇਖੋ ਕਿੱਥੋਂ ਕਿੱਥੇ ਪਹੁੰਚ ਗਏ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਜੇ ਮੈਂ ਐਮਪੀ ਬਣਿਆ ਔਰ ਸਾਡੀ ਸਰਕਾਰ ਬਣੀ ਤਾਂ ਮੈਂ ਕਟਾਰੀਏ ਵਾਲਾ ਕੇਸ ਵੀ ਸੀਬੀਆਈ ਤੋਂ ਜਾਂਚ ਕਰਵਾਉਂਗਾ ਕਿਉਂਕਿ ਪਿਆਉ ਸਰਕਾਰ ਨੇ ਤਾਂ ਬੰਦ ਕਰਤਾ ਹੋਣੀ ਚਾਹੀਦੀ ਸਾਬ ਬਿਲਕੁਲ ਇਹਦੇ ਚ देयर इज ਅ স্মੋਕਿੰਗ ਗਨ ਮੈਂ ਨਹੀਂ ਕਹਿ ਰਿਹਾ ਵੀ ਕੋਈ ਬੰਦਾ ਮੰਤਰੀ ਬਣਦਾ ਉਹਨੂੰ ਲਾਇਸੈਂਸ ਮਿਲ ਗਿਆ ਕਿ ਵੀ ਤੁਸੀਂ ਬੰਦੇ ਮਾਰ ਦਿਓ ਉਹਦੇ 10 ਦਿਨਾਂ ਦੇ ਬਾਅਦ ਕੇਸ ਫਾਈਲ ਹੋ ਜਾਂਦਾ ਸਰ ਹਾ ਬੜੀ ਰਿਵਾਰਡ ਆ ਸਾਬ ਆ ਚੰਨੀ ਜੀ ਨੇ ਪਤਾ ਨਹੀਂ ਕਿਹੜਾ ਪਿਆਰ ਨਿਭਾਇਆ ਉਹਦੇ ਨਾਲ ਕਿਹੜੀ ਦੇਣਦਾਰੀ ਸੀ ਵੀ ਮੈਂ ਤੇਰੇ ਨਾਲ ਖੜਾ ਵੀ ਆਉ ਔਰ ਸੁਨੀਲ ਜਾਖੜ ਨੂੰ ਰੋਕੀਏ ਤੇ ਮੇਰਾ ਕੰਮ ਕਰਾ ਦਿਓ ਸੋ ਐ ਆ ਜੁੰਡਲੀ ਐ ਸਾਬ ਮੈਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਨੇ ਤਿੰਨ ਬੰਦੇ ਦੋ ਚਾਰ ਜੇ ਹੋਰ ਐ ਬਟ ਦੇ ਆਰ ਦਾ ਮੇਨ ਕਲਪਰੇਟ ਜਿਨ੍ਹਾਂ ਨੇ ਅੱਗ ਲਾਈ ਚਰਨ ਜੀ ਚੰਨੀ ਜੀ ਸੁਖਜਿੰਦਰ ਰੰਦਾਵਾ ਤੇ ਆ ਆਪਣੇ ਸ਼੍ਰੀਮਾਨ ਵਡਿੰਗ ਇਹ ਤਿੰਨਾਂ ਨੇ ਇਹ ਸੀਗੇ ਵੀ ਅੱਗ ਲੱਗ ਜੂਗੀ ਮੈਡਮ ਜੇ ਕਿਤੇ ਹਿੰਦੂ ਨੂੰ ਬਣਾਤਾ ਜੇ ਕਿਤੇ ਸੁਨੀਲ ਜਾਖੜ ਨੂੰ ਬਣਾਤਾ ਪੰਜਾਬ 'ਚ ਅੱਗ ਲੱਗ ਜੂਗੀ ਸੋ ਇਸ ਕਰਕੇ ਅੱਜ ਦੇ ਦਿਨ ਸ਼ਹਿਰੀ ਵੋਟ ਜਾਂ ਹਿੰਦੂ ਵੋਟ ਜਾਂ ਕੋਈ ਵੀ ਅੱਜ ਜਿਹੜੇ ਵੋਟ ਪੈਂਦੀ ਹੈ ਕਾਂਗਰਸ ਨੂੰ ਸਾਹਿਬ ਇਹਨਾਂ ਦੀ ਉਹਦੇ ਤੇ ਮੋਹਰ ਲੱਗਦੀ ਹੈ ਵੀ ਹਿੰਦੂ ਜਿਹੜਾ ਹੈ ਉਹ ਪੰਜਾਬ ਦੇ ਅੰਦਰ ਅੱਗ ਲੱਗ ਜੂਗੀ ਹਿੰਦੂ ਨੂੰ ਜੇ ਅੱਗੇ ਕਰਤਾ ਸਾਹਿਬ ਹਿੰਦੂ ਆ ਪੰਜਾਬੀਅਤ ਦੇ ਸੋਚ ਦੇ ਖਿਲਾਫ ਹੈ ਸ਼ਾਬਾਸ਼ ਜਿਸ ਤਰ੍ਹਾਂ ਤੁਸੀਂ ਸੈਗਰੀਗੇਟ ਕਰ ਰਹੇ ਹੋ ਇੱਕ ਧਰਮ ਨੂੰ ਧਰਮ ਦੇ ਨਾਂ ਤੇ ਕਿਸੇ ਨੂੰ ਆਂਕ ਰਹੇ ਹੋ ਸਭ ਮੈਂ ਮਾੜਾ ਹੋ ਸਕਦਾ ਮੈਂ ਮਾੜਾ ਦਾ ਮਤਲਬ ਆ ਨਹੀਂ Hindu ਮਾੜੀ ਹੋਗੀ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਦੇਵਤਾ ਸੌ ਨੁਕਸ ਹੈ ਮੇਰੇ ਚ ਪਰ ਮਨੂੰ ਇਸ ਕਰਕੇ ਤੁਸੀਂ ਮਨੂੰ ਅਨਕਲਿੰਗ ਕਰੋ ਵੀ ਮੈਂ Hindu ਆ ਜਾਂ ਮੈਂ ਪਗ ਬੰਦਾ ਆ ਜਾਂ ਨਹੀਂ ਬੰਦਾ ਬਾਦਲ ਸਾਹਿਬ ਨੇ ਕਈ ਵਾਰ ਮੈਂ ਕਹਿੰਦਾ ਬਾਦਲ ਸਾਹਿਬ ਮੈਂ ਤੁਹਾਡੇ ਵਾਲੇ ਜਿਹੜੇ ਬੈਠੇ ਐ ਤੁਸੀਂ ਵੀ ਹੋਵੋਗੇ ਅਸੈਂਬਲੀ 'ਚ ਮੈਂ ਕਿਹਾ ਮੈਂ ਬਾਦਲ ਸਾਹਿਬ ਐ ਜਿਹੜੇ ਜਿਨ੍ਹਾਂ ਨੇ ਅਮਰ ਸਿਖਿਆ ਮੈਂ ਇਹਨਾਂ ਨਾਲੋਂ ਵੀ ਸੱਚਾ ਸਿੱਖਾ ਹੋ ਸਕਦਾ ਮੈਨੂੰ ਸਿੱਖੀ ਸਰੂਪ ਨਹੀਂ ਮਿਲਿਆ ਪਰ ਮੈਂ ਸਿੱਖ ਗੁਰੂ ਮਹਾਰਾਜ ਦੀ ਜਿਹੜੀ ਹੈ ਬਾਣੀ ਨੂੰ ਅੰਦਰ ਤਾਰਨ ਕੀਤਾ ਮੈਂ ਸ਼ਾਇਦ ਬਾਨਾ ਨਹੀਂ ਤਾਰਨ ਸਿੱਖ ਇਤਿਹਾਸ ਭਰਿਆ ਪਿਆ ਏਧਾਰਨਾ ਦੇ ਨਾਲ ਕਿ ਕਿੱਥੇ ਕਿੱਥੇ ਸਾਰੇ ਭਾਈਚਾਰਿਆਂ ਜਿਵੇਂ ਤੁਸੀਂ ਗੱਲ ਕਰਦੇ ਹੋਗੇ ਔਰ ਹਿੰਦੂਇਸਮ ਦੇ ਅੰਦਰ ਹੀ ਬਥੇਰੇ ਸਿੱਖ ਪਾਈਚਾਰੇ ਦਾ ਕੰਟਰੀਬਿਊਸ਼ਨ ਆ ਸਿੱਖੀਜ਼ਮ ਦੇ ਅੰਦਰ ਹਿੰਦੂ ਦਾ ਬਹੁਤ ਬੜਾ ਕੰਟਰੀਬਿਊਸ਼ਨ ਹੈ ਹਿਸਟੋਰਿਕਲੀ ਕਿਸੇ ਨੇ ਨੋਟਿਸ ਨਹੀਂ ਕੀਤੀ ਸਾਬ ਆਪਾਂ ਜਿਹੜਾ ਵੀ ਆਪਣਾ ਸ਼ਖਸੀਅਤ ਕੋਈ ਪਰਸਨਲਿਟੀ ਕਿਸੇ ਪਾਰਟੀ ਦੀ ਆ ਜੇ ਉਹਨਾਂ ਨੂੰ ਆਪਾਂ ਹਰਮੰਦਰ ਸਾਹਿਬ ਦਾ ਪੇਂਟ ਕਰਦੇ ਆ ਰੈਪਲੀਕਾ ਬਣਾ ਕੇ ਮਾਡਲ ਉੱਤੇ ਉਹਨਾਂ ਨੂੰ ਦਿੰਦੇ ਆ ਪਹਿਲੇ ਦਿਨ ਉੱਥੇ ਪਟਿਆਲੇ ਆਏ ਸਭ ਤੋਂ ਵੱਡੀ ਧਾਰਨ ਦਾ ਛੋਟੇ ਸਾਹਿਬਜ਼ਾਦੇਆਂ ਵਾਲੀ ਹੈ ਹਾਂ ਛੋਟੇ ਸਾਹਿਬਜ਼ਾਦੇਆਂ ਦੇ ਨਾਲ ਨਾਲ ਮੈਂ ਕੱਲ ਦੀਵਾਨ ਟੋਡਰਮਲਜੀ ਦੀ ਤਸਵੀਰ ਦਿੱਤੀ ਸਾਬ ਵੀ ਆ ਦੇਖੋ ਸਾਬ ਆ ਹੈ ਅੱਜ ਇਹ ਹਿੰਦੁਸਤਾਨ ਪੰਜਾਬ ਦੀ ਸੈਕੂਲਰਿਜ਼ਮ ਆ ਸਾਬ ਸਾਂਝੀਵਾਲਤਾ ਸਾਂਝੀਵਾਲਤਾ ਐ ਐਗਜ਼ੈਕਟਲੀ ਸਰ ਸਰਬਤ ਦਾ ਭਲਾ ਸਾਂਝੀਵਾਲਤਾ ਦਾ ਉਦਾਹਰਨ ਹੈ ਇਹ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਛੋਟੀ ਸੋਚ ਪੰਜਾਬ ਨੂੰ ਡਿਵਾਈਡ ਕਰ ਰਹੀ ਹੈ ਸਾਬ ਇਹਨਾਂ ਨੂੰ ਸਬਕ ਸਿਖਾਣ ਦੀ ਲੋੜ ਹੈ ਅਗਰ ਅੱਜ ਦੇ ਦਿਨ ਵੀ ਕੋਈ ਇਹਨਾਂ ਨੂੰ ਵੋਟ ਪਾਊਗਾ ਸਾਬ ਮੈਂ ਕਹਿੰਦਾ ਹਿੰਦੂ ਵੋਟ ਨਹੀਂ ਸਾਬ ਮੇਰੀ ਅਪੀਲ ਹਿੰਦੂਆਂ ਤੋਂ ਹੈ ਹੀ ਨਹੀਂ ਹਿੰਦੂਆਂ 'ਚ ਪਤਾ ਨਹੀਂ ਇਹਨਾਂ ਨੇ ਕਿਉਂ ਕਾਂਗਰਸ ਪੰਜਾਬ ਕਾਂਗਰਸ ਨੇ ਇੰਨੀ ਹੀਨ ਭਾਵਨਾ ਭਰਤੀ ਵੀ ਨਹੀਂ ਜੇ ਤੁਸੀਂ ਤਾਂ ਜਿਸ ਤਰ੍ਹਾਂ ਹੋ ਉਸ ਤਰ੍ਹਾਂ ਹੀ ਬਸ ਦਿਨ ਤੋੜੋ ਕਹਤਾ ਕਾਂਗਰਸ ਨੇ ਕੋਈ ਨਹੀਂ ਫੇਰ ਵੀ ਕਾਂਗਰਸ ਨੂੰ ਵੋਟਾਂ ਮੇਰੀ ਅਸਲ ਅਪੀਲ ਹੈ ਸਾਹਿਬ ਅਗਰ ਗੁਰੂ ਦੇ ਸਿੱਖ ਹੋ ਸਾਹਿਬ ਤਾਂ ਠੋਕੋ ਕਾਂਗਰਸ ਨੂੰ ਕਿਉਂਕਿ ਇਹ ਗੁਰੂ ਦੀ ਉਸ ਦੇ ਖਿਲਾਫ ਹੈ ਗੁਰੂ ਦੀ ਸੋਚ ਦੇ ਖਿਲਾਫ ਹੈ ਗੁਰੂ ਮਹਾਰਾਜ ਨੇ ਜਦੋਂ ਕਹਿਤਾ ਮਾਨਸ ਕੀ ਜਾਤ ਸਭੈ ਕੋ ਪਹਿਚਾਨ ਬੋਤ ਜਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਹਿਤਾ ਉਹਦੇ ਬਾਅਦ ਜੇ ਅਗਰ ਤੁਸੀਂ ਕਾਂਗਰਸ ਨੂੰ ਵੋਟ ਪਾਣੇ ਸਾਹਿਬ ਲੋਕਾਂ ਨੇ ਹੋ ਸਕਦਾ ਪੁਰਾਣੀਆਂ ਗੱਲਾਂ ਪੁਲਾਤੀਆਂ ਹੋਣ ਜੋ ਕੁਝ ਹੈ ਪਰ ਆ ਤਾਂ ਜਿੰਦੀ ਜਾਗਦੀ ਮਸਾਲਾ ਸਭ ਅੱਜ ਤਾਂ ਤੁਹਾਡੇ ਕੋਲ ਹੈ ਅੱਜ ਤਾਂ ਜੱਜਮੈਂਟ ਤੁਹਾਡੇ ਕੋਲ ਹੈ ਆ ਤਾਂ ਨਹੀਂ ਵੀ ਕੋਈ ਕੇਸ ਖੁੱਲਣਾ 84 ਵਾਲਾ ਜੇ ਕੋਈ ਉਸ ਤੇ ਆ ਤਾਂ ਜੱਜਮੈਂਟ ਤੁਹਾਡੇ ਸਾਹਮਣੇ ਅੱਜ ਤਾਂ ਹੀ ਕਾਂਗਰਸ ਪਾਰਟੀ ਨੇ ਨਹੀਂ ਕਿਹਾ ਵੀ ਅਸੀਂ ਇਸ ਵੀ ਹਿੰਦੂਆਂ ਨੂੰ ਅਸੀਂ ਸੈਕੰਡ ਕਲਾਸ ਸਿਟੀਜ਼ਨ ਨਹੀਂ ਮੰਨਦੇ ਮੇਰਾ ਤਾਂ ਰੋਲਾ ਕਾਂਗਰਸ ਨਾਲ ਹੈ ਜੀ ਪੰਜਾਬ ਤਾਂ ਬਹੁਤ ਵੱਡਾ ਦਿਲ ਪੰਜਾਬ ਦਾ ਸਭ ਮੈਂ ਜੋ ਕੁਝ ਆ ਪੰਜਾਬੀਆਂ ਦੇ ਪਿਆਰ ਦਾ ਅੱਜ ਮੈਂ ਨਹੀਂ ਮੈਨੂੰ ਤਾਂ ਤੁਸੀਂ ਗੱਲ ਨਹੀਂ ਤੇ ਸਟੂਡੀਓ 'ਚ ਨਹੀਂ ਬਣ ਦੇਣਾ ਤੁਸੀਂ ਪੈਨ ਪੰਜਾਬ ਲੀਡਰ ਜਾਖੜ ਸਾਹਿਬ ਤੁਹਾਨੂੰ ਪੰਜਾਬ ਦੇ ਹਰ ਹਲਕੇ 'ਚ ਹਰ ਏਰੀਏ 'ਚ ਮਾਜੇ ਮਾਲਵੇ ਦਵਾਬੇ 'ਚ ਜਿਵੇਂ ਕੰਨੀ ਤੋਂ ਹੋਣੇ ਤੁਸੀਂ ਬਿਲਕੁਲ ਇਹ ਪਿਆਰ ਜੇ ਸੰਜੀਵਾਰਤਾ ਨਾ ਹੋਵੇ ਬਿਲਕੁਲ ਤੁਹਾਨੂੰ ਇੱਕ ਕੰਨੀ ਤੋਂ ਦੂਜੀ ਕੰਨੀ ਤੇ ਜਤਾਇਆ ਲੋਕਾਂ ਨੇ ਇੱਕ ਕੰਨੀ ਤੇ ਤੁਸੀਂ ਬੈਠੇ ਹੋ ਦੂਜੀ ਕੰਨੀ ਚ ਮੈਂ ਹਰੇਕ ਥਾਂ ਇੱਕ ਗੱਲ ਕਹਨਾ ਸਾਬ ਮੈਂ ਜਦੋਂ ਮੈਂ ਵੀ ਬੜਾ ਜਦੋਂ ਕਿਹਾ ਕੈਪਟਨ ਸਾਹਿਬ ਨੇ ਕਿਹਾ ਤੇ ਇਹ ਇਹ ਵੀ ਸਾਰੇ ਜਿਹੜੇ ਕਹਿੰਦੇ ਨੇ ਵੀ ਜਾਖੜ ਇਹ ਕਰਦਾ ਉਹ ਕਰਦਾ ਇਹ ਸਾਰੇ ਇਕੱਠੇ ਹੋ ਕੇ ਆਏ ਸੀਗੇ ਆ ਸ਼੍ਰੀਮਾਨ ਜੀ ਡਿਪਟੀ ਚੀਫ ਮਿਨਿਸਟਰ ਸਾਹਿਬ ਹੋਮ ਮਿਨਿਸਟਰ ਸਾਹਿਬ ਕਹਿੰਦੇ ਸੁਨੀਲ ਲੜਨਾਪ ਤੋਂ ਮੈਂ ਕਿਹਾ ਮੈਂ ਗੁਰਦਾਸਪੁਰ ਉੱਥੇ ਜਾ ਕੇ ਮੈਂ ਕਹਾਂ ਲੜਨ ਮੈਂ ਨਹੀਂ ਲੜਦਾ ਇਹ ਨਹੀਂ ਆਰੋ ਪ੍ਰਤਾਪ ਆ ਕੇ ਫਿੱਟ ਹੋ ਜੂਗਾ ਸਾਡੇ ਜੰਮ ਬਣ ਜੂਗਾ ਤਾਂ ਪ੍ਰਤਾਪ ਨੂੰ ਕੱਟਣ ਨੂੰ ਲੈ ਕੇ ਗਏ ਸੀ ਪ੍ਰਤਾਪ ਨਾ ਬਣ ਜੇ ਉਹਦਾ ਕਰਕੇ ਸੀ ਪਰ ਜਦੋਂ ਮੈਂ ਉੱਥੇ ਗਿਆ ਯਾਦਵਿੰਦਰ ਜੀ ਕਈ ਦਿਨ ਮੇਰੇ ਵੀ ਐ ਸੀ ਵੀ ਸੁਨੀਲ ਕੁਮਾਰ ਕਿੱਥੇ ਚੱਲ ਗਿਆ ਗਿਆ ਤੂੰ ਕੋਈ ਨਹੀਂ ਕਿਹੜੇ ਬਿਨਾ ਐਮਪੀ ਲੋਕ ਵਸਦੇ ਨਹੀਂ ਕਿ ਪੰਜਾਬ 'ਚ ਸਾਰੇ ਵਸਦੇ ਆ ਪਰ ਮੈਂ ਇੱਕ ਦਿਨ ਬੋਰਡ ਲੱਗਿਆ ਦੇਖਿਆ ਉਸ ਤੇ ਲਿਖਿਆ ਕਹਿੰਦਾ ਸਾਡਾ ਜਾਖੜ ਮੈਂ ਕਿਹਾ ਉਸ ਦਿਨ ਮੈਂ ਕਿਹਾ ਸੁਨੀਲ ਕੁਮਾਰ ਵਿਲੇਕਸ਼ਨ ਤਾਂ ਹੁੰਦਾ ਰੂਗਾ ਤੂੰ ਜਿੱਤ ਗਿਆ ਲੋਕਾਂ ਨੇ ਤੈਨੂੰ ਆਪਣਾ ਐਕਸੈਪਟ ਕਰ ਲਿਆ ਸਾਡਾ ਜਾਖੜ ਮੈਂ ਤਾਂ ਇਹ ਮੇਰੀ ਤਾਂ ਕਮਾਈ ਹੈ ਇਹ ਸਭ ਸਾਡਾ ਜਾਖੜ ਮੈਂ ਉਹਨੂੰ ਆਂਚ ਨਹੀਂ ਇਸ ਕਰਕੇ ਮੈਂ ਧਰਮ ਵਾਲੇ ਮਸਲੇ ਤੇ ਪਹਿਣਾ ਨਹੀਂ ਚਾਹੁੰਦਾ ਸੀ ਸਾਬ ਪਰ ਮਨੂੰ ਇਹਨਾਂ ਨੇ ਮਜਬੂਰ ਕਰਤਾ ਕਾਂਗਰਸ ਪਾਰਟੀ ਦੇ ਇਹਨਾਂ ਤਿੰਨਾਂ ਸ਼ਖਸਾਂ ਨੂੰ ਇੱਥੇ ਦੇ ਕੇ ਟਿਕਟ ਜਿਨ੍ਹਾਂ ਨੇ ਅੱਗ ਲਾਈ ਹਿੰਦੂ ਸਿੱਖ ਦੀ ਅਗਰ ਚੰਨੀ ਨੂੰ ਬਣਾਣ ਸੇ ਬਣਾ ਲੈਂਦੇ ਇਹਨਾਂ ਨੇ ਹਿੰਦੂ ਸਿੱਖਾਂ ਲਈ ਅੱਗ ਲਾ ਕੇ ਤੇ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਨਵਾਜਿਆ ਸਾਬ ਟਿਕਟਾਂ ਦੇ ਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਲੂਣ ਛੜਕਿਆ ਇਹਨਾਂ ਨੇ ਤੇ ਇਹਨਾਂ ਨੂੰ ਮੈਂ ਸਮਝਦਾ ਵੀ ਉਹ ਜਿਆ ਸਬਕ ਲੋਕ ਪੰਜਾਬ ਦੇ ਸਿਖਾਣਗੇ ਨਾ ਸਿਰਫ Hindu ਮੈਂ ਸਮਝਦਾ ਸਿੱਖ ਭਾਈਚਾਰਾ ਇਸ ਗੱਲ ਦਾ ਨੋਟਿਸ ਲੇਗਾ ਵੀ ਇਹ ਲੋਕ ਪੰਜਾਬ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਜਿਹੜੇ ਇੱਥੇ ਆ ਕੇ Hindu ਸਿੱਖ ਦਾ ਐਚ ਪੋਵਾੜਾ ਪਾਣ ਜਖਸਬ ਤੁਸੀਂ ਪ੍ਰਧਾਨ ਹੋ ਪੂਰੇ ਪੰਜਾਬ ਚ ਪ੍ਰਚਾਰ ਕਰਨਾ ਹੋਊਗਾ ਤੁਸੀਂ ਲੋਕ ਸਭਾ ਲਈ ਇੰਟਰਸਟਿਡ ਸੀ ਜਾਂ ਇੰਟਰਸਟਿਡ ਹੀ ਨਹੀਂ ਸੀਗੇ ਇਲੈਕਟਰਲ ਪੋਲਿਟਿਕਸ 'ਚ ਵੀ ਲੋਕ ਸਭਾ ਛੱਡ ਕੇ ਦੇਖੋ ਮੈਂ ਉਹਦੋਂ ਤਾਈਂ ਤਾਂ ਮੈਨੂੰ ਆ ਜਦੋਂ ਹੋਇਆ ਸੀ ਮੈਨੂੰ ਰਾਹੁਲ ਗਾਂਧੀ ਨੇ ਮੇਰੀ ਬੈਠ ਕੇ ਨਾਲ ਗੱਲ ਵੀ ਆਈ ਸਾਰੇ ਵੀ ਆ ਲੋਕ ਮੈਂ ਹੁਣ ਦੀ ਗੱਲ ਵੀ ਕਰ ਰਿਹਾ ਇਸ ਤੋਂ ਨਹੀਂ ਸਰ ਮੈਂ ਨਹੀਂ ਆ ਵਾਸ ਨਾਟ ਇੰਟਰਸਟਿਡ ਸਰ ਮੈਂ ਤਾਂ ਤੁਹਾਨੂੰ ਜਦੋਂ ਦਾ ਕਹਤਾ ਵੀ ਮੈਂ ਆਊਟ ਆਫ ਇਲੈਕਟਰਲ ਪੋਲਿਟਿਕਸ ਐ ਵੀ ਇਹਨਾਂ ਬੰਦਿਆਂ ਨਾਲ ਡੀਲ ਕਰਨਾ ਪਊਗਾ ਸਭ ਰਾਜਨੀਤੀ 'ਚ ਤਾਂ ਜਿਹੜੇ ਜਿਹੜੇ ਹੁਣ ਮੇਰੇ ਤੇ ਇਲਜ਼ਾਮ ਲਾ ਰਹੇ ਐ ਉਹ ਕਹਿ ਰਹੇ ਐ ਜਿਹੜੇ ਮਨੂੰ ਸਾਰਾ ਕੁਝ ਮੰਨਦੇ ਸੀਗੇ ਅੱਜ ਆ ਕੇ ਮਨੂੰ ਇਲਜ਼ਾਮ ਲਾ ਰਹੇ ਐ ਬਗਲ 'ਚ ਛੁਰੀ ਲਈ ਫਿਰਦੇ ਐ ਉਹਨਾਂ ਨੂੰ ਸੁਨੀਲ ਦੇ ਅੰਦਰ ਮਾਚਿਸ ਦੀ ਡੱਬੀ ਦਿਸਦੀ ਐ ਵੀ ਸੁਨੀਲ ਮਾਚਿਸ ਲੈ ਕੇ ਅੱਗ ਲਾ ਦੂਗਾ ਉਹਨਾਂ ਬੰਦਿਆਂ ਨਾਲ ਮੈਂ ਕਹ ਰਿਹਾ ਬੋ ਜੀ ਸੌਰੀ ਆਈ ਡੋਨਟ ਵਾਂਟ ਟੂ ਡੀਲ ਵਿਦ them ਮੈਂ ਆਪਦਾ ਘਰੇ ਬੈਠਾ ਮੈਂ ਜਿਨ੍ਹਾਂ ਬੜਿਆ ਟਾਈਮ ਨਿਕਲ ਗਿਆ ਮੈਂ ਤਾਂ ਵਾਹਿਗੁਰੂ ਦਾ ਬੜਾ ਸ਼ੁਕਰਾਨਾ ਕਰਦਾ ਸਾਬ ਵੀ ਇੰਨਾ ਟਾਈਮ ਰਾਜਨੀਤੀ 'ਚ ਪੂਸ਼ ਬਚਾ ਕੇ ਨਿਕਲੇ ਬਹੁਤ ਬੜੀ ਮਹਤਾ ਚੀਜ਼ ਹੈ। ਬੀਜੇਪੀ 'ਚ ਨਹੀਂ ਤੁਹਾਨੂੰ ਕਿਹਾ ਇਸ ਵਾਰ ਜਾਂ ਤੁਹਾਡਾ ਆਪ ਹੀ ਇੰਟਰਸਟ ਨਹੀਂ ਹੈਗਾਗਾ। ਚਲੋ ਵੈ ਗੱਲਾਂ ਉਹਨਾਂ ਨੇ ਕਿਹਾ ਕਿ ਨਾ ਕਿਹਾ ਬਟ ਮਾਈ ਪੋਜੀਸ਼ਨ ਮੇਰੇ ਕਨੇ ਬਿਲਕੁਲ ਕਲੀਅਰ ਸੀ ਸਰ ਮੈਂ ਮੇਰੀ ਜ਼ਾਹਰ ਵੀ ਮੈਂ ਆਮ ਨਾਟ ਆਫਟਰ ਐਨੀ ਪੋਸਟ। ਮੇਰਾ ਸੀ ਵੀ ਪੰਜਾਬ ਦਾ ਅਗਰ ਕੋਈ ਭਲਾ ਹੋ ਸਕਦਾ ਉਹ ਇੱਕ ਪਾਰਟੀ ਹੈ। ਜਿਸਤੇ ਅੱਜ ਲੋਕ ਜਿਹੜੇ ਇਲਜ਼ਾਮ ਲਗਾ ਰਹੇ ਐ ਬੀ ਉਸ ਪਾਰਟੀ ਦੇ ذریعے ਅਗਰ ਪੰਜਾਬ ਦਾ ਕੋਈ ਭਲਾ ਕਰ ਸਕਦੇ ਆ ਉਸ ਤਾਕਤ 'ਚ ਬੈਠ ਕੇ ਉਹ ਫੈਸਲੇ ਲੈਣ ਵਾਲੀ ਉਹਨਾਂ 'ਚ ਜਜ਼ਬਾ ਹੈਗਾ ਫੈਸਲਾ ਲੈ ਕੇ ਕਰ ਸਕਦੇ ਤੇ ਸੈਕੰਡ ਸੀਗਾ ਵੀ ਇਹ ਜਿਹੜੇ 도ਗਲੇ ਲੋਕ ਐ ਇਹਨਾਂ ਨੂੰ ਮੈਂ ਐਕਸਪੋਜ਼ ਕਰ ਸਕਾਂ ਤੇ ਦੇਖੋ ਪਾਣਾ ਇਸ ਤਰ੍ਹਾਂ ਦਾ ਹੈ ਵੀ ਆ ਆ ਗਏ ਜੀ ਸੱਟ 'ਚ ਆ ਗਏ ਤਿੰਨੋਂ ਅਜ ਮੈਦਾਨ 'ਚ ਤੇ ਮੈਂ ਤਾਂ ਸਮਝੂਗਾ ਵੀ ਲੋਕਾਂ ਨੂੰ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਵੀ ਆਰ ਯੂ ਸੇ ਸ਼ੀਸ਼ੇ 'ਚ ਖੜੇ ਹੋ ਕੇ ਦੇਖ ਲੈਣ ਉਹ ਸਭ ਵੀ ਤੁਸੀਂ ਸੈਕੰਡ ਕਲਾਸ ਸਿਟੀਜ਼ਨ ਹੋ ਫਿਰ ਤੇ ਜਾ ਕੇ ਕਾਂਗਰਸ ਨੂੰ ਵੋਟ ਪਾਈਓ ਤੁਹਾਨੂੰ ਲੱਗਿਆ ਵੀ ਕਾਂਗਰਸ ਤੁਹਾਨੂੰ ਬੇਇੱਜ਼ਤ ਕਰ ਰਹੀ ਹੈ ਫਿਰ ਵੋਟ ਆਪ ਦੀ ਮਰਜ਼ੀ ਨਾਲ ਪਾਇਓ ਕਿਸੇ ਨੂੰ ਪਾ ਦਿਓ ਪਰ ਕਾਂਗਰਸ ਵੋਟ ਡਿਜ਼ਰਵ ਨਹੀਂ ਕਰਦੀ ਸਾਬ ਨਾ ਤਾਂ ਸਿੱਖਾਂ ਦੇ ਵੋਟ ਡਿਜ਼ਰਵ ਕਰਦੀ ਨਾ ਹੀ ਹਿੰਦੂਆਂ ਦੇ ਵੋਟ ਡਿਜ਼ਰਵ ਕਰਦੀ ਇਹਨਾਂ ਨੂੰ ਸਬਕ ਸਿਖਾਣਾ ਕਾਂਗਰਸ ਪਾਰਟੀ ਨੂੰ ਬੜਾ ਜ਼ਰੂਰੀ ਹੈ ਪੰਜਾਬ ਹੀ ਹੈ ਜਿਹੜਾ ਸੈਕੂਲਰਿਜ਼ਮ ਤੇ ਪਹਿਰਾ ਦੇ ਸਕਦਾ ਹੈ ਤੇ ਸੈਕੂਲਰਿਜ਼ਮ ਦੇ ਵਾਸਤੇ ਮੈਂ ਸਮਝਦਾ ਬੜਾ ਜ਼ਰੂਰੀ ਹੈ 13 ਸੀਟਾਂ ਚੋਂ ਕੀ ਦੇਖਦੇ ਹਾਂ ਬੀਜੇਪੀ ਦੇ ਬਾਰੇ ਤੁਹਾਡੀ ਤੁਸੀਂ ਪ੍ਰਧਾਨ ਹੋਗੇ ਨੈਸ਼ਨਲ ਲੀਡਰਸ਼ਿਪ ਨਾਲ ਵੀ ਗੱਲਬਾਤ ਹੁੰਦੀ ਹੈ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਪੰਜਾਬ ਦੀ ਪੋਲਿਟਿਕਸ ਦੇ ਬਾਰੇ ਖਾਸ ਤੌਰ ਤੇ ਬੀਜੇਪੀ ਦੀ ਵੋਟ ਸ਼ੇਅਰ ਦੀ ਗੱਲ ਕਰੀਏ ਵੋਟ ਸ਼ੇਅਰ ਕਿਹਾ ਜਾ ਰਿਹਾ ਤੁਹਾਡਾ ਵਧੇ ਗਈ ਸੀਟਾਂ ਨੂੰ ਕਿਵੇਂ ਦੇਖਦੇ ਹੋ ਟਰਾਂਸਲੇਟ ਹੋਣਗੀਆਂ ਦੇਖੋ ਆ ਲੋਕਾਂ ਦੇ ਪਹਿਲੀ ਦਫਾ ਇੱਕ ਐਨਾ ਗੁੰਝਲਦਾਰ ਹੋਇਆ ਕਿਉਂਕਿ ਸਾਰੇ ਕਹਿ ਰਹੇ ਤੁਸੀਂ ਲੜ ਰਹੇ ਹੋ ਇੰਡੀਪੈਂਡੈਂਟ ਫਰਸਟ ਟਾਈਮ ਲੜ ਰਹੇ ਹਾਂ ਤੇ ਫਰਸਟ ਟਾਈਮ ਪੰਜਾਬ ਦੇ ਅੰਦਰ ਫੋਰ ਕੋਰਨਰ ਡੇਰ ਸੋ ਕਾਲਡ ਫਾਈਵ ਕੋਰਨਰ ਡੂਰੇ ਕਾਗਜ਼ਾਂ 'ਚ ਫ ਪਰ ਕਈ ਸੀਟਾਂ ਤੇ ਮਤਲਬ ਸਪਸ਼ਟ ਤੌਰ ਤੇ ਉਥੇ ਇਹਨਾਂ ਦੇ ਜਲੰਧਰ ਚ ਆ ਕੇ ਐਮਐਲਏ ਸਾਹਿਬ ਆਪਣੇ ਮੰਤਰੀ ਸਾਹਿਬ ਆ ਕੇ ਪੁਲਨਰ ਸਾਹਿਬ ਸਾਰਿਆਂ ਨੂੰ ਕਹਿ ਰਿਹਾ ਕਾਰਪੋਰੇਟ ਕਾਰਪੋਰਟਰਸ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਵੋਟਾਂ ਚੰਨੀ ਹੋਰਾਂ ਨੂੰ ਪਾਣੀਏ ਅੱਛਾ ਇੱਥੇ ਤੁਸੀਂ ਹੁਸ਼ਾਰਪੁਰ ਆ ਜਾਓ ਇੱਥੇ ਇਹ ਕਹਿ ਰਿਹਾ ਕਾਂਗਰਸ ਵਾਲੇ ਕਹਿ ਰਹੇ ਵੀ ਤੁਸੀਂ ਚੱਕ ਕੇ ਵੋਟਾਂ ਆਪਣੇ ਡਾਕਟਰ ਰਾਜਕੁਮਾਰ ਨੂੰ ਪਾਣੀਏ ਫਿਰ ਯਾਮਨੀ ਗੋਮਰ ਨੂੰ ਕਿਉਂ ਤੁਸੀਂ ਬਲੀ ਦਾ ਬੱਕਰਾ ਬਣਾਇਆ ਤੁਸੀਂ ਕਿਉਂ ਇੱਥੇ ਜਲੰਧਰ 'ਚ ਬਲੀ ਦਾ ਬੱਕਰਾ ਬਣਾਇਆ ਉਧਰ ਕਾਂਗਰਸ ਨੇ ਵਿਜੇਂਦਰ ਸਿੰਘ ਲੈ ਨੂੰ ਬਲੀ ਦਾ ਬੱਕਰਾ ਬਣਾਇਆ ਸਭ ਕਾਦੇ ਵਾਸਤੇ ਉਹਨੂੰ ਉੱਥੇ ਭੇਜਿਆ ਇਸ ਕਰਕੇ ਜੇ ਬੀਜੇਪੀ ਦੇ ਵੋਟ ਕੱਟੇ ਜਾ ਸਕਣ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਉੱਥੇ ਬੀਜੇਪੀ ਨੂੰ ਉਹਨਾਂ ਨੂੰ ਲੱਗਦਾ ਸੀ ਵੀ ਕਿਉਂਕਿ ਪਹਾੜੀ ਇਲਾਕਾ ਹੈ ਹਿਮਾਚਲ ਦੇ ਨਾਲ ਲੱਗਦਾ ਹੈ Hindu ਬਹੁਲੇ ਉਸੇ ਵੋਟਾਂ ਬਹੁਤ ਹੈ ਜੋ ਜਿੰਨੀਆਂ ਵੋਟਾਂ ਵਿਜੇਂਦਰ ਸਿੰਘ ਦਾ ਕੱਟ ਲੂਗਾ ਤੇ ਉਹਨੇ ਨਾਲ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕੰਮ ਢੁੱਟ ਜੂਗਾ ਸੋ ਵਨ ਇੱਥੇ ਪਤਾ ਨਹੀਂ ਲੱਗ ਰਿਹਾ ਵੀ 3 ਕਾਰਨਰਡ ਹੈ 2 ਕਾਰਨਰਡ ਹੈ 1 ਕਾਰਨਰਡ ਹੈ ਇਹਦਾ ਇੱਕ ਨੈਸ਼ਨਲ ਪਾਰਟੀ ਯਾਦਵਿੰਦਰ ਜੀ ਵੋਟ ਕਟੂਆ ਕਿਹਨੂੰ ਕਹਿੰਦੇ ਹੁੰਦੇ ਸੀ ਜਿਹੜੀ ਕੋਈ ਛੋਟਾ ਆ ਕੇ ਰੀਜਨਲ ਪਾਰਟੀ ਆ ਕੇ ਕੋਈ ਆਪ ਦਾ ਟੱਟ ਬਿਚਾਲੇ ਦਬ ਦਿੰਦੀ ਸੀ ਐਲੋ ਜੀ ਅੱਜ ਤੱਕ ਕਰਤਾ ਜੀ ਉਹਨੇ ਸੈਟਿੰਗ ਕਰਨੀ ਹੁੰਦੀ ਸੀ ਵੋਟ ਕਟੂਆ ਖੜੇ ਕਰਦੇ ਰੀਜਨਲ ਨੈਸ਼ਨਲ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ ਆ ਰੋਲ ਫੜ ਲਿਆ ਬੀਸੀ ਵੋਟ ਕਟੂਆ ਭਗਵੰਤ ਮਾਨ ਨੇ ਕੇਜਰੀਵਾਲ ਵਾਸਤੇ ਵੋਟ ਕੱਟੀ ਜਾਨੇ ਇਸ ਕਰਕੇ ਕੋਈ ਬੜਾ ਗੁੰਝਲਦਾਰ ਹੈ ਖੜਾ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ ਬੀਜਪੀ ਇਜ਼ অন ਅ ਵੈਰੀ ਸਟਰੋਂਗ ਵਿਕਟਸ ਆ ਸਾਡੇ ਨਤੀਜੇ ਕਿੰਨੀਆਂ ਸੀਟਾਂ ਤੇ ਸਟਰੋਂਗ ਹੋ ਤੁਸੀਂ ਜਿਵੇਂ ਮੈਂ ਸਮਝਦਾ ਬਹੁਤ ਸਾਰੀਆਂ ਸੀਟਾਂ ਤੇ ਤਾਂ ਅਸੀਂ ਆਲਰੇਡੀ ਇਨ ਦਾ ਪੋਲ ਪੋਜੀਸ਼ਨ ਜਦੋਂ ਆ ਰੇਸਿੰਗ ਹੁੰਦੀ ਹੈ ਉਸ ਚ ਕਹਿੰਦੇ ਪੋਲ ਪੋਜੀਸ਼ਨ ਚ ਸਾਡੀ ਪੋਲ ਪੋਜੀਸ਼ਨ ਵਾਲੀ ਜਿਹੜਾ ਟ੍ਰੈਡੀਸ਼ਨਲ ਸੀਟ ਤਾਂ ਹੈਗੀਆਂ ਹੈਗੀਆਂ ਇਹ ਤਾਂ ਤੁਹਾਡੀਆਂ ਪ੍ਰਾਣੀਆਂ ਨੇ ਲੁਧਿਆਣਾ ਦੇ ਅੰਦਰ ਵੀ ਆਰ ਡੂਇੰਗ ਵੈਰੀ ਵੈਲ ਸਾ ਪਟਿਆਲਾ ਸਾਡਾ ਬਹੁਤ ਵਧੀਆ ਹੈ ਜਲੰਧਰ ਬਹੁਤ ਹੀ ਬੜੀਆ ਪੋਜੀਸ਼ਨ ਬਣ ਰਹੀ ਹੈ ਮੈਂ ਲਾਦਾ ਲੋਕਾਂ ਚ ਜਦੋਂ ਆ ਭਾਵਨਾ ਆ ਗਈ ਵੀ ਇਹ ਚੰਨੀ ਜੀ ਨੇ ਹੀ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਡੇ ਆ ਜਿਹੜਾ ਪੂਰੇ ਸਮਾਜ ਨੂੰ 2 ਨੰਬਰ ਦਾ ਕੀਤਾ ਉਹਦੇ ਬਾਅਦ ਤਾਂ ਮੈਂ ਸਮਝਦਾ ਪਾਲੇ ਨਹੀਂ ਥਿਆਣੇ ਪਰ ਇਹ ਸਾਰੀਆਂ ਦੇਖ ਕੇ ਸਾਡਾ ਜਿਹੜਾ ਨਤੀਜਾ ਪਿਛਲੀ ਪਿਛਲੀ ਬਾਈਲੈਕਸ਼ਨ ਚ ਤੁਹਾਨੂੰ ਬੜਾ ਜ਼ਬਰਦਸਤ ਰਿਸਪੌਂਸ ਮਿਲਿਆ ਸ਼ਹਿਰਾਂ ਚ ਬੀਜੇਪੀ ਨੂੰ ਮੈਂ ਸਮਝਦਾ ਪੂਰੇ ਦੇਖੋ ਪਿੰਡਾਂ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਸਭ ਪਿੰਡਾਂ ਦਾ ਮਸਲਾ ਤੁਸੀਂ ਚੰਦ ਲੋਟੇ ਹੋਰ ਕਿਹਾ ਜਾਂਦਾ ਤੁਸੀਂ ਪਿੰਡਾਂ ਦੀ ਪਾਰਟੀ ਨਹੀਂ ਹੋ ਇੱਕ ਪਰਸਪੈਕਸ਼ਨ ਉਹ ਟੁੱਟੂ ਦੀ ਪਰਸਪੈਕਸ਼ਨ ਵੀ ਤੋੜਾਂਗੇ ਸਭ ਕੁਝ ਲੋਕਾਂ ਨੇ ਸਾਡੀ ਅਜ ਦੀ ਪਰਸਪੈਕਸ਼ਨ ਜਿਹੜੀ ਹੈ बिकॉज ਆਫ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਜਿਹੜੇ ਕਿਸਾਨਾਂ ਲੈ ਕੇ ਕਿਸਾਨਾਂ ਨੂੰ ਐਕਸਪਲੋਰਟ ਕੀਤਾ ਜਾ ਰਿਹਾ ਸਭ ਕੁਝ ਲੋਕਾਂ ਨੇ ਕਿਸਾਨੀ ਦੇ ਨਾਮ ਦੇ ਉੱਤੇ ਦੁਕਾਨਾਂ ਖੋਲ ਲਈਆਂ ਉਹਨਾਂ ਨੇ ਅੱਜ ਇੱਕ ਜੇਕਰ ਮੁੱਦਾ ਖਤਮ ਹੋ ਜੇ ਤਾਂ ਦੁਕਾਨਬੰਦ ਹੱਟੀ ਬੰਦ ਹੋ ਜੂਗੀ ਸਮਾਨ ਹੀ ਹੋਵੇ ਬਿਕਰੇ ਵੀ ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਮੇਰਾ ਸਵਾਲ ਇਹ ਤਾਂ ਚਲੋ ਕਿਸਾਨ ਜਥੇਬੰਦੀ ਹੈ ਜੇ ਜੇ ਗਲੀਡਰ ਇਹਨਾਂ ਦੇ ਹੋ ਜੀ ਹੈ ਪਰ ਜਿਹੜੇ ਬਰਾਬਰ ਖੜੇ ਤਾਲੀ ਪਿੱਟੀ ਜਾਂਦੇ ਹੈ ਜਿਹੜੇ ਆਮ ਆਪਣੇ ਕਾਂਗਰਸ ਪਾਰਟੀ ਜਾਂ ਅਕਾਲੀ ਲੀਡਰ ਬਰਾਬਰ ਖੜੇ ਆਮ ਆਦਮੀ ਪਾਰਟੀ ਵਾਲੇ ਕਰੀ ਜਾਂਦੇ ਅੱਛਾ ਪ੍ਰੋਟੈਸਟ ਚੱਲ ਰਿਹਾ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪੁੱਛਿਆ ਵੀ ਕਿਸੇ ਨੇ ਅਜੇ ਤੱਕ ਮਹੀਨਾ ਹੋ ਗਿਆ ਜਵਾਬ ਨਹੀਂ ਦਿੱਤਾ ਮੈਂ ਪ੍ਰਤਾਪ ਬਾਜਵੇ ਜੀ ਨੂੰ ਪੁੱਛਿਆ ਸੀਗਾ ਮੈਂ ਰਾਜੇ ਵੜਿੰਗ ਨੂੰ ਪੁੱਛਿਆ ਸੀਗਾ ਵੀ ਤੁਸੀਂ ਦੱਸੋ ਇਹਨਾਂ 23 ਫਸਲਾਂ ਚ ਕਿਹੜੀ ਫਸਲ ਬੀਜੋਗੇ ਉਹ ਮੈਨੂੰ ਦੱਸੋ ਜਿਹੜੇ 23 ਫਸਲਾਂ ਦੀ ਗਾਰੰਟੀ ਮੰਗੀ ਜਾਂਦੇ ਹੋ ਝੋਨੇ ਤੇ ਕਣਕ ਦੀ ਤਾਂ ਗਾਰੰਟੀ ਆ ਰਹੀ ਹੈ ਸਾਬ 10 ਸਾਲ ਤੋਂ ਇੱਕ ਇੱਕ ਦਾਣਾ ਚੱਕਿਆ ਗਿਆ ਕਿਤੇ ਉਸੇ ਫਰਕ ਨਹੀਂ ਆਣ ਦਿੱਤਾ ਆਮਦਨ ਵੀ ਡਬਲ ਹੋ ਗਈ 32000 ਕਰੋੜ ਦੀ ਖਰੀਦ ਸੀਗੀ 2014 ਚ ਐਤਕੀ 70000 ਕਰੋੜ ਦੀ ਹੋਈ ਸਭ 70000 ਕਰੋੜ 64 ਡਬਲ ਹੁੰਦੀ ਹੈ 6000 ਕਰੋੜ ਫालतू ਦੀ ਹੋਈ ਹੈ ਤੇ ਫਿਰ ਕਿਹੜੇ ਬੀਜੋਂਗੇ ਕੋਈ ਜਵਾਬ ਨਹੀਂ ਸਾਬ ਬੀਜਣਾ ਤੁਸੀਂ ਚੋਣਨਾ ਹੈ ਗਾਰੰਟੀ ਤੁਸੀਂ 23 ਦੀ ਮੰਗੀ ਜਾਨੂ ਕਿਹਦੇ ਵਾਸਤੇ ਮੰਗੀ ਜਾਂਦੇ ਹੋ ਕਿਉਂ ਸ਼ੁਭਕਰਨ ਮਰਵਾਇਆ ਮੈਂ ਤਾਂ ਇਹਨਾਂ ਨੂੰ ਸਵਾਲ ਪੁੱਛਦਾ ਉਹ ਕਹਿੰਦੇ ਸ਼ੁਭਕਰਨ ਨੂੰ ਮਾਰਿਆ ਕਿਉਂ ਮੈਂ ਕਹਿੰਦਾ ਤੁਸੀਂ ਮਰਵਾਇਆ ਕਿਉਂ ਕਿਉਂ ਲੈ ਕੇ ਗਏ ਤਰਨਾ ਤਾਂ ਤੁਸੀਂ ਦੇਖੋ 23 ਦਸੰਬਰ ਨੂੰ ਅਨਾਉਂਸਮੈਂਟ ਰਾਜਵਾਲ ਸਾਹਿਬ ਨੇ ਕੀਤੀ ਸੀ ਵੀ ਅਸੀਂ ਪੱਕਾ ਮੋਰਚਾ ਲਾਣ ਚੱਲੇ ਆਂ ਚੰਡੀਗੜ੍ਹ ਦੇ ਅੰਦਰ ਤੇ ਮੋਰਚਾ ਜਾਂਦਾ ਰਿਹਾ ਉੱਥੇ ਸ਼ੰਭੂ ਕਿਉਂ ਪਰ ਉਧਰ ਡਿਫਰੈਂਸ ਨੇ ਦੋ ਲਗ ਦੋ ਲਗ-ਲਗ ਜਥੇਬੰਦੀਆਂ ਨੇ ਨਾ ਇੱਕ ਰਾਜਾਲ ਹੋਰਾਂ ਦਾ ਇੱਕ ਅਲੱਗ ਗਰੁੱਪਾ ਉਹਨਾਂ ਦਾ ਅਲੱਗ ਗਰੁੱਪਾ ਕਿਉਂ ਅੱਡ ਕਿਹ ਕਿਸਾਨ ਤਾਂ ਪੰਜਾਬ ਦੇ ਕਿਉਂ ਬਣੇ ਤੁਸੀਂ ਕਿਸਾਨ ਕਿਸਾਨ ਤਾਂ ਇੱਕੋ ਹੀ ਹੈ ਸਾਬ ਕਿਸਾਨ ਦੀ ਸਮੱਸਿਆ ਤੇ ਕੋਈ ਨਹੀਂ ਹੈ ਫਿਰ ਇਕੱਠੇ ਹੋ ਜਾਣ ਸਾਬ ਕੀ ਇਹ ਤਾਂ ਲੀਡਰ ਹੀ ਆ ਤੁਸੀਂ ਤਾਂ ਲੀਡਰ ਹੀ ਆਗੇ ਨੇ ਸਾਹਿਬ ਜੀ ਤੁਸੀਂ ਖੁਦ ਕਿਸਾਨ ਹੋਗੇ ਔਰ ਬੜੀ ਫਾਰਮਿੰਗ ਤੁਸੀਂ ਖੁਦ ਕਰਦੇ ਹੋ ਬੜੀ ਕਿੰਨੂ ਦੀ ਮੈਂ ਤਾਂ ਮੇਰਾ ਇੱਕ ਸਵਾਲ ਲੈ ਲਓ ਤੁਹਾਨੂੰ ਲੱਗਦਾ ਨਹੀਂ ਥੋੜਾ ਜਿਹਾ ਵੱਡਾ ਦਿਲ ਤੁਸੀਂ ਤਾਂ ਹੁਣ ਉਸ ਪਾਰਟੀ ਦੇ ਨਾਲ ਹੋ ਹੈਨਾ ਸਰਵੇ ਜਿਹੜੇ ਆ ਰਹੇ ਨੇਗੇ ਉਹਦੇ ਚ ਵੀ ਇਹ ਆਏਗਾ ਕਿ ਬੀਜੇਪੀ ਸੱਤਾ ਚ ਆ ਸਕਦੀ ਹੈਗੀ ਪ੍ਰਸ਼ਾਂਤ ਕਸ਼ੋਰ ਕਹਿ ਰਹੇ ਨੇ ਬਹੁਤ ਸਾਰੇ ਲੁੱਕ ਕਰ ਰਹੇ ਨੇ ਤੁਹਾਡਾ ਡਾਇਰੈਕਟ ਐਕਸੈਸ ਆ ਹੁਣ ਜਿਹੜੇ ਕੋਈ ਮੰਨ ਲੋ ਤੁਹਾਨੂੰ ਲੱਗਦਾ ਵੀ ਹੈਗਾ ਕਿ ਗਰਾਊਂਡ ਤੇ ਚਾਰੀ ਇਸ਼ੂ ਹੈਗੇ ਨੇ ਜੇ ਤੁਹਾਨੂੰ ਉਹਦਾ ਖੁੱਲਾ ਦਿਲ ਕਰਕੇ ਉਹਨਾਂ ਨੂੰ ਰੋਜ਼ੋਲਵ ਕਰਾ ਦਿੱਤਾ ਜਾਵੇ ਉਹਦਾ ਫਾਇਦਾ ਤਾਂ ਤੁਹਾਡੀ ਪਾਰਟੀ ਨੂੰ ਹੋਣਾ ਮੈਂ ਤਾਂ ਕਹਿ ਰਿਹਾ ਬਿਲਕੁਲ ਹੋਣਾ ਚਾਹੀਦਾ ਸੋ ਉਹ ਕੋਈ ਪਲੈਨ ਹੈ ਤੁਹਾਡੇ ਦਿਮਾਗ 'ਚ ਅਗਰ ਤੁਸੀਂ ਦੱਸੋ ਦੇਖੋ ਗੱਲ ਬਾਤ ਡਾੜੋ ਮੈਂ ਇਹ ਤਾਂ ਸਮਝਣਾ ਚਾਹ ਰਿਹਾ ਹਾਂ ਵੀ ਜਿਹੜੇ ਮੰਗਾਂ ਲੈ ਕੇ ਰਹੇ ਇਹਦੇ 'ਚ ਫਾਇਦਾ ਕੀ ਦਾ ਸਾਬ ਇਹ ਜਿਹੜਾ ਐਮਐਸਪੀ ਦੀ ਗੱਲ ਕਰ ਰਹੇ ਸਾਬ ਐਮਐਸਪੀ ਮਿਲ ਰਹੀ ਹੈ ਸਾਬ ਉਹ ਉਹਨੂੰ ਮਿਲ ਰਹੀ ਹੈ ਪਰ ਕਿਸਾਨ ਦੀ ਸਮੱਸਿਆ ਤਾਂ ਹੱਲ ਨਹੀਂ ਹੋਈ ਸਾਬ ਕਿਸਾਨ ਤਾਂ ਅਜ 2 ਏਕੜ ਵਾਲਾ 3 ਏਕੜ ਵਾਲਾ 4 ਏਕੜ ਵਾਲਾ ਅੱਜ ਦੇ ਦਿਨ ਸਾਡੇ ਵਾਲੇ ਪਾਸੇ ਠੇਕਾ 40 50000 ਰੁਪਏ ਹੈ ਜੀ ਹਮਮ 50000 ਰੁਪਏ ਨਾਲ ਜੇ ਸਾਲ ਦਾ 1.5 ਲੱਖ ਰੁਪਿਆ ਉਹ ਠੇਕਾ ਆ ਵੀ ਜਾਂਦਾ ਉਹਨੂੰ ਕਮਾ ਲੈਂਦਾ 1.5 ਲੱਖ ਰੁਪਿਆ ਤੇ ਉਹਦਾ ਘਰ ਤਾਂ ਨਹੀਂ ਚੱਲਦਾ ਸਾਬ ਬਿਲਕੁਲ ਸਮੱਸਿਆ ਉਹਦੀ ਇਨਕਮ ਬਦਾਨਦੀ ਆ ਜਯਾਵਿੰਦਰ ਜੀ ਹਮਮ ਗਾਰੰਟੀ ਐਮਐਸਪੀ ਦੀ ਨਹੀਂ ਗਾਰੰਟੀ ਤਾਂ ਹੈਗੀ ਗਾਰੰਟੀ ਤਾਂ ਮਿਲ ਰਹੀ ਹੈ ਹੋਰਸ ਤੋਂ ਕੀ ਮਿਲੂਗਾ ਜੀ ਮਿਲੀ ਜਾਂਦਾ ਹੈ ਹੋਰ ਵੀ ਮਿਲਦਾ ਰਹੂਗਾ ਪਰ ਕਿਸਾਨ ਦੀ ਸਮੱਸਿਆ ਗਰੇ ਉਹਨਾਂ ਨੂੰ ਦਾਰਾ ਕੀ ਸ਼ਾਇਦ ਹਟਾ ਦਿੱਤੀ ਜਾਏਗੀ ਫਿਰ ਤਾਂ ਸਭ ਬਿੱਲ ਪਾਸ ਕਰਾ ਦੇਉਗੇ ਤੇ ਬਿੱਲ ਤਾਂ ਪਹਿਲਾਂ ਹੀ ਪਾਸ ਹੋ ਗਿਆ ਸੀ ਵਾਪਸ ਕਰਵਾ ਲੈ ਸੀ ਜੀ ਐਜੇ ਕੋਈ ਹਟਾਈ ਜਾਂਦੇ ਸਾਰੇ ਤੋਂ ਅੱਗੇ ਸੁਨੀਲ ਜਾਖੜ ਖੜਾ ਹੋਊਗਾ ਸਭ ਕੋਈ ਗਾਰੰਟੀ ਨਹੀਂ ਹੈ ਸਾਹਿਬ ਤੁਸੀਂ ਅੱਜ ਬਿੱਲ ਪਾਸ ਕਰਾ ਦਿਓ ਲੋ ਗਾਰੰਟੀ ਦਿੰਦੇ ਆ ਉਹ ਸਵੇਰੇ ਜਾਂਦੇ ਫਿਰ ਮੈਜੋਰਟੀ ਆ ਗਈ ਫਿਰ ਪੱਟ ਕੇ ਪਾਸੇ ਕਰ ਦੇਣਗੇ ਸਾਹਿਬ ਤਿੰਨ ਬਿੱਲ ਹਟਾਏਗੇ ਕਿ ਨਹੀਂ ਹਟਾਏਗੇ ਹਟਾਏਗੇ ਉਸੇ ਤਰ੍ਹਾਂ ਉਹ ਜੋ ਗਾਰੰਟੀ ਵੀ ਪਾੜੀ ਜਾਊਗੀ ਸਭ ਗਾਰੰਟੀਆਂ ਰੋਜ਼ ਹੀ ਸਾਰੇ ਲੋਕ ਦਿੰਦੇ ਫਿਰਦੇ ਆ ਅਗਰ ਗਾਰੰਟੀਆਂ ਇਨ ਬਿਲਟਸ ਆ ਇਨ ਬਿਲਟ ਇਨ ਦਾ ਸੈਂਸ ਵੀ ਅੱਜ ਦਾ ਜਿਹੜੇ ਹਾਲਾਤ ਬਣੇ ਹੋਏ ਐ ਜੀਓ ਪੋਲਿਟੀਕਲ ਸਿਨੈਰੀਓ ਨੂੰ ਦੇਖੋ ਪੰਜ ਸਾਲ ਮੈਂ ਦੇਖਦਾ ਥੋੜਾ ਤੁਸੀਂ ਤਾਂ ਚੀਜ਼ਾਂ ਨੂੰ ਜਾਣਦੇ ਹੋ ਚਲੋ ਮੈਂ ਇੰਡੀਆ ਦੇ ਅੰਦਰ 90s ਦੇ ਅੰਦਰ ਇੱਕ ਸਮਝੌਤੇ ਹੁੰਦੇ ਨੇ ਗੈਟ ਤੁਹਾਨੂੰ ਪਤਾ ਹੀ ਹੈਗਾ ਇੱਕ ਪੂਰਾ ਵਰਲਡ ਆਰਡਰ ਆ ਉਹਦੇ ਵਿੱਚ ਇੱਕ ਸਮਝੌਤੇ ਨੇ ਐਗਰੀਕਲਚਰ ਨੂੰ ਲੈ ਕੇ ਤੁਹਾਡੇ ਭਰਾ ਨੇ ਜਿਹੜੇ ਉਹ ਬਹੁਤ ਹੀ ਮੇਰੇ ਪਤੀ ਜੀ ਅਜੀਤ ਜੀ सॉरी ਭਰਾ ਕਹਿੰਦਾ ਮੈਂ ਅਜੀਤ ਆਖੜ ਜੀ ਬਹੁਤ ਲਿਖਦੇ ਨੇ ਉਹਨਾਂ ਨੂੰ ਬੜੀ ਅੰਡਰਸਟੈਂਡਿੰਗ ਆ ਸਾਰੇ ਇਸ਼ੂਜ਼ ਦੇ ਉੱਤੇ ਗਲੋਬਲਾਈਜੇਸ਼ਨ ਤੋਂ ਬਾਅਦ ਹੋਇਆ ਏ ਕਿ ਪੂਰੀ ਦੁਨੀਆ ਦੇ ਅੰਦਰ ਜਿਹੜੀ ਐਗਰੀਕਲਚਰ ਆ ਗਈ ਉਹਨੂੰ ਤੁਸੀਂ ਪੂਰੀ ਦੁਨੀਆ ਦੀ ਖੇਤੀ ਦੇਖ ਲਓ ਵੱਡੇ ਰੂਪ ਚ ਆ ਗਈ ਛੋਟੇ ਕਿਸਾਨ ਜਿਹੜੇ ਆ ਖਤਮ ਹੋਣੇ ਸ਼ੁਰੂ ਹੋ ਗਏ ਤੁਸੀਂ ਕੈਨੇਡਾ ਚਲੇ ਜਾਓ ਅਮਰੀਕਾ ਚਲੇ ਜਾਓ ਆਸਟ੍ਰੇਲੀਆ ਚਲੇ ਜਾਓ ਉੱਥੇ ਵੱਡੇ ਫਾਰਮ ਨੇਗੇ ਤਾਂ ਇੱਥੋਂ ਵਾਲਿਆਂ ਨੂੰ ਜਿਹੜੇ ਛੋਟੇ ਕਿਸਾਨ ਨੇ ਇੱਕ ਪੂਰੀ ਦੁਨੀਆ ਚ ਖਦਸ਼ਾ ਇਹ ਰਿਹਾ ਜਰਮਨੀ ਚ ਵੀ ਹੋਣੇ ਪ੍ਰੋਟੈਸਟ ਹੋਣੇ ਪੂਰੀ ਦੁਨੀਆ ਚ ਪ੍ਰੋਟੈਸਟ ਹੋ ਰਿਹਾ ਹੈ ਮੈਂ ਇਸ ਕਿਉਂਕਿ ਤੁਸੀਂ ਉਸ ਗੱਲ ਨੂੰ ਅੰਡਰਸਟੈਂਡ ਕਰਦੇ ਹੋ ਨਾ ਤਾਂ ਹੀ ਸਵਾਲ ਕਰ ਰਹੇ ਹਾਂ ਬਹੁਤੇ ਲੀਡਰਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਰਾਜੀਪ ਸਿੰਘ ਨੂੰ ਕਵਾਰ ਪੁੱਛ ਨੇ ਪੁੱਛੇ ਗੈਟ ਦਾ ਜੋ ਤਾਂ ਕਹਿੰਦਾ ਮੇਰਾ ਛੋਟਾ ਸੀ ਕਹਿੰਦਾ ਮੇਰਾ ਛੋਟਾ ਸੀ ਹਨਾ ਮੈਨੂੰ ਜੇ ਤੁਸੀਂ ਪੋਲਿਟਿਕਸ ਕਿਉਂ ਕਰ ਰਹੇ ਹੋ ਪੋਲਿਟੀਕਲ ਬੰਦਾ ਤੇ ਇੰਟੈਲੀਕਚੁਅਲ ਤਾਂ ਹੁੰਦਾ ਸਾਰੀ ਜਨ ਜਾਨਦਾ ਉਹ ਹਿੱਲਡ ਚੋਂਦਾ ਮੈਂ ਤਾਂ ਤੁਹਾਡੇ ਤੋਂ ਪੁੱਛ ਰਿਹਾ ਅੰਗਰੇਜ਼ੀ ਤਾਂ ਬਹੁਤ ਬੋਲਦੇ ਹੈ ਅੰਗਰੇਜ਼ੀ ਤਾਂ ਬਹੁਤ ਬੋਲਦੇ ਹੈ ਉਹ ਇੰਟਰਨੈਸ਼ਨਲ ਉਹਨਾਂ ਦਾ ਸਕੂਲ ਜਿੱਥੋਂ ਪੜ ਕੇ ਆਏ ਅਮਰੀਕਾ ਲੋ ਉਹਨਾਂ ਨੂੰ ਕੋਈ ਨਾ ਵਾਰਡ ਦੇਣ ਵਾਲਾ ਵੀ ਸਾਡਾ ਬੰਦਾ 9ਵੀਂ ਪਾਸ ਹੈ ਸ਼ਾਇਦ 10ਵੀਂ ਪਾਸ ਹੈ ਅੱਛਾ 10ਵੀਂ ਕਰ ਲਈ ਸੀ ਉਸ ਚੇਜ ਅੱਗੇ ਇੰਗਲਿਸ਼ ਬੋਲ ਗਏ ਪਰ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਜਿਹੜਾ ਉਹ ਖਦਸ਼ਾ ਇੰਟਰਨੈਸ਼ਨਲੀ ਕਿਸਾਨਾਂ ਦੇ ਅੰਦਰ ਵੀ ਉਹ ਇਹ ਹੋਈਆਂ ਗੱਲਾਂ ਤਾਂ ਉਹਨਾਂ ਨੂੰ ਲੱਗਦਾ ਕਿ ਇੰਡੀਆ ਵੀ ਕਬੱਡੀ ਉਹ ਆ ਇੱਥੇ ਐਗਰੀਕਲਚਰ ਨੂੰ ਇਸ ਤਰ੍ਹਾਂ ਖਤਮ ਕੀਤਾ ਜਾਏਗਾ ਇਸ ਕਰਕੇ ਉਹ ਪ੍ਰੋਟੈਸਟ ਆ ਉਹਦੇ ਚ ਉਹਨਾਂ ਨੂੰ ਲੱਗਦਾ ਮੋਦੀ ਹੋਵੇ ਜਾਂ ਕਾਂਗਰਸ ਹੋਵੇ ਉਹ ਦੋਨੋਂ ਵਾਰੀ ਕਹਿੰਦੇ ਨੇ ਕਿ ਸਾਬ ਐਗਜ਼ੈਕਟਲੀ ਐਗਜ਼ੈਕਟਲੀ ਸਾਬ ਹੁਣ ਆਗੇ ਨਾ ਜੀ ਗੱਲ ਵੀ ਆ ਫੈਸਲਾ ਆ ਕੋਈ ਅੱਜ ਇਹਦਾ ਤੁਸੀਂ ਐ ਨਹੀਂ ਵੀ ਹੁਣ ਫੁੱਲ ਸਟਾਪ ਲਾਤਾ ਤੇ ਮੁੱਕ ਗਈ ਕਾਂਗਰਸ ਵਾਲੇ ਵੀ ਇਹੀ ਹੋਇਆ ਆ ਕੰਟੀਨਿਊਸ ਇੱਕ ਪ੍ਰੋਸੈਸ ਸਾਬ ਚੌਧਰੀ ਚਰਨ ਸਿੰਘ ਜੀ ਦੀ ਇੱਕ ਗੱਲ ਕਿਸਾਨ ਹੁਣ ਉਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਲੀਡਰਾਂ ਦੇ ੱਤੇ ਚੜੇ ਆ ਲੀਡਰ ਤਾਂ ਫਿਰ ਲਾ ਕੇ ਪੰਪ ਪੰਪ ਮਾਰ ਕੇ ਟਿਲ ਚੜਾ ਜਾਂਦੇ ਐ ਚੌਧਰੀ ਚੰਦ ਸਿੰਘ ਨੇ ਕਹਿਆ ਸੀ ਵੀ ਕਿਸਾਨ ਨੂੰ ਇੱਕ ਅੱਖ ਤਾਂ ਆਪਣੀ ਫਸਲ ਤੇ ਆਪਣੇ ਖੇਤ ਤੇ ਰੱਖਣੀ ਚਾਹੀਦੀ ਐ ਇੱਕ ਅੱਖ ਪਾਰਲੀਮੈਂਟ ਤੇ ਰੱਖਣੀ ਚਾਹੀਦੀ ਐ ਇਹ ਫੈਸਲੇ ਪਾਰਲੀਮੈਂਟ ਚ ਹੋਣਗੇ ਸਾਬ ਗੈਟ ਹਟਣੀ ਹੈ ਕਿ ਨਹੀਂ ਹਟਣੀ ਕਿਹੜੀ ਟਰਮਸ ਤੇ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ ਜੇ ਇੱਕ ਉੱਥੇ ਰੱਖੀ ਹੁੰਦੀ ਨਾ ਜਿਹੜਾ ਸਾਡੇ ਲੀਡਰ ਸਾਹਿਬਾਨ ਨੇ ਇਧਰ ਧਿਆਨ ਨਾ ਕੀਤਾ ਹੁੰਦਾ ਵੀ ਪ੍ਰੋਟੈਸਟ ਕਿਵੇਂ ਸਕਸੈਸ ਕਰਾਂਗੇ ਪੱਕਾ ਮੋਰਚਾ ਕਿੰਨੇ ਦਿਨ ਚੱਲੂਗਾ ਸਮਾਨ ਕਿੱਥੋਂ ਆਊਗਾ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਵੀ ਆਪਣੇ ਥਾਈਲੈਂਡ ਦਾ ਐਗਰੀਕਲਚਰ ਮਿਨਿਸਟਰ ਉੱਥੋਂ ਡਬਲਿਊਟੀਓ ਦੀ ਮੀਟਿੰਗ ਚੋਂ ਹੀ ਉਹਨੂੰ ਬਰਖਾਸਤ ਕੀਤਾ ਗਿਆ ਕਿਉਂਕਿ ਉਹਨੇ ਇਲਜ਼ਾਮ ਲਾਇਆ ਉੱਥੇ ਵੀ ਹਿੰਦੁਸਤਾਨ ਦੀ ਬਾਸਮਤੀ ਮੋਨੋਪੋਲੀ ਕਰ ਰਹੀ ਹੈ ਤੇ ਆ ਇਹਦੇ ਤੇ ਇਹਨਾਂ ਨੂੰ ਰੋਕ ਲਈ ਜਾਵੇ ਤੇ ਉਹਨੇ ਬੜੇ ਮਤਲਬ ਸ਼ਬਦ ਬਹੁਤ ਉਲਟੇ ਸਿੱਧੇ ਬੋਲੇ ਜਦੋਂ ਪੀਸ਼ ਗੋਇਲ ਜੀ ਨੇ ਉਹ ਗੱਲ ਉੱਥੇ ਡਬਲਯੂਟੀਓ ਕੌਂਸਲ ਚ ਰੱਖੀ ਤੇ థਾਈਲੈਂਡ ਨੂੰ ਨੋਟਿਸ ਲੈ ਕੇ ਉਹਨੂੰ ਵਿਦਨ ਕਾਨਫਰੰਸ ਉਹਨੂੰ ਬੁਲਾ ਕੇ ਡਿਸਮਿਸ ਕੀਤਾ ਉਹਦੇ ਤਾਂ ਨਵਾਂ ਬੰਦਾ ਐਗਰੀਕਲਚਰ ਮਿਨਿਸਟਰ ਲਾਇਆ ਆ ਇੱਕ ਆਨਗoing ਪ੍ਰੋਸੈਸ ਹੈ ਸਾਬ ਆ ਪੋਲਿਸੀ ਡਿਸੀਜਨ ਹੈ ਇੱਕ ਪਾਸੇ ਅਸੀਂ ਕਿਸਾਨ ਕਹਿੰਨੇ ਆ ਪਾਕਿਸਤਾਨ ਮੈਂ ਜੇ ਆਪਾਂ ਗੱਲ ਕਰ ਰਹੀ ਇਸ ਵਿੱਚ ਮੈਂ ਗਲਤ ਹੀ ਆ ਰਹੇ ਹਾਂ ਉਹਨਾਂ ਨੂੰ ਖਦਸ਼ਾ ਇਹ ਹੈਗਾ ਵੀ ਜਿਹੜਾ ਉਹ ਪੂਰਾ ਓਵਰਾਲ ਵਰਲਡ ਆਰਡਰ ਚੱਲ ਰਿਹਾ ਹੈਗਾ ਉਹਦੇ ਚਸੀ ਰ ਜੇ ਸਾਨੂੰ ਸ਼ਾਇਦ ਅਸੀਂ ਬਾਜੀਏ ਉਸ ਗਾਰੰਟੀ ਦਾ ਜਿਹੜੀ ਸਰਕਾਰ ਨੇ ਗੈਟ ਬਣਾਣਾ ਉਹ ਗਾਰੰਟੀ ਵੀ ਪਾੜ ਦੂਗੀ ਫਿਰ ਜਿਹਦੇ ਕੋਲ ਮੈਜੋਰਟੀ ਹੋਈ ਸਾਬ ਉਹ ਉਸ ਕਾਨੂੰਨ ਇਸ ਸਮਰਔ ਦੇ ਦੌਰ ਚ ਹੋਇਆ ਸਾਰਾ ਕੁਝ ਮਨਮੋਹਨ ਸਿੰਘ ਜੀ ਉਦੋਂ ਉਹਦਾ ਬੈਨੀਫਿਟ ਵੀ ਉਹਦੇ ਬਾਅਦ ਬੈਨੀਫਿਟ ਵੀ ਹੈ ਸਾਬ ਤੁਸੀਂ ਅੱਜ ਸਾਡੀ ਜਿਹੜੀ ਐਗਰੀਕਲਚਰ ਐਕਸਪੋਰਟ ਹੈ ਦੂਜੀ ਐਕਸਪੋਰਟ ਨਾਲੋਂ ਦੀ ਗ੍ਰੋਥ ਆਫ ਰੇਟ ਦੇਖੋ ਸਾਬ ਐਗਰੀਕਲਚਰ ਐਕਸਪੋਰਟ ਵਧ ਰਹੀ ਹੈ ਉਹਦਾ ਬੈਨੀਫਿਟ ਹੀ ਇੱਥੇ ਹੋ ਰਿਹਾ ਹੈ ਅਗੇਨ ਮਸਲਾ ਬੈਲੈਂਸ ਦੇ ਸਾਬ ਆਪਣੇ ਜਿਹੜੇ ਇੰਟਰਸਟ ਹੈ ਉਹ ਪ੍ਰੋਟੈਕਟ ਕਰਨੇ ਪੈਣਗੇ ਕਿਸਾਨੀ ਦੇ ਤੁਸੀਂ ਆਪਣਾ ਸਮਾਨ ਜੇ ਫਿਰ ਕਿੱਥੇ ਲੈ ਕੇ ਜਾਵਾਂਗੇ ਤੁਸੀਂ ਕਹਿੰਦੇ ਹੋ ਸਾਰੀ ਫਸਲਾਂ ਦੀ ਗਾਰੰਟੀ ਲੈ ਲਓ ਤੇ ਉਹ ਫਸਲਾਂ ਨੂੰ ਲੈ ਕੇ ਕਿੱਥੇ ਜਾਵਾਂਗੇ ਹੁਣ ਵੀ ਤਾਂ ਐਕਸਪੋਰਟ ਕਰੀ ਜਾਂਦੇ ਆ ਜੀ ਤੁਸੀਂ ਜੇ ਗੇਟ ਚੋਂ ਬਾਹਰ ਨਿਕਲਦੇ ਹੋ ਬਾਸਮਤੀ ਵਾਲੇ ਮਾਰ ਦਿਓਗੇ ਕਿਸਾਨ ਸਾਹਿਬ ਫਿਰ ਵੀ ਕੀ ਜਾਂਦਾ ਮੈਂ ਤਾਂ ਕਹਿੰਦਾ ਵੱਡਾ ਦਿਲ ਕਰਕੇ ਬੀਜੇਪੀ ਕਹਿੰਦੇ ਆ ਚੱਕੋ ਗਾਰੰਟੀ ਯਾਰ ਕਿੱਡੀ ਗਾਰੰਟੀ ਦੇਖੋ ਨਹੀਂ ਨਹੀਂ ਸਾਬ ਆ ਤਾਂ ਫਿਰ ਤਾਂ ਤੁਸੀਂ ਇਹ ਲੋਕਲ ਵੋਟ ਲਭਾਉਣ ਵਾਲੀ ਗੱਲ ਕਰੀ ਜਾਂਦੇ ਹੋ ਕੱਲ ਰਾਹੁਲ ਗਾਂਧੀ ਜੀ ਕਹਿ ਰਹੇ ਸੀ ਅਗਰ ਸਾਰੀ ਐਗਰੀਕਲਚਰ ਕਮੋਡਿਟੀ ਸਾਰਿਆਂ ਦੀ ਕਰੋ ਸਾਹਿਬ ਫਿਰ 23 ਦੀ ਕਿਉਂ ਉਹਦਾ ਮੈਨੀਫੈਸਟੋ ਦੇ ਰਹੇ ਨਹੀਂ ਤੁਸੀਂ ਦੇਖਿਆ ਨਹੀਂ 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 ਉਹ ਤਾਂ 23 ਦੀ ਦੇ ਰਹੇ ਬਾਕੀ ਹੈ ਨਹੀਂ ਕਿ ਸਾਹਿਬ ਅਸੀਂ ਜਿਹੜੇ ਫਰੂਟ ਗਰੋਅਰ ਆ ਅਸੀਂ ਕਿੱਧਰ ਜਾਵਾਂਗੇ ਸੇਬ ਉਗਾਉਣ ਵਾਲੇ ਆ ਕੋਈ ਕਿਨੋ ਉਗਾਉਣ ਵਾਲਾ ਹੈ ਕੋਈ ਫਿਸ਼ਰੀ ਵਾਲਾ ਹੈ ਕੋਈ ਡੇਰੀ ਵਾਲਾ ਹੈ ਐਵਰੀ ਜਿਹੜੇ ਹੈ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ ਤੁਹਾਨੂੰ ਅਗਰ ਮਿਨੀਮਮ ਗਾਰੰਟੀ ਦੇਣੀ ਹੋ 40 ਲੱਖ ਕਰੋੜ ਰੁਪਏ ਚਾਹੀਦੇ ਸਾਹਿਬ ਬਾਕੀ ਕਹਿੰਦੇ ਮੈਂ ਇੱਕ ਇੱਕ ਪਰਿਵਾਰ 'ਚ 1 ਲੱਖ ਦਊਗਾ 25 ਕਰੋੜ 25 ਲੱਖ ਕਰੋੜ ਰੁਪਏ 25000 ਉਹ ਕਿੰਨੇ ਬਣਿਆ ਗਿਣਤੀਆਂ ਬਹੁਤ ਹੋ ਗਈ 25 ਕਰੋੜ 25 ਲੱਖ ਕਰੋੜ ਜਿਹੜੇ ਆ ਉਹ ਤੁਹਾਨੂੰ ਚਾਹੁੰਦੇ 65 ਲੱਖ ਕਰੋੜ ਦੇ ਹਿਸਾਬ 'ਤਾਂ ਤੁਸੀਂ ਕਰੀ ਬੈਠੇ ਹੋ ਪੈਸੇ ਕਿੱਥੇ ਆਉਣਗੇ ਸਾਬ ਗਲਤ ਗੱਲ ਮੇਰੇ ਤੋਂ ਨਾ ਕਹੋ ਸਭ ਵੀ ਗਾਰੰਟੀ ਦੇ ਦਿਓ ਜੀ ਕੀ ਫਰਕ ਪੈਂਦਾ ਨਹੀਂ ਫਸਲ ਆ ਮੈਂ ਗਾਰੰਟੀ ਦੇ ਸਕਦਾ ਸਾਬ ਰਾਹ ਕੀ ਨਿਕਲ ਸਕਦਾ ਰਾਹ ਮੈਂ ਦੇ ਹੀ ਜੰਦਾ ਸਾਬ ਜੇ ਪੰਜਾਬ ਦੇ ਅੰਦਰ ਐਮਐਸਪੀ ਇੱਥੋਂ ਖਤਮ ਕਰਦੇ ਆ ਸਾਬ ਤੇ ਸਭ ਤੋਂ ਪਹਿਲਾਂ ਧਰਨਾ ਦੇਣ ਵਾਲਾ ਸੁਨੀਲ ਜਾਖੜੂਗਾ ਸਾਬ ਆ ਮੇਰੀ ਗਾਰੰਟੀ ਹੈ ਸਾਹਿਬ ਮੈਂ ਸਰਕਾਰ ਦੀ ਗਾਰੰਟੀ ਗੱਲ ਕੀ ਬਣਦਾ ਹੈ ਕਹੀ ਜਨਾ ਮੈਂ ਸਾਰਿਆਂ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਝੰਡਾ ਚੱਕਿਆ ਇਨਫੈਕਟ ਰਾਜੀਵਾਲ ਸਾਹਿਬ ਅਧੀ ਗੱਲ ਦੱਸਦੇ ਜਦੋਂ ਕਹਿੰਦੇ ਮੈਂ ਜਾਖੜ ਨੂੰ ਬੁਲਾਇਆ ਸੀ ਬੁਲਾਇਆ ਸੀ ਜਾਖੜ ਨੂੰ ਫਰਵਰੀ ਚ ਬੁਲਾਇਆ ਸੀਗਾ ਬਜਟ ਦੇ ਬਾਅਦ ਬੁਲਾਇਆ ਸੀ ਇਹ ਕੋਈ ਹੋਰ ਗੱਲ ਤੇ ਇਹਨਾਂ ਨੇ ਸਾਰੀ ਪਾਰਟੀਆਂ ਬੁਲਾਈ ਬੈਠੇ ਸੀ ਮੈਂ ਕਿਹਾ ਰਾਜੀਵਾਲ ਸਾਹਿਬ ਤੁਸੀਂ ਹੋਰ ਹੀ ਪਾਸੇ ਤੁਰੇ ਫਿਰਦੇ ਹੋ ਮਨ ਲੱਗਦਾ ਐ ਐਮਐਸਪੀ ਜਾਊਗੀ ਕਹਿੰਦੇ ਉਹ ਕਿਵੇਂ ਕਹਿਦਾ ਮੈਂ ਕਿਹਾ ਜਿਹੜਾ ਬਜਟ ਪਾਸ ਹੋ ਹੈ ਉਮੀੜਾ ਉਹਦੇ ਵਿੱਚ ਇਹਨਾਂ ਨੇ ਐਫਸੀਆਈ ਦੀ ਅਲੋਕੇਸ਼ਨ ਘਟਾਤੀ 70000 ਕਰੋੜ ਰੁਪਏ ਉਹਦੇ ਤੇ ਐਫਸੀਆਈ ਤੇ 3.5 ਲੱਖ ਕਰੋੜ ਦਾ ਕਰਜ਼ਾ ਆਲਰੇਡੀ ਹੈ 75000 ਘਟਾਦੀ ਹੈ ਦਾ ਮਤਲਬ ਹੈ ਵੀ ਇਹਨਾਂ ਨੇ ਸਰਕਾਰੀ ਪਰਚੇਜ਼ ਘਟਾਣਗੇ ਘਟਾਣ ਦਾ ਮਤਲਬ ਹੈ ਆਪ ਮਾਰੇਗੇ ਤੇ ਉਹਦੇ 3 ਕਿ ਮਹੀਨਿਆਂ ਬਾਅਦ 5 ਜੂਨ ਨੂੰ ਸ਼ਾਇਦ ਆਇਆ ਕਾਨੂੰਨ ਆਗੇ ਜੀ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਮੈਂ ਕਹਿਆ ਜੀ ਆ ਤਾਂ ਜੁੜ ਗਿਆ ਸਾਰਾ ਕੰਮ ਹੀ ਵੀ ਇਧਰੋਂ ਹਾਂ ਬਜਟ ਘਟਾਤਾ ਇਧਰੋਂ ਹੈ ਤੇ ਸਭ ਤੋਂ ਪਹਿਲਾਂ ਚੰਡਾ ਚੱਕਿਆ ਸਾਹਿਬ ਹੁਣ ਵੀ ਚੱਕਾਂਗੇ ਜਦੋਂ ਕਿਸਾਨ ਦੀ ਫਾਇਦੇ ਦੀ ਗੱਲ ਹੈ ਸਾਬ ਇਹਦੇ ਨਾਲ ਐਮਐਸਪੀ ਗਰੰਟੀ ਨਾਲ ਛੋਟੇ ਕਿਸਾਨ ਦਾ ਜਾਂ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਸਾਬ ਛੋਟੇ ਕਿਸਾਨ ਨੂੰ ਚਾਹੀਦੀ ਹੈ ਇਹ 6000 ਰੁਪਏ ਰੋਜ਼ ਸਾਲਾਨਾ ਆ ਰਹੇ ਸਾਬ 8 ਡਾਇਰੈਕਟ ਖਾਤੇ 'ਚ ਇਹ ਬਦਾਉਣਾ ਚਾਹੀਦਾ ਉਹ ਉਹ ਜੇ ਬਦਾਣੇ ਨਹੀਂ ਸਾਬ ਮੈਂ ਇੱਕ ਕਦਮ ਅੱਗੇ ਜਾਈ ਜਾਣਾ ਮੈਂ ਇਸ ਪੋਜੀਸ਼ਨ 'ਚ ਨਹੀਂ ਪਰ ਮੈਂ ਆਵਾਜ਼ ਚੱਕੂਗਾ ਪਾਰਟੀ 'ਚ ਫਿਰ ਉਹੀ ਗੱਲ ਆ ਗਈ ਵੀ ਜਿਸ ਤਰ੍ਹਾਂ ਆਪਾਂ ਕਿਹਾ ਵੀ Hindu ਹੋਣਾ ਕੋਈ ਗੁਨਾਹ ਹੈ ਕਿ ਅਗਰ ਕਿਸੇ ਕੋਲ ਜ਼ਮੀਨ ਹੈ ਨਹੀਂ ਉਹ ਗੁਨਾਹ ਹੈ ਕਿ ਆਪਾਂ ਕਹਿੰਦੇ ਜ਼ਮੀਨ ਵਾਲੇ ਨੂੰ 6000 ਦੇ ਦਿਓ ਤੇ ਜਿਹੜੇ ਪਿੰਡ 'ਚ ਮਜ਼ਦੂਰ ਬੈਠੇ ਸਭ ਉਹਨਾਂ ਨੂੰ 6000 ਦੀ ਗੱਲ ਕੋਈ ਨਹੀਂ ਕਰਦਾ ਕਿਸੇ ਨੇ ਨਹੀਂ ਚੱਕੀ ਸਾਬ ਸੁਨੀਲ ਜਾਖੜ ਕਹਿ ਰਹੇ ਵੀ ਪਹਿਲਾ ਹੱਕ ਉਹਦਾ ਗਰੀਬ ਦਾ ਹੈ ਜਿਹਦੇ ਕੋਲ ਕੁਝ ਵੀ ਨਹੀਂ ਮਾਤੜ ਕੋਲ ਹੂੰ ਉਹਨੂੰ ਦਿਓ ਕਿਹਨੇ ਕਿਹਾ ਗੱਲ ਕੋਈ ਨਹੀਂ ਕਰਦਾ ਇਹਨਾਂ ਨੇ ਗੱਲ ਕਿਹਾ ਵੀ ਅਸੀਂ ਦਿਹਾੜੀ ਜਿਹੜੀ ਹੈ Delhi wage 700 ਦੀ ਤੁਸੀਂ ਯਾਦ ਕਰੋ ਉਹਨਾਂ ਦੀ ਪ੍ਰੈਸ ਕਾਨਫਰੈਂਸ ਹੂੰ ਇਹਨਾਂ ਦੱਲੇਵਾਲ ਸਾਹਿਬ ਤੇ ਇਹਨਾਂ ਦੀ ਜਦੋਂ ਨਾਲ ਕੋਈ ਕਰਨਾਟਕ ਵਾਲੇ ਆਏ ਬੈਠ ਸੀ ਕਹਿੰਦੇ 700 ਰੁਪਏ ਕੀ ਹਮ ਸੰਘਰਸ਼ ਇਹ ہمارا ਪੱਕਾ ਮੋਰਚਾ ਹੈ ਤੇ ਕਾਂਗਰਸ ਪਾਰਟੀ ਦੇ 400 ਕਹਿ ਰਹੀ ਹੈ ਆਪਣੇ ਮੂੰਹੋਂ ਕਹਿ ਰਹੀ ਹੈ ਫਿਰ ਕਾਂਗਰਸ ਦੇ ਨਾਲ ਚੜੇ ਫਿਰਦੇ ਹੂੰ ਹੂੰ ਕਿਉਂ ਨਹੀਂ ਬਦਾਂਦੇ ਸਰ ਦਵਿੰਦਰ ਸ਼ਰਮਾ ਜਿਹੜੇ ਬਰੇ 1 ਸੈਕਿੰਡ ਯਾਦਵੰਦਰ ਜੀ ਦਵਿੰਦਰ ਸ਼ਰਮਾ ਜੀ ਦੇ ਬਾਅਦ ਆਇਓ ਪਹਿਲਾਂ ਆ ਦੱਸੋ ਆ ਜਿਹੜੀ ਹੈ ਦਿੱਲੀ ਵੇਜਸ ਹੈ ਆ ਕੌਣ ਕਰਦਾ ਇਸਟੈਬਲਿਸ਼ ਸੈਂਟਰਲ ਗਵਰਨਮੈਂਟ ਕਰਦੀ ਹੈ ਨਹੀਂ ਸਟੇਟ ਗਵਰਨਮੈਂਟ ਦਾ ਕੰਮ ਹੈ ਤੇ ਇਹਦੇ 700 ਕਰੋੜ ਨਹੀਂ ਲਾਉਤਰਨਾ ਆ ਆ ਭਗਵੰਦ ਜੀ ਰੇ ਲਾਉਤਰਨਾ ਫਿਰ 400 ਤੇ ਮੰਨ ਗਏ ਮਨਰੇਗਾ ਸੈਂਟਰ ਕਰਦਾ ਹਾਂ ਜੀ ਮਨਰੇਗਾ ਚ ਰਾਹੁਲ ਗਾਂਧੀ ਕਹਿ ਰਹੇ ਨੇ ਅਸੀਂ 400 ਰੁਪਏ ਦੇ ਦਾਂਗੇ 400 ਦੇ ਦਾਂਗੇ ਤੇ 383 ਤਾਂ ਹੁਣ ਵੀ ਲਈ ਜਾਂਦੇ ਆ ਜੀ ਉਸ ਚ ਕੀ ਹੈ ਤੁਸੀਂ ਕੀ ਕਰਦੇ ਹੋਗੇ ਨਹੀਂ ਕਰਦੇ ਹੋਗੇ ਉਹ ਡੇਲੀਵੇਜੇ 700 ਕਰਾ ਰਹੇ ਜੀ ਪਿੰਡਾਂ ਦੇ ਦਿਹਾੜੀ ਆ ਜੋ ਆਲਰੇਡੀ 500 ਰੁਪਏ ਅੱਛਾ ਦਿਵਿੰਦਰ ਸ਼ਰਮਾ ਜੀ ਕਹਿੰਦੇ ਆ ਕਿ ਇਨਕਮ ਜਿਹੜੀ ਆ ਪੱਕੀ ਇਨਕਮ ਕਿਸਾਨ ਦੀ ਹੋਣੀ ਚਾਹੀਦੀ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਕਿ ਤਨਖਾਹੀ ਲਾ ਦੋ ਕਹਿੰਦੇ ਕਹਿੰਦੇ ਉਹ ਕਹਿੰਦੇ ਯੂਰਪ ਆ ਜਿਹੜਾ ਪੱਛਮ ਆ ਵੈਸਟ ਹੌਸਪੋਰਟ ਕਰਦਾਗਾ ਚਾਹੇ ਵੱਡਾ ਫਾਰਮਰ ਹੀ ਆ ਉਹਦਾ ਬੜਾ ਸਬਸਿਡੀ ਦੇ ਤੌਰ ਤੇ ਸਪੋਰਟ ਕਰਦਾ ਉਹਦੇ ਫਾਰਮਰ ਨੂੰ ਸਪੋਰਟ ਫਾਰਮਰ ਨੂੰ ਸਪੋਰਟ ਕਰ ਰਹੇ ਆ ਪਰ ਸਾਡੇ ਸਭ ਇੱਥੇ ਗਰੀਬੀ ਦੇ ਲੈਵਲ ਹੈ ਜਿਨੇ ਕੋਲ ਮੈ ਤੁਹਾਨੂੰ ਅਹੀ ਤਾਂ ਕਹਿ ਗਿਆ ਟਾ ਉਹਨਾਂ ਕੋਲ ਮਾਤੜ ਕੋ ਉਚਾਲ ਕੋ ਕੁਝ ਵੀ ਨਹੀਂ ਜੀ ਪਿੰਡ 'ਚ ਮੈਜੋਰਟੀ ਕੀ ਦੀ ਐ ਜ਼ਮੀਨ ਵਾਲਿਆਂ ਦੀ ਐ ਕਿ ਮਜ਼ਦੂਰੀ ਕਰਨ ਵਾਲਿਆਂ ਦੀ ਤੇ ਫਿਰ ਸਾਬ ਉਹਨਾਂ ਨੂੰ ਕੌਣ ਦੇਊਗਾ ਸਾਬ ਆ ਜਿਹੜਾ ਅਨਾਜ ਆਪਾਂ ਵੰਡ ਰਹੇ ਆ ਪੰਜ-ਪੰਜ ਕਿਲੋ ਜਿਹੜਾ ਪੈਨਸ਼ਨ ਆ ਰਹੀ ਐ ਜਿਹੜਾ ਉਹਨਾਂ ਨੂੰ ਸਾਰਾ ਕੁਝ ਦੇ ਰਹੇ ਆ ਆ ਉਹਨਾਂ ਗਰੀਬ ਉਹਨਾਂ ਕੋਲ ਮਜ਼ਦਾਰਾਂ ਕੋਲ ਕੁਝ ਵੀ ਨਹੀਂ ਸਾਬ ਉਹਨਾਂ ਦੀ ਗੱਲ ਕਰੀਏ ਆਪਾਂ ਮੈਂ ਜੇ ਸਾਊਦੀ ਅਰੇਬੀਆਂ ਹੋਵਾਂ ਨਾ ਸਾਬ ਫਿਰ ਮੈਂ ਸਾਰਾ ਕੁਝ ਦੇ ਦਿਆਂ ਸਾਬ ਸਾਰਾ ਕੁਝ ਦੇ ਸਕਦੇ ਆ ਜਿੰਨੀ ਆਪਣੇ ਕੋਲ ਉਹ ਕਹਿੰਦਾ ਨੇ ਉਤਨੇ ਜਿੰਨੀ ਚਾਦਰ ਦੇਖੀਏ ਰ ਉਤਨੇ ਪਾਉ ਪਸਾਰ ਆਪਣੇ ਕੋਲ ਸਮਾਨਾ ਦਾ ਹੈ ਨਹੀਂ ਆਪਾਂ ਸਾਰਿਆਂ ਨੂੰ ਅਸ਼ੋਰਡ ਬੜੇ ਬੜੇ ਡੈਟ ਚ ਆਪਾਂ ਬਹੁਤ ਵੱਡੇ ਡੈਟ ਚ ਆ ਸਭ ਪੰਜਾਬੀ ਹੋਰ ਇੰਡੀਆ ਵੀ ਇਹਦਾ ਇਲਾਜ ਕੀ ਹੈ ਮੈਂ ਇੱਕ ਦਿਨ ਉਥੇ ਸਾਡੀ ਮੀਟਿੰਗ ਸੀ ਉਸ ਚ ਪ੍ਰਧਾਨ ਮੰਤਰੀ ਦੇ ਸਾਹਮਣੇ ਗਿਆ ਸੀ ਕਿਉਂਕਿ ਉਹ ਕਹ ਰਿਹਾ ਸੀ ਵੀ ਇਹਨੂੰ ਅਸੀਂ ਦੇਸ਼ ਨੂੰ 5 ਟ੍ਰਿਲੀਅਨ ਇਕਨੋਮੀ ਬਣਾਵਾਂਗੇ ਮੈਂ ਕਿਹਾ ਜੀ ਟ੍ਰਿਲੀਅਨ ਆ ਮੈਂ ਵੀ ਨਹੀਂ ਸਮਝਦਾ ਮੈਂ ਇਕਨੋਮਿਕਸ ਦੀ ਗ੍ਰੇਡ ਕਰ ਮਾ ਕਰ ਰੱਖੀ ਹੈ ਮੈਂ ਆਨਰਸ ਕਰ ਰੱਖੀ ਹੈ ਮੈਂ ਕਿ ਟ੍ਰਿਲੀਅਨ ਦੇ ਮਨ ਨਹੀਂ ਪਤਾ ਕਿੰਨੀ ਬਿੰਨੀਆਂ ਲੱਗਦੀਆਂ ਆ ਆਮ ਆਦਮੀ ਨੂੰ ਸਾਨੂੰ ਸਮਝਾਉਣਾ ਚਾਹੀਦਾ ਹੈ ਵੀ ਇਸ 5 ਟ੍ਰਿਲੀਅਨ ਇਕਨੋਮੀ ਦਾ ਮਤਲਬ ਹੈ ਵੀ ਸਾਡੇ ਕੋਲ ਇੰਨਾ ਕ ਸਾਮਾਨ ਹੋਊਗਾ ਵੀ ਅਸੀਂ ਤੁਹਾਡੀ ਮਦਦ ਕਰ ਸਕਾਂਗੇ ਤੁਹਾਨੂੰ ਜਿਹੜੀ ਇਨਕਮ ਦੀ ਗੱਲ ਕਰੀ ਜਾਂਦੇ ਹੋ ਤੁਹਾਨੂੰ ਜੋ ਸਪੋਰਟ ਚਾਹੀਦੀ ਹੈ ਕੋਈ ਤੁਹਾਨੂੰ ਮਹੀਨੇ ਦੇ 3-4000 ਰੁਪਏ ਅਸੀਂ ਦੇ ਸਕੀਏ ਉਹਦੇ ਵਾਸਤੇ ਹਿੰਦੁਸਤਾਨ ਦੀ ਇਕਨੋਮੀ ਹਿੰਦੁਸਤਾਨ ਦਾ ਅਰਥਸ਼ਾਸਤਰ ਮਜ਼ਬੂਤ ਹੋਊਗਾ ਤਾ ਸਭ ਅਸੀਂ ਦੇਖਾਂਗੇ ਨੰਗਦੇ ਪੱਲੇ ਕੀ ਹੈ ਸਭ ਜੇ ਆ ਹੁਣ ਚੀਕਾ ਮਰੀ ਜਾਂਦੇ ਆ ਉਹ ਚੰਨੀ ਜੀ ਜਿਸ ਗੱਲ ਤੇ ਕਹਿੰਦੇ ਸੀ ਮੈਂ ਪੈਚਵਰਕ ਕਰਵਾਏ ਹੁਣ ਤਾਂ ਪੈਚਵਰਕ ਹੀ ਨਹੀਂ ਹੁੰਦਾ ਸਾਬ ਕਰਜ਼ਾ ਝੜਾ ਲਿਆ ਤਾਂ ਮਤਲਬ ਪੈਚਵਰਕ ਵੀ ਨਹੀਂ ਹੁੰਦੇ ਹੂੰ ਪੈਸੇ ਦਾ ਕੰਮ ਪੈਸੇ ਨਾਲ ਹੋਣਾ ਪਹਿਲਾਂ ਪੈਸਾ ਕਮਾਈਏ ਫਿਰ ਉਹਦੇ ਬਾਅਦ ਗਰੀਬ ਨੂੰ ਜਿਹਨੂੰ ਸਹਾਇਤਾ ਦੀ ਲੋੜ ਹੈ ਸਾਬ ਇਰਸਪੈਕਟ ਦੇ ਦੇਖੋ ਜਖਰ ਸਾਹਿਬ ਇੱਕ ਛੋਟਾ ਸਵਾਲ ਫਿਰ ਤੁਸੀਂ ਜਵਾਬ ਦੇ ਲਿਓ ਇਸ ਚਹਿ ਚਹਿ ਮਨਮੋਹ ਸਿੰਘ ਦੀ ਸਰਕਾਰ ਸੀ ਚਾਹੇ ਤੁਹਾਡੀ ਸਰਕਾਰ ਆ ਜਦੋਂ ਬੀਲ ਆਊਟ ਕੀਤਾ ਜਾਂਦਾ ਵੱਡੇ ਕਾਰਪੋਰੇਟ ਨੂੰ ਬਹੁਤ ਵੱਡੇ ਪੱਧਰ ਤੇ ਮਨਮੋਹਨ ਸਿੰਘ ਦੀ ਸਰਕਾਰ ਚ ਵੀ ਹੋਇਆ ਸੇਮ ਤੁਹਾਡੇ ਸਰਕਾਰ ਚ ਹੋਇਆ ਕਾਂਗਰਸ ਕਹਿੰਦੀ ਆ ਤੁਹਾਡੇ ਜ਼ਿਆਦਾ ਹੋਇਆ ਇੰਨੇ ਹੀ ਫਰਕ ਆ ਪਰ ਕਰਿਆ ਉਹਨਾਂ ਨੇ ਵੀ ਉਹ ਕਹਿੰਦੇ ਉਹਨਾਂ ਨੂੰ ਤਾਂ ਇੰਨੇ ਨੇ ਪੈਸੇ ਦੇ ਦਿੰਦੇ ਆ ਕਿਸਾਨ ਵਾਰੀ ਜਾਂ ਗਰੀਬ ਮਜ਼ਦੂਰ ਵਾਰੀ ਤੁਸੀਂ ਕਹਿੰਦੇ ਹੋ ਉਹਦੇ ਵਾਰੀ ਪੈਸਾ ਪਤਾ ਨਹੀਂ ਕਿੱਥੇ ਜਾਂਦਾ ਸਰਕਾਰਾਂ ਕੋਲ ਬਿਲਕੁਲ ਬਾ ਉਹ ਵੀ ਤੁਹਾਨੂੰ ਦੱਸਦਾ ਜੀ ਇੱਕ ਬੜੀ ਇੰਟਰਸਟਿੰਗ ਗੱਲ ਜਿਹੜੀ ਹੈ ਪਹਿਲਾਂ ਤਾਂ ਮੈਂ ਤੁਹਾਡੇ ਵਾਲੀ ਗੱਲ ਦਾ ਜਵਾਬ ਦੇ ਦਿਆਂ ਤੁਸੀਂ ਕਹਿ ਰਹੇ ਹੋ ਕਿ ਕਰਜ਼ਾ ਮਾਫ਼ ਕੀਤਾ ਜਾਣਾ ਆਹ ਜਿਹੜਾ ਹੁਣ ਜਿਹੜਾ ਕਿਸਾਨ ਸਮਾਨ ਨਦੀ ਦਿੱਤਾ ਹੈ ਤੇ 6000 ਰੁਪਿਆ ਮਹੀਨੇ ਦਾ ਸਾਲਾਨਾ ਆ ਰਿਹਾ ਹੈ ਜੀ 10 ਕਰੋੜ ਕਿਸਾਨਾਂ ਨੂੰ ਕਰੀਬ ਆ ਰਿਹਾ ਹੈ 10 ਤੋਂ 11 ਕਰੋੜ ਜਿਹੜੀ ਐਗਜ਼ੈਕਟ ਫਿਗਰ ਹੈ ਸਾਬ 60000 ਕਰੋੜ ਰੁਪਿਆ ਉਹਨੂੰ ਕਰਜ਼ਾ ਮਾਫ਼ ਸਮਝ ਲਓ ਜਾਂ ਉਹਦੀ ਜੇਬ 'ਚ ਪੈਸਾ ਜਾ ਰਿਹਾ ਹੈ ਜੀ ਕਾਂਗਰਸ ਪਾਰਟੀ ਨੇ ਕਿਹਰਾ ਕੀਤਾ ਸੀ 70000 ਮੋਨ ਸਿੰਘ ਜੀ ਵੇਲੇ ਕੀਤਾ ਸੀ ਪੰਜਾਬ ਦੇ ਹਿੱਸੇ 1500 ਕਰੋੜ ਰੁਪਿਆ ਆਇਆ ਸੀਗਾ ਹਮ 70000 ਚੋਂ ਜ 60000 60000 ਕਰੋੜ ਰੁਪਇਆ ਹਰ ਸਾਲ ਹੋ ਰਿਹਾ ਹੈ ਇਰਸਪੈਕਟਿਵ ਮੈਂ ਤਾਂ ਉਹ ਕਹਿਣਾ ਵੀ ਜਿਹੜਾ ਉਹਨਾਂ ਨੂੰ ਦੇ ਜਾਨੂੰ ਮੜਾ ਮੋਟਾ ਗਰੀਬਾਂ ਨੂੰ ਹੋਰ ਦੇ ਦਈਏ ਇਹਦੇ ਚ ਵੱਡਾ ਜ਼ਮੀਦਾਰ ਆ ਉਹ ਤਾਂ ਕਰਜ਼ਾ ਲਈ ਬੈਠਾ ਮੈਂ ਰੋਲਾ ਪਾਇਆ ਜਦੋਂ ਕੈਪਟਨ ਸਾਹਿਬ ਨੇ ਜਦੋਂ 5000 ਕਰੋੜ ਵੰਡੇ ਐ ਸੀ ਕਿਸਾਨ ਕਰਜ਼ਾ ਮਾਫ ਕੀਤਾ ਉਹਨਾਂ ਦੇ ਵਿੱਚ ਆ ਸਰਦਾਰ ਕੋਲੇ ਵਾਲੀ ਜਿਹੜੇ ਸੀਗੇ 1 ਕਰੋੜ ਰੁਪਏ ਦਾ ਕਰਜ਼ਾ ਸੀਗਾ ਮੈਂ ਕਹਾਂ ਜੀ ਖਬਰਦਾਰ ਜੇ ਇਹ ਵੀ ਕਿਸਾਨੀ ਕੈਟਾਗਰੀ ਚ ਪਾ ਕੇ ਲੈ ਗੇ ਤਾਂ ਸੁਨੀਲ ਜਾਖੜ ਦਾ ਕਰਜ਼ਾ ਮਾਫ ਕਰੋਗੇ ਤਾਂ ਫਿਰ ਕਾਹਦਾ ਕਰਜ਼ਾ ਮਾਫ ਹੈ ਸਭ ਮੈਂ ਕੱਲ ਖਹਿਰਾ ਸਾਹਿਬ ਜੀ ਦੇ ਬਿਆਨ ਭਗਵੰਦ ਮਾਨ ਜੀ ਦੇ ਬਿਆਨ ਸੁਣ ਰਿਹਾ ਸੀਗਾ ਕਿਸੇ ਨੇ ਗੌਰ ਨਹੀਂ ਕਰਦੇ ਸਾਬ ਉਹਨ ਜੋ ਛੋਟੀ ਛੋਟੀ ਗੱਲਾਂ ਹੈ ਕਹਿੰਦੇ ਜੀ ਖੈਰਾ ਸਾਹਿਬ ਨੇ ਬਿਜਲੀ ਛੱਡੀ ਸੀ ਟਿਊਬਵਿਲ ਦੀ ਠੀਕ ਹੈ ਛੱਡੀ ਹੋਣੀ ਹੈ ਪਰ ਉਹਦੇ ਚ ਕੀ ਆਇਆ ਕਹਿੰਦਾ 10 ਮੋਟਰਾਂ ਸੀ ਉਹਨਾਂ ਕੋਲ ਪੰਜਾਬ ਦੇ ਅੰਦਰ ਕਰੀਬਨ 12 13 ਲੱਖ ਜਿਹੜੇ ਮੋਟਰਾਂ ਦੇ ਕਨੈਕਸ਼ਨ ਹੈ ਹੋਣਾ ਕਹਿੰਦੇ 15 ਲੱਖ ਕਰਤੇ 15 ਲੱਖ ਚ ਜੇ ਇੱਕ ਇੱਕ ਕਿਸਾਨ 10 10 ਲਈ ਬੈਠਾ ਹੈ ਹੂੰ ਹੂੰ ਬਾਕੀ ਕਿਧਰ ਗਏ ਜੀ ਹੂੰ ਹੂੰ ਸੋ ਸਾ ਤੁਸੀਂ ਆ ਜਦੋਂ ਉਹਨੂੰ ਯੂਨੀਵਰਸਲਾਈਜੇਸ਼ਨ ਕਰਦੇ ਹੋ ਨਾ ਸਾਬ ਪ੍ਰੈਕਟੀਕਲ ਗੱਲ ਕਰੀਏ ਸਾਬ ਆਪਾਂ ਜਿਹੜੀ ਇੰਪਲੀਮੈਂਟ ਕੀਤੀ ਜਾ ਸਕਦੀ ਹੈ ਮੇਰੇ ਵਰਗਾ ਵੀ ਜਾ ਕੇ ਲੈਣ ਤੇ ਖੜ ਜੀਓ ਕਿਸਾਨ ਹੈ ਸਾਬ ਫਿਰ ਤੁਸੀਂ ਕਰੀ ਕੀ ਜਾਨੇ ਸਾਬ ਦਿਸ ਇਸ ਨਾਟ ਡਨ ਸਾਬ ਪ੍ਰੈਕਟੀਕਲ ਗੱਲ ਕਰੀਏ ਮੈਂ ਕਿਸਾਨ ਦੇ ਨਾਲ ਖੜਾ ਸਾਬ ਆਪ ਕਿਸਾਨ ਹਸ ਤਮਾਰੇਗੇ ਨਾਲ ਉਸ ਤੇ ਅੱਧਨੇ ਲਾ ਕੇ ਸੜਕ ਸਾਡੇ ਦਾ ਕੀਨੋ ਸਾਰੀ ਕ੍ਰੌਪ ਖਤਮ ਹੋ ਗਈ ਇਹ ਜੇ ਪੈਰੀਸ਼ੀਬਲ ਫਰੂਟ ਉਹ ਗੜ ਗਿਆ ਜੀ ਐਤਕੀ ਬਾਗ ਵੀ ਕਾਫੀ ਕਹਿੰਦੇ ਗੜਬੜ ਹੋਈ ਉਹ ਸਹੀ ਸੇ ਕਰਕੇ ਗੜਬੜ ਹੋਈ ਪਹਿਲਾਂ ਤਾਂ ਹੋ ਗਿਆ ਨਾ ਬਿਮਾਰੀ ਇੱਕ ਹਾਜ ਲੱਗੀ ਉੱਤੋਂ ਬਾਗ ਹਾਂਜੀ ਬਾਗ ਸੁੱਕੇ ਸੁੱਕੇ ਨਹੀਂ ਜੀ ਬਾਗ ਤਾਂ ਫਸਲ ਸੀਗੀ ਪਰ ਬਿਕੇ ਨਹੀਂ ਭਾਵੇਂ ਨਹੀਂ ਸਿੱਧੂ ਜੀ ਗਏ ਨਹੀਂ ਉਹ ਗੜ ਗਏ ਬਾਗ ਲੋਕਾਂ ਨੇ ਕਹਿੰਦਾ ਪਟਰੇ ਜੀ ਪਟਰੇ ਸ ਪੱਟੇ ਜਾਣਗੇ ਬਾਗ ਵੀ ਪੱਟੇ ਜਾਣਗੇ ਅਸੀਂ ਕਿਹੜੇ ਪਾਸੇ ਜਾਵਾਂਗੇ ਫਿਰ ਸਾਡੇ ਦਾ ਪਾਣੀ ਵੀ ਹੈ ਨਹੀਂ ਇਹ ਕਹਿ ਰਹੇ ਮੈਂ 100% ਦੀ ਪਾਣੀ ਪਹੁੰਚਾਦਾ ਭਗਵੰਤ ਮਾਨ ਜੀ ਗੱਲਾਂ ਕਰਨੀਆਂ ਬਹੁਤ ਸੁਖਲੀਆਂ ਸਾਬ ਪ੍ਰੈਕਟੀਕਲੀ ਜਦੋਂ ਬੈਠਾਂਗੇ ਭਾਵਨਾਵਾਂ ਤੋਂ ਉੱਤੇ ਉੱਠ ਕੇ ਹੂੰ ਹੂੰ ਕਿਸਾਨ ਨੂੰ ਬਾਹ ਫੰਡ ਦੀ ਲੋੜ ਹੈ ਸਾਬ ਹੂੰ ਪਟਿਆਲੇ ਸਟੇਜ ਤੇ ਕਿਹਾ ਮੈਂ ਕਿਹਾ ਬਹੁਤ ਸਾਰੀਆਂ ਗੱਲਾਂ ਹੈ ਪਰ ਦੋ ਗੱਲਾਂ ਇੱਕ ਤਾਂ ਸਾਡਾ ਜਵਾਨ نسل ਬਚਾ ਲੋ ਇੱਕ ਸਾਡੀ ਫਸਲ ਬਚਾ ਲੋ ਫਸਲ ਹੈ ਕਿਸਾਨ ਤੇ ਸਾਡੀ ਖੇਤੀ ਦੂਜੇ ਸਾਡਾ ਨੌਜਵਾਨ ਉਹਨੂੰ ਆ ਮਾਰਟੀ ਕੇ ਮਾਰ ਡਰੱਗਸ ਤੇ ਇਹਨੂੰ ਕੋਈ ਬਣਾਈਏ ਹਿਲਾ ਕਰੀਏ ਤਾਂ ਕਿ ਆਪਣੇ ਪੈਰਾ ਪੈਰੀ ਹੋਈਏ ਸਭ ਹੋਰ ਕੀ ਗੱਲ ਕਰਨ ਵਾਲੀ ਉੱਥੇ ਗੱਲਾਂ ਤਾਂ ਬਹੁਤ ਪੰਜਾਬ ਦੇ ਹਰੇਕ ਚੀਜ਼ ਦੇ ਦਰਦ ਹੈ ਜਕਰ ਸਾਹਿਬ ਇਹ ਮੰਨਿਆ ਜਾਂਦਾ ਕਿ ਤੁਸੀਂ ਇਹ ਤੁਸੀਂ ਕਾਫੀ ਚਾਹੁੰਦੇ ਸੀ ਪਰlast ਵਾਲੀ ਹੈ ਮੇਰਾ ਕਿ ਅਕਾਲੀ ਦਲ ਦੇ ਨਾਲ ਲੈਸ ਹੋ ਜੇ ਤਾਂ ਭਾਜੀਪੀ ਦੀ ਪੀਸ਼ਨ ਹੋਰ ਜ਼ਿਆਦਾ ਵਧੀਆ ਹੋਏਗੀ ਅਕਾਲੀ ਦਲ ਵੀ ਪੀਸ਼ਨ ਵੀ ਠੀਕ ਹੁੰਦੀ ਅਕਾਲੀ ਦਲ ਦਾ ਫਿਊਚਰ ਹੁਣ ਤੁਸੀਂ ਕੀ ਦੇਖਦੇ ਹੋ ਮੈਂ ਕੋਈ ਭਵਿੱਖਵਾਣੀ ਨਹੀਂ ਕਰਦਾ ਸਾਬ ਮੈਂ ਜਿਹੜੀ ਗੱਲ ਕਹਿ ਰਿਹਾ ਇੱਕ ਬੇਸਿਸ ਤੇ ਕਹਿ ਰਿਹਾ ਮੇਰਾ ਮੰਨਣਾ ਸੀ ਪੰਜਾਬ ਦੇ ਅੰਦਰ ਜਿਹੜਾ ਹੈ ਭਾਈਚਾਰਕ ਸਾਹ ਜਿਹੜੀ ਹੈ ਅਗਰ ਲੀਡਰਸ਼ਿਪ ਵੈਕਿਊਮ ਹੋ ਜਾਊਗਾ ਨਾ ਸਾਬ ਫਿਰ ਗਲਤ ਕਿਸਮ ਦੇ ਅੰਸਰ ਪੈਦਾ ਨਿਕਲੇ ਆਣਗੇ ਤੁਸੀਂ ਜਿਹੜਾ ਇਲੈਕਸ਼ਨ ਦੇਖਿਆ ਆਪਣੇ ਇਹਨਾਂ ਦੇ ਸੰਗਰੂਰ ਬਾਈ ਇਲੈਕਸ਼ਨ ਜਦੋਂ 3 ਮਹੀਨਿਆਂ ਬਾਅਦ ਹੀ ਉੱਥੇ ਐਕਸਟ੍ਰੀਮ 엘ਿਮੈਂਟ ਜਿਹੜੇ ਫਰਿੰਜ 엘ਿਮੈਂਟਸ ਕਹੇ ਦਿੰਦੇ ਹੋ ਰੈਡੀਕਲ 엘ਿਮੈਂਟਸ ਹੈ ਉਹ ਆ ਕੇ ਫਿਰ ਵੈਕਿਊਮ ਚ ਨਿਕਲ ਜਾਂਦੇ ਆ ਜਦੋਂ ਮੈਂ ਕਹਿਆ ਸੀ ਵੀ ਅਕਾਲੀ ਦਲ ਹੈ ਰਿਜਨਲ ਇਜ਼ ਨਾਟ ਅਕਾਲੀ ਦਲ ਲੈ ਕੇ ਸਿਰਫ ਰਿਜਨਲ ਪਾਰਟੀ ਨਹੀਂ ਹੈ ਸਾਹਿਬ ਅਕਾਲੀ ਦਲ ਦਾ ਇੱਕ ਯੂਨੀਕ ਡਿਸਟਿੰਕਟ ਆਇਡੈਂਟੀਟੀ ਹੈ ਉਹ ਪੰਥ ਦੀ ਨਮਾਇਆ ਕੌਮ ਹੈ ਸਾਹਿਬ ਉਹਦੇ ਕਨਸਟੀਟਿਊਸ਼ਨ ਚ ਲਿਖਿਆ ਹੈ ਵੀ ਇਟ ਇਜ਼ ਆਰ ਸਾਡੇ ਪੰਥ ਦੀ ਪੋਲੀਟੀਕਲ ਵਿੰਗ ਹੈ ਤੇ ਉਹ ਭਾਵਨਾਵਾਂ ਨੂੰ ਕੋਈ ਐਕਸਪਲੋਇਟ ਨਾ ਕਰ ਸਕੇ ਜਿਹੜਾ ਬੰਦਾ ਮਨੋਰਟੀਚ ਹੁੰਦਾ ਨੂੰ ਹਰ ਟਾਈਮ ਇੱਕੋ ਕੋ ਹਰੇ ਟਾਈਮ ਅਲਰਟ ਰਹਿਣਾ ਪੈਂਦਾ ਵੀ ਕੋਈ ਸਾਡੇ ਪਿੱਛੇ ਛੁਰਾ ਲੈ ਕੇ ਤੇ ਨਹੀਂ ਖੜਾ ਹਮਮ ਉਹਨੂੰ ਹਰ ਇੱਕ ਚੀਜ਼ 'ਚ ਉਹਨੂੰ ਸ਼ੱਕ ਨਹੀਂ ਗੱਲ ਲੜਦੇ। ਪਰ ਉਹਨੂੰ ਲਾਇਸ ਨਹੀਂ ਹੋਇਆ। ਕੀ ਲੱਗਦਾ? ਨਹੀਂ ਹੋਇਆ। ਉਹਦੇ باوجود ਮੈਂ ਮੰਨਦਾ ਹਾਂ ਸਰ ਵੀ ਅਕਾਲੀ ਦਲ ਦਾ ਮਜ਼ਬੂਤ ਅਕਾਲੀ ਦਲ ਇਲੈਕਟੋਰਲੀ ਨਾਉਨ ਸਰ ਇੱਕ ਲੀਡਰ ਦੀ ਸ਼ਖਸੀਅਤ ਹੁੰਦੀ ਹੈ। ਬਾਦਲ ਸਾਹਿਬ ਚ ਚੀਫ ਮਿਨਿਸਟਰ ਸੀਗੇ ਕਿ ਨਹੀਂ ਸੀਗੇ। ਉਹਨਾਂ ਦੀ ਗੱਲ ਤਾਂ ਸੁਣੀ ਜਾਂਦੀ ਸੀ ਸਰ। ਅੱਜ ਪੋਜੀਸ਼ਨ ਆ ਗਈ ਐ ਜੀ ਪੀਸੀ ਦੇ ਪ੍ਰਧਾਨ ਨੂੰ ਐਸਡੀਐਮ ਨਹੀਂ ਉਸ ਤੋਂ ਫੜਦਾ ਸਰ। ਤਾਂ ਆਪਾਂ ਇੰਸਟੀਚੂਨਸ ਨੂੰ ਮਜ਼ਬੂਤ ਕਰੀਏ। ਅਕਾਲੀ ਦਲ ਦਾ ਲੀਡਰ ਜਿਹੜਾ ਹੋਵੇ ਉਹਦੀ ਮਜ਼ਬੂਤ ਹੋਵੇ। ਕਮਿਊਨਿਟੀ ਨੂੰ ਉਸ 'ਤੇ ਵਿਸ਼ਵਾਸ ਹੋਵੇ। ਉਹ ਵਿਸ਼ਵਾਸ ਡਗਮਗਾ ਗਿਆ ਪਰ ਬੀਜੇਪੀ ਦੇ ਕਈ ਲੀਡਰ ਕਹਿੰਦੇ ਆ ਕਿ ਸਾਡੇ ਖਿਲਾਫ ਜਿਹੜਾ ਇਹ ਬਣਾਇਆ ਗਿਆ ਕਿ ਆਰਐਸਐਸ ਨੂੰ ਲੈ ਕੇ ਜਿਹੜੀ ਇੱਕ ਨਫ਼ਰਤ ਪੈਦਾ ਕੀਤੀ ਗਈ ਪੰਜਾਬ 'ਚ ਜਾਂ ਬੀਜੇਪੀ ਨੂੰ ਉਹ ਕਿਤੇ ਨਾ ਕਿਤੇ ਅਕਾਲੀ ਦਲ ਬਹੁਤ ਬਰੀਕ ਰਾਜਨੀਤੀ ਚੁੱਪਚੀਪੀਤੇ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਫਰਿੰਜ ਐਲੀਮੈਂਟਾਂ ਦੇ ذریعے ਕਰਦੇ ਰਹੇ ਜਿਹਦੇ ਕਰਕੇ ਸਾਡੀ ਪਰਸਪੈਕਸ਼ਨ ਇਹ ਬਣ ਗਈ ਚਲੋ ਉਹ ਤਾਂ ਟਾਈਮਲੀ ਆਪਾਂ ਨੂੰ ਉਸ ਦਾ ਨੋਟਿਸ ਲੈ ਕੇ ਕਰਨਾ ਚਾਹੀਦਾ ਸੀਗਾ ਸਾਬ ਅਗਰ ਇਸ ਕਿਸਮ ਦਾ ਸੀਗਾ ਤਾਂ ਪਹਿਲਾਂ ਫੈਸਲੇ ਕਰਦੇ ਲੈ ਲੈਣੇ ਚਾਹੀਦੇ ਸੀਗੇ ਪਰ ਅੱਜ ਮੈਂ ਮੰਨਦਾ ਵੀ ਜਦੋਂ ਬਰਾਬਰੀ ਦੇ ਆਪਾਂ ਕਰਕੇ ਕਰਾਂਗੇ ਫਿਰ ਕੋਈ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ ਸਾਬ ਚਾਹੇ ਪੋਲੀਟੀਕਲੀ ਛੋਟਾ ਭਾਈ ਵੱਡਾ ਭਾਈ ਵਾਲੀ ਖਤਮ ਹੋਵੇ ਚਾਹੇ ਸੋਸ਼ਲੀਏ ਜਿਹੜੀ ਆ ਤੁਸੀਂ ਵੀ ਆ ਛੋਟੇ ਐ ਤੇ ਆ ਵੱਡੇ ਐ ਸਭ ਬਰਾਬਰ ਐ ਸਭ ਬੈਲੈਂਸ ਬਣਾ ਕੇ ਚੱਲੋਂਗੇ ਪੰਜਾਬ ਖੁਸ਼ਹਾਲ ਰਹੂਗਾ ਪਰ ਇਸ ਤਰ੍ਹਾਂ ਪੰਜਾਬ ਨੂੰ ਤੁਸੀਂ ਸੁਬੀਰ ਬਾਦਲ ਦਾ ਸਟੇਟਮੈਂਟ ਦਿੱਤੀ ਕਿ ਏਜੰਸੀਆਂ ਕੇਂਦਰ ਪੰਜਾਬ ਦੇ ਅੰਦਰ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਆ ਆਰਐਸਐਸ ਖਤਮ ਕਰਨਾ ਚਾਹੁੰਦੀ ਹੈ ਸਾਡੇ ਤੇ ਏਜੰਸੀਆਂ ਕੰਮ ਕਰ ਰਹੀਆਂ ਅਮਰਤਪਾਲ ਵਰਗੇ ਲੋਕ ਲਿਆਂਦੇ ਤਾਂ ਗਏ ਨੇ ਤੁਸੀਂ ਮੈਂ ਐਸੇ ਕਰਕੇ ਕਹਿ ਰਿਹਾ ਵੀ ਤੁਸੀਂ ਅਮਰਤਪਾਲ ਕਹਿੰਦੇ ਏਜੰਸੀਆਂ ਤੇ ਆਰਐਸਐਸ ਦਾ ਬੰਦਾ ਉਹਨੇ ਕੀਆ ਤੁਸੀਂ ਅੱਜ ਤੁਹਾਨੂੰ ਲੱਗਣ ਲੱਗਿਆ ਉੱਥੇ ਵਾਲ ਜਾ ਕੇ ਤੁਸੀਂ ਜਦੋਂ ਪਹਿਲਾਂ ਤਾਂ ਤੁਸੀਂ ਉਹਨਾਂ ਨਾਲ ਰਲ ਕੇ ਕੈਂਡੀਡੇਟ ਖੜਾ ਕਰਨ ਨੂੰ ਫਿਰਦੇ ਸੀਗੇ ਦੇਖੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਟੈਂਡ ਲੈਣਾ ਪਊਗਾ ਹੀ ਹੈਸ ਟੂ ਐਸਟੈਬਲਿਸ਼ ਹਿਮਸੈਲ ਮੈਂ ਬਾਦਲ ਸਾਹਿਬ ਦੇ ਉਦਨ ਗਿਆ ਉੱਥੇ ਬਰਸੀ ਦੇ ਤੇ ਮੈਂ ਆ ਹੀ ਕਹਿ ਗਿਆ ਸੀ ਮੈਂ ਕਿਹਾ ਤੁਹਾਨੂੰ ਇੱਕ ਲੇਗੇਸੀ ਬਹੁਤ ਵੱਡੀ ਮਿਲੀ ਹੈ ਬੜਾ ਬੈਨੀਫਿਟ ਹੈ ਬਾਦਲ ਸਾਹਿਬ ਦਾ ਨਾਮ ਤੁਹਾਡੇ ਨਾਲ ਤੁਸੀਂ ਉਹਨਾਂ ਦੇ ਉਹਨਾਂ ਦੇ ਪਰ ਓਡੀ ਵੱਡੀ ਜ਼ਿੰਮੇਵਾਰੀ ਹੈ ਸਾਹਿਬ ਦੇ ਆਰ ਵੈਰੀ ਲਾਰਜ ਸ਼ੂਜ਼ ਟੂ ਉਹਨਾਂ ਦੇ ਬਹੁਤ ਵੱਡੇ ਜਿਹੜਾ ਸ਼ਖਸੀਅਤ ਸੀ ਉਹ ਕ੍ਰੈਡੀਬਿਲਟੀ ਬਣਾਣੀ ਪਊਗੀ ਸੁਖਵੀਰ ਜੀ ਨੂੰ ਐਵੇਂ ਨਾ ਦੱਬੀ ਤੁਰਿਆ ਇੱਕ ਇੱਕ ਦਿਨ ਕਿਸੇ ਦੇ ਇਧਰ ਲਾ ਪਾਸਾ ਚੱਕ ਲਿਆ ਦੂਜੇ ਪਾਸੇ ਜਾਵੜੇ ਇੱਕ ਬੈਲੈਂਸਡ ਅਪਰੋਚ ਅਗਰ ਪੰਜਾਬ ਦੇ ਅੰਦਰ ਤੁਸੀਂ ਰਹਿਣਾ ਹੈ ਸਾ ਪੰਜਾਬ ਦੇ ਅੰਦਰ ਰੈਲੇਵੈਂਟ ਰਹਿਣਾ ਚਾਹੇ ਕਾਂਗਰਸ ਹੈ ਇੱਕ ਅੱਜ ਸੁਣ ਲਓ ਮੇਰ ਤੋਂ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਅਗਰ ਕਾਂਗਰਸ ਆਪਣੀ ਆਦਤ ਨਹੀਂ ਸੁਧਾਰਦੀ ਕਾਂਗਰਸ ਆਪਣੀ ਇਸ ਪੋਜੀਸ਼ਨ ਤੇ ਕਲੀਅਰ ਨਹੀਂ ਕਰਦੀ ਵੀ ਅਸੀਂ ਹਿੰਦੂਆਂ ਨੂੰ ਨੰਬਰ 2 ਦੇ ਨਹੀਂ ਮੰਨਦੇ ਸਭ ਜਦੋਂ ਤਾਈਂ ਇਸ ਗੱਲ ਦੀ ਮਾਫੀ ਨਹੀਂ ਮੈਂ ਮਾਫੀ ਤਾਂ ਨਹੀਂ ਮੰਗਦੀ ਪਰ ਕਹਿਣ ਵੀ ਆ ਸਾਡਾ ਮਨ ਨਹੀਂ ਆ ਅੰਬਿਕਾ ਸੋਨੀ ਦਾ ਸੀਗਾ ਆ ਚੰਨੀ ਕਰਕੇ ਹੋ ਗਿਆ ਆ ਸੁਖਜਿੰਦਰ ਹੰਦਾਵੇ ਆ ਇਹਨੇ ਵਡਿੰਗ ਨੇ ਕਰਾਤਾ ਅਸੀਂ ਇਹਦੇ ਨਾਲ ਸਹਿਮਤ ਨਹੀਂ ਉਦੋਂ ਤੋਂ ਹੀ ਪੈਰ ਨਹੀਂ ਲੱਗਦੇ ਸੁਖਬੀਰ ਬਾਦਲ ਨੂੰ ਇੱਥੇ ਸਾਰੇ ਸਮਾਜਾਂ ਦੀ ਬਾਦਲ ਸਾਹਿਬ ਨੂੰ ਇਮੀਡੀਏਟਲੀ ਆਫਟਰ ਜਿਹੜੇ ਆ ਟੈਰਰਿਜ਼ਮ ਵਾਲੇ ਦਿਨਾਂ ਦੇ ਬਾਅਦ 97 ਦੇ ਅੰਦਰ ਸ਼ਹਿਰਾਂ ਚੋਂ ਜ਼ਿਆਦਾ ਵੋਟਾਂ ਪਈਆਂ ਸੀਗੇ ਸਾਹਿਬ ਇਹਦੇ باوجود ਕਿ ਆ ਉਹ ਉੱਥੇ ਜਾ ਕੇ ਭੋਗਾਂ ਤੇ ਜਾਂਦੇ ਸੀਗੇ ਬਿਕਾਉਜ਼ ਲੋਕਾਂ ਨੇ ਸਮਝਿਆ ਵੀ ਆ ਇੱਕ ਸ਼ਖਸੀਅਤ ਹੈ ਜਿਹੜਾ ਸਾਰਿਆਂ ਦੇ ਇੰਟਰਸਟ ਪ੍ਰੋਟੈਕਟ ਕਰ ਸਕਦਾ ਹੈ Hindu ਸੇਫ ਸੀਗੇ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ एवरीवन ਹਰੇਕ ਵਰਗ ਜਦੋਂ ਤਾਈ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰੂਗਾ ਸਭ ਉਹ ਜਾ ਕੋਈ ਵੀ ਲੀਡਰ ਜਾਂ ਪਾਰਟੀ ਕਾਮਯਾਬ ਹੋ ਹੀ ਨਹੀਂ ਸਕਦੀ ਤੁਸੀਂ ਐਕਸਟ੍ਰੀਮ ਲੈ ਕੇ ਚੱਲ ਜਾਓ ਮੈਂ ਦਲਿਤਾਂ ਦਾ ਲੀਡਰ ਹਾਂ ਦਲਿਤਾਂ ਨਾਲ ਚਲਾ ਲੂੰਗਾ ਕੋਈ ਕਹਿੰਦਾ ਮੈਂ ਹਿੰਦੂਆਂ ਦਾ ਲੀਡਰ ਹਾਂ ਹਿੰਦੂਆਂ ਨਾਲ ਚਲਾ ਲੂੰਗਾ ਜੇ ਕੋਈ ਕੋਈ ਮੈਂ ਸਿੱਖ ਲੀਡਰਾਂ ਇਹ ਰੈਡੀਕਲ ਫੈਕਸ਼ਨ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ ਸਾਰਾ ਪੰਜਾਬ ਪੰਜਾਬ ਨੋ ਨੁਕਸਾਨ ਹੋਊਗਾ ਇਸ ਕਰਕੇ ਸਾਡੀ ਜ਼ਿੰਮੇਵਾਰੀ ਐਜ਼ ਅ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਮੈਂ ਕਹਿੰਦਾ ਵੀ ਅਕਾਲੀ ਦਲ ਦਾ ਵਜੂਦ ਇੱਕ ਅੱਛੇ ਲੀਡਰ ਉੱਤੇ ਦਾ ਲੋਡ ਹੈ ਆਮ ਨਾਟ ਸੇਇੰਗ ਵੀ ਸੁਹਿیر ਬਾਦਲ ਹੀ ਅੱਛੇ ਲੀਡਰ ਹੈ ਕੋਈ ਨਾ ਹੋਰ ਆ ਸਕਦਾ ਨਹੀਂ ਸਕਦਾ ਪਰ ਇੱਕ ਮਜ਼ਬੂਤ ਪੰਥ ਦੀ ਨੁਮਾਇੰਦਾ ਪੋਲਿਟੀਕਲ ਚੀਜ਼ ਵੀ ਚਾਹੀਦੀ ਹੈ ਸੀਰੀਅਸ ਪੋਲੀਟੀਸ਼ੀਅਨ ਚਾਹੀਦੇ ਆ ਲੋਕਾਂ ਨੇ ਵਿਸ਼ਵਾਸ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ 92 93 ਸੀਟਾਂ ਦੇ ਕੇ ਮਜ਼ਾਕ ਬਣਾ ਕੇ ਰੱਖਤਾ ਸੀਰੀਅਸ ਲੀਡਰਸ਼ਿਪ ਹੁੰਦੀ ਤਾਂ ਪੈਰ ਲਾ ਲੈਂਦੀ ਹੁਣ ਇਹਨਾਂ ਨੇ ਦੇਖਿਓ ਹਾਲ ਕੀ ਬਣਦਾ ਇੱਥੇ ਕਿਵੇਂ ਇਹਨਾਂ ਦਾ ਗ੍ਰਾਫ ਜਿਸ ਤਰ੍ਹਾਂ ਉੱਤੇ ਗਿਆ ਸੀ ਉਸ ਤੋਂ ਵੀ ਜ਼ਿਆਦਾ ਸਪੀਡ ਤੋਂ ਹੇਠਾਂ ਡਿੱਗੂਗਾ ਜਕਸਾਬ ਤੁਸੀਂ ਜਾਣੋ ਮੇਰਾ ਆਖਰੀ ਸਵਾਲ ਤੁਹਾਨੂੰ ਸੇਮ ਗੱਲ ਪ੍ਰਤਾਪ ਬਾਜਵਾ ਕਹਿ ਰਿਹਾ ਕਿ ਬੀਜੇਪੀ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਅਮਰਸਰਾਂ ਇਹ ਸਾਰਾ ਜਿਹੜਾ ਮਾਹੌਲ ਚੱਲ ਰਿਹਾ ਫਰਿੰਜ ਐਲੀਮੈਂਟ ਲਿਆ ਕੇ ਕਹਿੰਦੇ ਚਰਾਸੀ ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਐਕਸਪੈਰੀਮੈਂਟ ਸੋਸ਼ਲ ਜਿਹੜੀ ਇੰਜੀਨੀਅਰਿੰਗ ਜਾਂ ਰਿਲੀਜੀਅਸ ਇੰਜੀਨੀਅਰਿੰਗ ਕਰ ਰਹੀ ਹੈ ਬੀਜੇਪੀ ਕਹਿੰਦੇ ਉਹ ਉਹੀ ਵੀ ਮੰਨੇ ਹੋ ਕਿ ਕਾਂਗਰਸ ਤੋਂ ਉਹ ਗਲਤੀਆਂ ਹੋ ਗਈਆਂ ਉਹ ਸਾਰਾ ਭੁਗਤ ਲਿਆ ਹੁਣ ਕਹਿੰਦੇ ਉਸੇ ਮਾਡਲ ਵੱਲ ਨੂੰ ਜਿਹੜਾ ਪਿੱਛੇ ਮਾਡਲ ਵਾਪਰਿਆ ਸੀ ਸੁਣਦੇ ਨੇ ਆ ਜੇ ਗਲਤੀਆਂ ਆਪਣੀਆਂ ਮੰਨੀਆਂ ਨਹੀਂ ਸਾਬ ਉਹ ਜਿਹੜਾ ਜਿਹੜਾ ਹਾਲਾਤ ਵਿਗਾੜ ਰਹੀ ਹੈ ਕਾਂਗਰਸ ਵਿਗਾੜ ਰਹੀ ਹੈ ਹਿੰਦੂਆਂ ਨੂੰ ਧੱਕ ਰਹੀ ਹੈ ਇੱਕ ਪਾਸੇ ਵੀ ਹਿੰਦੂ ਕਾਂਗਰਸ ਨੂੰ ਐਕਸੈਪਟੇਬਲ ਨਹੀਂ ਹੈ ਸਾਬ ਇਹ ਪ੍ਰਤਾਜ ਬਾਜਵਾਜੀ ਵਰਗਿਆਂ ਦੀ ਸੋਚ ਹੈ ਮੈਂ ਨਾਮ ਨਹੀਂ ਲੈਣਾ ਮੈਂ ਕਿਹਾ ਤਿੰਨ ਗਤਾ ਆਗੇ ਛੱਟ ਦੇ ਅੰਦਰ ਇਹ ਵੀ ਉਸੇ ਕੈਟਾਗਰੀ ਚ ਆਂਦੇ ਇਹਨਾਂ ਦਾ ਦਾ ਨਹੀਂ ਲੱਗਿਆ ਪਰ ਇਹਨਾਂ ਨੇ ਉੱਥੇ ਜਿਹੜੀ ਉਹ ਐਸਡਬੀਸੀ ਮੈਂਬਰ ਦੇ ਨਾਲ ਜਾ ਕੇ ਕਿ ਦੇਖਿਓ ਜੀ ਕਿਤੇ ਅਜ ਆਖੜਾ ਨਾ ਬਣ ਜੇ ਇਹ ਵੀ ਉਹਨਾਂ ਚ ਸੀਗੇ ਇਹ ਸਾਬ ਇਹਨਾਂ ਦੇ ਦਿਲ ਦੇ ਅੰਦਰ ਜਿਹੜੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਹਿੰਦੂਆਂ ਦੇ ਪ੍ਰਤੀ ਨਫ਼ਰਤ ਭਰੀ ਬੈਠੀ ਹੈ ਉਹ ਆ ਬਿਜੀ ਜਾਂਦੇ ਆ ਦੈਟ ਇਜ਼ ਆਲਸੋ ਐਸ ਬੈਡ ਇੰਨੀ ਬੁਰੀ ਆ ਜਿੰਨੀ ਕੋਈ ਇੱਥੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਭਾਵਨਾ ਕ੍ਰੀਏਟ ਹੁੰਦੀ ਆ ਸਾਬ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਪਹਿਰਾ ਦੇਣ ਪੰਜਾਬੀਅਤ ਜਿਹੜਾ ਨਾਮ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸੋਚ ਤੇ ਚੱਲੀਏ ਤੇ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਸਬਕ ਸਿਖਾਈਏ ਸਾ ਇਹਨਾਂ ਨੇ ਪ੍ਰਤਾਪ ਬਾਜਵੇ ਨੇ ਸਾਰੇ ਲੀਡਰ ਮਾਰ ਕੇ ਆਪਣਾ ਰਾਹ ਖਾਲੀ ਕੀਤਾ ਕਿਸੇ ਦੇ ਸਗੇ ਨਹੀਂ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਸਿਮਨਜੀਤ ਮਾਨ ਲੜ ਰਹੇ ਨੇ ਅਮਰਤਪਾਲ ਲੜ ਰਹੇ ਨੇ ਹੋਰ ਵੀ ਉਹਨਾਂ ਦੇ ਇੱਕ ਦੋ ਕੈਂਡੀਡੇਟ ਨਫਰੀਦਕੋਟ ਤੋਂ ਵੀ ਲੜ ਰਹੇ ਨੇਗੇ ਬਿਆਨ ਸਿੰਘ ਦੇ ਜਿਹੜੇ ਬੇਟੇ ਨੇ ਅ ਹੋਰ ਵੀ ਸੀਟਾਂ ਦੇ ਉੱਤੇ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੀ ਪੋਲਿਟਿਕਸ ਮੈਂ ਸਮਝਦਾ ਪੰਜਾਬ ਦੇ ਲੋਕ ਜਿਹੜੇ ਐ ਇੱਥੋਂ ਜਾ ਕੇ ਯੂਰਪ ਜਾਂਦੇ ਐ ਅਮਰੀਕਾ ਕੈਨੇਡਾ ਜਾਂਦੇ ਐ ਦੇ ਆਰ ਲੁਕਿੰਗ ਫਾਰ ਅ ਬੈਟਰ ਲਾਈਫ ਕਿਹੜਾ ਬੰਦਾ ਦੇ ਸਕਦਾ ਸਰ ਉਹ ਫੈਸਲਾ ਹੋਣਾ ਚਾਹੀਦਾ ਜੇ ਅਗਰ ਸਿਮਰਤਜੀਤ ਸਿੰਘ ਮਾਨ ਸ਼ੋਰ ਕਰਦੇ ਆ ਵੀ ਮੈਂ ਲੋਕਾਂ ਨੂੰ ਇੱਕ ਵਧੀਆ ਡੀਗਨਿਟੀ ਡਿਗਨੀਫਾਈਡ ਲਾਈਫ ਦੇ ਸਕਦਾ ਪੰਜਾਬੀਆਂ ਨੂੰ ਜਿਹੜੀ ਪੰਜਾਬ ਦੇ ਪੰਜਾਬ ਦੇ ਲੋਕ ਮੈਂ ਕਿਹਾ ਉਸ ਦਿਨ ਪ੍ਰਧਾਨ ਮੰਤਰੀ ਤੁਸੀਂ ਮੈਂ ਕਿਹਾ ਪੰਜਾਬ ਹਿੰਦੁਸਤਾਨ ਦੇ ਅੰਦਰ ਐਸਪੀਰੇਸ਼ਨਲ ਡਿਸਟ੍ਰਿਕਟ ਮਾਰਕ ਕੀਤੇ ਸਾਡਾ ਤਾਂ ਪੰਜਾਬ ਹੀ ਐਸਪੀਰੇਸ਼ਨਲ ਸਭ ਸਾਰੇ ਤੋਂ ਅੱਗੇ ਹੁੰਨੇ ਸੀ ਸਾਡਾ ਅਸੀਂ ਪੰਜਾਬੀ ਗਲਤ ਕੰਮ ਹੋਵੇ ਠੀਕ ਹੋਵੇ ਅਸੀਂ ਅੱਗੇ ਹੁੰਨੇ ਹਾਂ ਸਭ ਤੋਂ ਅੱਗੇ ਹੁੰਨੇ ਹਾਂ ਸੋ ਸਾਨੂੰ ਅੱਜ ਲੋੜ ਹੈ ਸਾਹਿਬ ਜਿਹੜਾ ਬੰਦਾ ਸਾਨੂੰ ਬੈਟਰ ਲਾਈਫ ਦੇ ਸਕੇ ਕਿਸਾਨ ਨੂੰ ਜ਼ਿਆਦਾ ਇਨਕਮ ਦੇ ਕੇ ਉਹਦੀ ਜ਼ਿੰਦਗੀ ਸੁਧਾਰ ਸਕੇ ਇਹਨਾਂ ਚੋਂ ਕੋਈ ਦੇ ਸਕਦੇ ਸਾਂ ਇਹ ਤਾਂ ਆਪਦੀ ਜਾਨ ਬਚਾ ਰਹੇ ਸਭ ਸੰਵਿਧਾਨ ਨਹੀਂ ਬਚਾ ਰਹੇ ਆਪਣੀ ਜਾਨ ਬਚਾ ਰਹੇ ਵੀ ਸਾਡੇ ਤੇ ਕੇਸ ਨਾ ਹੋਵੇ ਇਹ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਐਵੇਂ ਪ੍ਰਾਂਤੀਆਂ ਸਾਬ ਮੈਂ ਸਮਝਦਾ ਮੇਰੀ ਅਸਮਪਸ਼ਨ ਹੈ ਸਾਬ ਮਨ ਨੂੰ ਕਿਸੇ ਨੇ ਨਹੀਂ ਕਿਹਾ ਵੀ ਤੈਨੂੰ ਇਸ ਕਰਕੇ ਬਣਾਇਆ ਮੈਂ ਜਦੋਂ ਮਨ ਨੂੰ ਇਹਨਾਂ ਨੇ ਬਣਾਇਆ ਨਾ ਮੈਂ ਕਿਹਾ ਵੀ ਮੈਂ ਕੋਈ ਹਿੰਦੂ ਚਿਹਰਾ ਕਰਕੇ ਨਹੀਂ ਬਣਾਇਆ ਆ ਇੱਕ ਬੀਜੇਪੀ ਦੀ ਸੋਚ ਪੰਜਾਬ ਥਿਸ ਇਜ਼ ਆਈ ਥਿੰਕ ਦਿਸ ਪੰਜਾਬ ਬੀਜੇਪੀ ਇਸ ਦਾ ਕੈਰੈਕਟਰ ਜਿਹੜਾ ਹੈ ਇੱਕ ਪੈਨ ਪੰਜਾਬ ਕੈਰੈਕਟਰ ਹੈ ਜਿਸ ਤੇ ਸਾਰਿਆਂ ਦੇ ਭਰੋਸਾ ਲੈ ਕੇ ਅੱਗੇ ਵਧਿਆ ਜਾ ਸਕੇ ਇਹਦੇ ਵਿੱਚ ਇਹ ਜਿਹੜੀ ਭਰਮ ਪ੍ਰਾਂਤੀਆਂ ਫਲਾਈ ਜਾ ਰਹੇ ਸਭ ਕੋਈ ਜਗ੍ਹਾ ਨਹੀਂ ਨਹੀਂ ਤਾਂ ਕਿਸੇ ਨੂੰ ਬਣਾ ਲੈਂਦੇ ਸੁਨੀਲ ਕੁੜ ਕਿਹੜੀ ਮੈਂ ਤਾਂ ਕਹਿੰਦਾ ਵੋਟਾਂ ਦਾ ਪਾਂਡੀਆਂ ਨਹੀਂ ਕੋਈ ਮੇਰੇ ਕੋਲ ਤਾਂ ਕੋਈ ਵੋਟ ਬੈਂਕ ਹੈ ਨਹੀਂ ਇਟ ਇਜ਼ ਓਨਲੀ ਅ ਮੈਸੇਜ ਵੀ ਆਪਾਂ ਆਓ ਪੰਜਾਬ ਦੇ ਖਦਸੇ ਦੂਰ ਕਰਾਂਗੇ ਚਾਹੇ ਕਰਤਾਰਪੁਰ ਲਾਂਘੇ ਤੋਂ ਲੈ ਕੇ ਤੁਸੀਂ ਜੇ ਤੁਸੀਂ ਉੱਥੇ ਲਾਲ ਕਿਲੇ ਦੇ ਉੱਤੇ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪर्व ਮਨਾਣਿਆ ਸਾਬ ਜੇ ਨਹੀਂ ਤੋ ਰੈਡੀਕਲ ਤੁਸੀਂ ਹਿੰਦੂਇਤਵ ਦਾ ਪਾਠ ਹੁੰਦੀ ਤੇ ਉੱਥੇ ਰਮਾਇਣ ਦਾ ਪਾਠ ਨਾ ਰੱਖਿਆ ਹੁੰਦਾ ਸੋ ਐਵੇਂ ਪ੍ਰਾਂਤੀਆਂ ਫਲਾਈਆਂ ਸਾਬ ਪ੍ਰਾਂਤੀਆਂ ਨਾਲ ਮੈਂ ਇਹੀ ਪੁੱਛ ਰਿਹਾਗਾ ਕੀ ਤੁਹਾਨੂੰ ਲੱਗਦਾ ਆਰਐਸਐਸ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦੇ ਅੰਦਰ ਇੱਕ ਵਰਗ ਆ ਜਿਹੜਾ ਉਹਨੂੰ ਬੜੇ ਹੀ ਹੋਰ ਤਰੀਕੇ ਨਾਲ ਤੁਹਾਨੂੰ ਵੀ ਪਤਾਗਾ ਤੁਸੀਂ ਕਾਂਗਰਸ 'ਚ ਰਹੇ ਹੋ ਇਹ ਗੱਲ ਟੁੱਟ ਜਾਏਗੀ ਦੂਜੀ ਗੱਲ ਕਿਸਾਨੀ ਵਾਲੀ ਜੁੜਗੀ ਅੰਦੋਲਨ ਕਰਕੇ ਇੱਕ ਵਰਗ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਮੈਂ ਕਹਾ ਇਸ ਮਸਲੇ ਦੇ ਉੱਤੇ ਐ ਸੋਚਦਾ ਕਿ ਸ਼ਾਇਦ ਬੀਜੇਪੀ ਸਾਡੇ ਖਿਲਾਫ ਕੋਈ ਸਾਜ਼ਿਸ਼ ਕਰ ਰਹੀ ਹੈ ਉਹਨਾਂ ਨੂੰ ਖਦਸ਼ਾ ਆਤਾ ਖਦਸੇ ਦੇਖੋ ਸਮੇਂ ਨਾਲ ਦੂਰ ਹੁੰਦੇ ਜਦੋਂ 84 ਜੇ ਆਪਰੇਸ਼ਨ ਬਲੂ ਸਟਾਰ ਹੋਇਆ ਦਿੱਲੀ ਦੇ ਅੰਦਰ ਕਤਲੋਗਰਤ ਹੋਈ ਉਦੋਂ ਤੁਹਾਨੂੰ ਲੱਗਦਾ ਸੀ ਵੀ ਲੋਕ ਕਾਂਗਰਸ ਨੂੰ ਮਾਫ ਕਰ ਦੇਣਗੇ ਉਹ ਤਾਂ ਫੈਕਟ ਸੀਗੇ ਸਾਬ ਆ ਤਾਂ ਖਦਸੇ ਹੀ ਹੈ ਖਦਸੀਆ ਵੀ ਦੂਰ ਦੂਰ ਹੋ ਜਾਣਗੇ ਸਾਹਿਬ ਮੈਂ ਸਮਝਦਾ ਉਹ ਖਦਸੀਆ ਨੂੰ ਦੂਰ ਕਰਨ ਦਾ ਇੱਕ ਸਨੇ ਉਹਨਾਂ ਨੇ ਲਾਇਆ ਸੁਨੀਲ ਜਾਖੜ ਦੇ ਪ੍ਰਤੀ ਵੀ ਅਸੀਂ ਕੋਈ ਐਕਸਟ੍ਰੀਮ ਐਲੀਮੈਂਟ ਕਿਉਂਕਿ ਮਨ ਤਾਂ ਕੋਈ ਨਾ ਤੋਂ ਹਿੰਦੂ ਹਿੰਦੂ ਨਹੀਂ ਮੰਨਦੇ ਕਾਂਗਰਸ ਵਾਲੇ ਮਨੂੰ ਨਾ ਹਿੰਦੂ ਨਹੀਂ ਮੰਨਦੇ ਸਿੱਖ ਨਹੀਂ ਮੰਨਦੇ ਸਾਰੇ ਜਿਹਦੇ ਨੂੰ ਲੱਗਦਾ ਜਾਟ ਹੈ ਇਸ ਕਰਕੇ ਮਨੂੰ ਬਣਾਇਆ ਹੈ ਵੀ ਆ ਇੱਕ ਮੈਸੇਜ ਹੈ ਸਾਡੇ ਵਾਸਤੇ ਸਾਰੇ ਪੰਜਾਬੀ ਇੱਕ ਰਹੇ ਸਾਝਾ ਹੁੰਦਾ ਜਾਖੜ ਉਸ ਨੂੰ ਵੀ ਕਹਿ ਲੋ ਮੈਂ ਸਮਝਦਾ ਅਦਰ ਥੈਨ ਥੈਟ ਮੇਰੇ ਕੋਲ ਕੋਈ ਵੋਟ ਬੈਂਕ ਹੈ ਨਹੀਂ ਸਾਹਿਬ ਮੇਰੇ ਕੋਲ ਕੋਈ ਵੋਟਾਂ ਦੀ ਪੰਡ ਹੈ ਨਹੀਂ ਮੇਰੇ ਕੋਲ ਤੇ ਇੱਕ ਸੋਚ ਹੈ ਵੀ ਪੰਜਾਬ ਦਾ ਭਲਾ ਕਰ ਜਾਈਏ ਥੈਟ ਇਜ਼ ਬੀਜਪੀ ਦੀ ਸੋਚ ਮੈਂ ਸਮਝਦਾ ਸਭ ਧੰਨਵਾਦ ਆਕਰ ਸਾਹਿਬ ਬਹੁਤ ਬਹੁਤ ਤੁਹਾਡੇ ਸਟੂਡੀਓ ਆਉਣ ਲਈ ਬਹੁਤ ਧੰਨਵਾਦ ਨਹੀਂ थैंक यू ਸਰ ਔਰ ਤੁਹਾਨੂੰ ਇਹ ਦੇਖਿਆ ਜਾਂਦਾ ਪੰਜਾਬ ਜਿਉ ਤੁਸੀਂ ਕਾਂਗਰਸ ਚ ਵੀ ਹੁੰਦੇ ਸੀ ਇਹ ਮੈਂ ਤੁਹਾਡੇ ਤੇ ਕੰਪਲੀਮੈਂਟਿੰਗ ਦਿਊਗਾ ਕਿ ਤੁਹਾਨੂੰ ਜੇ ਤੁਸੀਂ ਕਾਂਗਰਸ ਚ ਵੀ ਸੀ ਜਾਂ ਤੁਸੀਂ ਬੀਜੇਪੀ ਚੋ ਤੁਹਾਨੂੰ ਬਾਕੀ ਪੋਲੀਟੀਕਲ ਜਮਾਤਾਂ ਨਾਲੋਂ ਅਲੱਗ ਜ਼ਰੂਰ ਦੇਖਿਆ ਜਾਂਦਾ ਤੁਹਾਡੀਆਂ ਲੋਚਨਾਵਾਂ ਬਹੁਤ ਸਾਰੀਆਂ ਹੋਣਗੀਆਂ ਪਰ ਇੱਕ ਲੈਵਲ ਦੇ ਉੱਤੇ ਤੁਹਾਨੂੰ ਦੇਖਦੇ ਆ ਕਿ ਤੁਸੀਂ ਬਲੂ ਦੀ 벨ਟ ਕਦੇ ਪੋਲੀਟਿਕਸ ਕੀਤੀ ਨਹੀਂ ਕੋਸ਼ਿਸ਼ ਹੈ ਪੰਜਾਬ ਦਾ ਜਦੋਂ ਤੋਂ ਇਹ ਰਾਜਨੀਤੀ ਚ ਆ ਕੋਈ ਨਾ ਕੋਈ ਠੀਕ ਕੰਮ ਕਰ ਜਾਈਏ ਜਿਹਦੇ ਵਾਸਤੇ ਕੋਈ ਸਾਰਥਕ ਹੋ ਸਕੇ ਪੋਲੀਟੀਕਲ ਲਾਈਫ ਤੇ ਉਹਦਾ ਇੱਕ ਮੈਂ ਆਖਰੀ ਇਨਸਟੈਂਸ ਤੁਹਾਨੂੰ ਸੁਣਾ ਦਿਆ ਸੁਣਾਓ ਚਲੋ ਚੈਵ ਆਫ ધ ਰਿਕਾਰਡ ਬੀਟਵੀਨ ਯੂ ਐਂਡ ਮੀ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਮਨੂੰ ਸੀਐਲਪੀ ਲੀਡਰ ਤੋਂ ਉਤਾਰਿਆ ਗਿਆ ਮੇਰੇ ਕੋਲ ਬਾਦਲ ਸਾਹਿਬ ਦਾ ਫੋਨ ਆਇਆ ਉਸ ਦਿਨ ਰਾਤ ਨੂੰ ਉਸ ਦਿਨ ਉਹਨਾਂ ਨੇ ਅਪਾਇੰਟ ਕਰਤਾ ਸੀਗਾ ਪਹਿਲਾਂ ਤਾਂ ਆਇਆ ਜਦੋਂ ਮਨੂੰ ਉਤਾਰਿਆ ਕੁਝ ਦਿਨਾਂ ਬਾਅਦ 1.5 ਮਹੀਨੇ ਬਾਅਦ ਜਦੋਂ ਦੁਬਾਰਾ ਉਦੋਂ ਨੇ ਬਹੁਤ ਮਾੜਾ ਹੋਇਆ ਜੈਕਟ ਸਾਹਿਬ ਜਦੋਂ ਇਹਨੂੰ ਚੰਨੀ ਜੀ ਨੂੰ ਬਣਾਇਆ ਸੀ ਉਸ ਦਿਨ ਰਾਤ ਨੂੰ ਮੇਰੇ ਕੋਲ ਟੈਲੀਫੋਨ ਆਇਆ ਬਾਈ ਦ ਸਾਹਦਾ ਬਾਈ ਸੀਐਮ ਸਾਹ ਬੋਲ ਕਰਨਗੇ ਕਿਉਂਕਿ ਉਸੇ ਦਿਨ ਸਾਡੇ ਉ ਭੀਮਟਾਂਕ ਹੋਇਆ ਸੀਗਾ ਉਸੇ ਦਿਨ ਵੀ ਮੈਂ ਉਥੇ ਧਰਨਾ ਲਾ ਕੇ ਤੇ ਬਹੁਤ ਕੁਛ ਗੁੱਸੇ ਚ ਉਹ ਤੇ ਬੋਲੇ ਆ ਬਿਆ ਕਿਉਂਕਿ ਇਹਨਾਂ ਦਾ ਅਕਾਲੀ ਦਲ ਦਾ ਉਹ ਹਲਕਾ ਇੰਚਾਰਜ ਸੀਗਾ ਵੀ ਇਸ ਕਰਕੇ ਗ੍ਰਿਫਤਾਰ ਨਹੀਂ ਹੋ ਰਿਹਾ ਤੇ ਇਹਨੂੰ ਅਸੀਂ ਗ੍ਰਿਫਤਾਰ ਕਰਾਵਾਂਗੇ ਤੇ ਕਈਆਂ ਨੇ ਕਿਹਾ ਬੜਾ ਬੋਲ ਗਿਆ ਸੁਣੀ ਲਾ ਜੀ ਤੁਸੀਂ ਮੈਨੂੰ ਐਸ ਬਾਦ ਸਾਹ ਫੋਨ ਆਇਆ ਮੈਂ ਕਿਹਾ ਗੁਲਾਮਾਂ ਦੇਣਗੇ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਜਾਖੜ ਸਾਹ ਪਰ ਉਹ ਕਹਿੰਦੇ ਮੈਨੂੰ ਉਹਨਾਂ ਨੇ ਫੋਨ ਚੱਕ ਕੇ ਕਹਿੰਦੇ ਮੈਨੂੰ ਬਹੁਤ ਅਫਸੋਸ ਹੈ ਜਾਖੜ ਸਾਹ ਮੈਂ ਕਿਆ ਸਰ ਕੋਈ ਅਫਸੋਸ ਵਾਲੀ ਗੱਲ ਤਾਂ ਨਹੀਂ ਹੋਣੀ ਚਾਹੀਦੀ ਜੋ ਕੁਝ ਆ ਮੈਂ ਕਿਆ ਤੁਹਾਨੂੰ ਪੂਰੀ ਸਿਚੁਏਸ਼ਨ ਦਾ ਪਤਾ ਨਹੀਂ ਉੱਥੇ ਹੋਇਆ ਕੀ ਹੈ ਕਹਿੰਦੇ ਨਹੀਂ ਨਹੀਂ ਮੈਨੂੰ ਸਾਰਾ ਧਿਆਨ ਹੈ ਜਕਰ ਸਾਹਿਬ ਪਰ ਮੇਰੇ ਦਿਲ ਨੂੰ ਬੜੀ ਠੇਸ ਲੱਗੀ ਮੈਂ ਫੇਰ ਕਿਆ ਮੈਂ ਕਹਿੰਦਾ ਨਹੀਂ ਜੋ ਠੇਸ ਵਾਲੀ ਗੱਲ ਨਹੀਂ ਮੈਂ ਜੋ ਕੁਝ ਹੋ ਰਿਹਾ ਹੈ ਬਿਲਕੁਲ ਨੀਡ ਟੂ ਬੀ ਡਨ ਕਹਿੰਦੇ ਇੱਕ ਦੋ ਵਾਰੀ ਇਸ ਤਰ੍ਹਾਂ ਗਾਂ ਪਛਾਇਤ ਮੈਂ ਰਿਅਲਾਈਜ਼ ਵੀ ਅਸੀਂ ਦੋਨੋਂ ਅੱਡ ਅੱਡ ਵੇਵ ਲੈਂਥ ਦੇ ਬੋਲ ਰਹੇ ਹਾਂ ਮੈਂ ਕਿ ਫੇਰ ਮਨੂੰ ਲੱਗਿਆ ਉਹ ਬਾਦਲ ਸਾਹਿਬ ਕਹਿੰਦੇ ਜਕਰ ਸਾਹਿਬ ਤੁਹਾਨੂੰ ਆ ਜਿਹੜਾ ਤੁਹਾਨੂੰ ਤਾਰ ਕੇ ਤੇ ਇਹਨੂੰ ਬਣਾਤਾ ਮੈਂ ਕਿਹਾ ਹਰਲੋ ਬਚਾ ਮੇਰੇ ਮੈਂ ਕਿਹਾ ਚਲੋ ਦੇਸੀ ਨਹੀਂ ਰਾਜਮੀ ਮਨੂੰ ਗੁਲਾਮਾਂ ਦੇਣ ਕੋਈ ਪਰ ਉਹ ਕਹਿੰਦੇ ਨਹੀਂ ਮੈਂ ਤਾਂ ਆਸ਼ ਕਰਕੇ ਕੀਤਾ ਸੀ ਵੀ ਆ ਠੀਕ ਨਹੀਂ ਹੋਇਆ ਮੈਂ ਕਿਹਾ ਜੀ ਠੀਕ ਨਹੀਂ ਹਰੇਕ ਨੂੰ ਮੌਕੇ ਦੀ ਚਾ ਕਹਿੰਦਾ ਨਹੀਂ ਨਹੀਂ ਮੈਂ ਦੇਖੋ ਤੁਹਾਡੇ ਪਿਤਾ ਤੋਂ ਲੈ ਕੇ ਹੁਣ ਤਾਈ ਮੈਂ ਬਹੁਤ ਲੀਡਰ ਆਫ اپੋਜੀਸ਼ਨ ਦੇਖਿਆ ਬਟ ਮੈਂ ਸਮਝਦਾ ਵੀ ਬਹੁਤ ਕਾਂਗਰਸ ਨੇ ਬੇਵਕੂਫ ਕੀਤੀ ਇੱਕ ਦੋ ਵਾਰ ਇਸ ਤਰ੍ਹਾਂ ਗੱਲ ਕੀਤੀ ਮੈਂ ਕਿਤੇ ਇੱਕ ਦੋ ਵਾਰੀ ਦੋ ਵਾਰੀ ਜਦੋਂ ਇੱਤੀ ਜੀ ਵਾਰੀ ਮੈਨੂੰ ਹੌਸਲਾ ਮੈਂ ਕਿਹਾ ਕਿਤੇ ਬਾਦਲ ਸਾਹਿਬ ਤੁਸੀਂ ਆਹ ਗੱਲ 6 ਮਹੀਨੇ ਪਹਿਲੇ ਮੇਰੇ ਪਿਤਾ ਚੋਸਾ ਨੂੰ ਕਹਿ ਦਿੰਦੇ ਤਾਂ ਮੈਂ ਕਿ ਮੇਰਾ politcal life ਸਾਰਥਕ ਹੋ ਜਾਣੀ ਸੀ ਤੇ ਕਹਿੰਦੇ ਨਹੀਂ ਨਹੀਂ ਚੋਸਾ ਨੂੰ ਕਿਹੜਾ ਪਤਾ ਨਹੀਂ ਮੈਂ ਕਹਿੰਦਾ ਚੋਸਾ ਨੂੰ ਪਤਾ ਹੁਣ ਕਹਿੰਦਾ ਨਹੀਂ ਨਹੀਂ ਪਤਾ ਨਹੀਂ ਜਿਹੜੇ ਲੋਕ ਦੱਸ ਦੇਣ ਮੈਂ ਕਹਿੰਦਾ ਲੋਕਾਂ ਦਾ ਦੱਸਣਾ ਇੱਕ ਹੋਰ ਹੁੰਦਾ ਥੋੜੇ ਮੂੰਹੋਂ ਸੁਣਨੀ ਕਿ ਹੋਰ ਗੱਲ ਹੈ ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਸਾਰਾ ਪਤਾ ਹੈ ਗੱਲ ਕਰਕੇ ਉਹਨਾਂ ਨੇ ਫੋਨ ਬੰਦ ਹੋ ਗਿਆ ਮੈਂ थैंक यू ਤੁਹਾਡੇ ਵਰਗਾ ਕਹਿੰਦਾ ਮੈਂ ਐਡਾ ਕਾਬਿਲ ਐਡਾ ਨਹੀਂ ਦੇਖਿਆ ਯੂਰਡਨ ਮਾਰਵਲਸ ਜੌਬ थैंक यू ਦੋ ਦਿਨਾਂ ਬਾਅਦ ਮੇਰੇ ਕੋਲ ਫੋਨ ਆnderਨਾਂ ਦੇ ਪੀਆ ਦਾ ਤੇ ਉਹ ਕਹਿੰਦੇ ਕਹਿੰਦੇ ਸੀਐਮ ਸਾਹਿਬ ਚੋਹ ਸਾਹਿਬ ਦਾ ਐਡਰੈਸ ਪੁੱਛ ਰਹੇ ਦਿੱਲੀ ਚ ਅੱਛਾ ਮੈਂ ਕਿਹਾ ਮੇਰੀ ਗੱਲ ਕਰਾ ਦਿਓ ਕਹਿੰਦੀ ਮੀਟਿੰਗ ਚ ਹੈ ਮੈਂ ਕਿਹਾ ਬਾਅਦ ਚ ਫ੍ਰੀ ਹਾਂ ਕਰਾ ਦਿਓ ਜਦੋਂ ਬਾਅਦ ਚ ਗੱਲ ਹੋਈ ਤੇ ਕਹਿੰਦਾ ਮੈਂ ਜਾਣਾ ਸੀ ਚੋਸ ਸਾਹਿਬ ਨੂੰ ਮੈਂ ਕਹਾਂ ਜੀ ਤੁਸੀਂ ਥੈਂਕ ਯੂ ਜਿਹੜੀ ਤੁਸੀਂ ਬਹੁਤ ਵਡਿਆਈ ਹੈ ਤੁਹਾਡੀ ਵੀ ਮੇਰੀ ਗੱਲ ਤੁਸੀਂ ਨੋਟਿਸ ਕੀਤੀ ਤੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਪਰ ਮੈਂ ਕਹਾਂ ਜੀ ਮੈਂ ਕਿਹਾ ਸੀ 6 ਮਹੀਨੇ ਪਹਿਲੇ ਕਹਿੰਦਾ ਕੀ ਗੱਲ ਹੋ ਗਈ ਮੈਂ ਕਹਾਂ ਜੀ ਉਹਨਾਂ ਦੇ ਸਟ੍ਰੋਕ ਹੋ ਗਿਆ ਹੀ ਇਸ ਨਾਟ ਇਨ oppositon ਕਹਿੰਦੇ ਅੱਛਾ ਮੇਰੇ ਵਾਸਤੇ ਸੀ ਵੀ ਇੱਕ ਚੀਫ ਮਿਨਿਸਟਰ ਜਾ ਕੇ ਮੇਰੇ ਪਿਤਾ ਨੂੰ ਆਹ ਦੱਸੇ ਵੀ ਤੁਹਾਡੇ ਬੇਟੇ ਨੇ ਐਜ਼ ਅ ਲੀਡਰ ਆਫ oppositon ਵਧੀਆ ਰੋਲ ਨਹੀਂ ਪਾਇਆ ਮੇਗਾ ਮਿਰਤ ਰਾਜਨੀਤਿਕ ਲਾਈਫ ਸਫਲ ਹੋ ਗਈ 15 ਸਾਲ ਦੀ ਮੈਂ ਕਿ ਦੇਖ ਕੇ ਜੋ ਉਹ ਵੀ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਜਿਹੜੇ ਕਹਿ ਰਹੇ ਸੋ ਆ ਇੱਕ ਰਾਜਨੀਤੀ ਦਾ ਮੈਂ ਸਮਝਦਾ ਮਿਰਤ ਆ ਹੀ ਕੋਸ਼ਿਸ਼ ਰਹੀ ਹੈ ਸਭ ਗਲਤੀਆਂ ਹਰੇ ਕੋਈ ਕਰਦਾ ਮੈਂ ਵੀ ਬਹੁਤ ਕੀਤੀਆਂ ਨੇ ਬਹੁਤ ਕੀਤੀਆਂ ਨੇ ਬਟ ਬੇਸਿਕ ਕੋਸ਼ਿਸ਼ ਕਰੀਦੀ ਹੈ ਵੀ ਉਸ ਲੇਗੇਸੀ ਨੂੰ ਲਾਈਵ ਰੱਖ ਸਕੀ ਜਿਹਦੇ ਬਿਨਾ ਤੇ ਅੱਜ ਤੁਹਾਡੇ ਕੋਲ ਇੱਥੇ ਬੈਠੇ ਆਂ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਸਭ ਤਾਂ ਇਹ ਸੰਨ ਸਨੀਲ ਜਾਖੜ ਜਿਹੜੇ ਬਿਲਕੁਲ ਸਿੱਧੇ ਸਾਫ਼ ਤੇ ਸਪਸ਼ਟ ਨੇ ਜਿਹੜੀ ਗੱਲ ਕਹਿੰਦੇ ਨੇ ਜਲੇਬੀ ਬਣਾ ਕੇ ਨਹੀਂ ਕਹਿੰਦੇ ਪੋਲਿਟਿਸ਼ਨਾਂ ਬਾਬੂ ਜੋ ਵੀ ਕਹਿੰਦੇ ਨੇ ਠੋਕ ਕੇ ਕਹਿੰਦੇ ਨੇ ਤੇ ਆਪਣੀ ਗੱਲ ਉਹਨਾਂ ਨੇ ਕਹੀ ਹੈ ਕਿ ਕਿਸਾਨੀ ਦਾ ਮਸਲਾ ਵੀ ਜੇ ਕੋਈ ਗੜਬੜ ਹੋਏਗੀ ਜਿਹਦਾ ਖਦਸ਼ਾਗਾ ਉਹਦੇ 'ਚ ਮੈਂ ਸਭ ਤੋਂ ਪਹਿਲਾਂ ਅੱਗੇ ਹੋਵਾਂਗਾ ਮੈਂ ਖੁਦ ਕਿਸਾਨ ਹਾਂ ਔਰ ਉਹਨਾਂ ਦਾ ਕਹਿਣਾ ਪੰਜਾਬ ਦੇ ਅੰਦਰ ਬੀਜੇਪੀ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰ ਰਹੀ ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਅਸੀਂ ਪੰਜਾਬ ਦੀ ਸਾਂਝੀ ਵਾਲਤਾ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਕਹਿਣਾ ਇਸ ਇਲੈਕਸ਼ਨ ਚ ਬੀਜੇਪੀ ਬਹੁਤ ਚੰਗਾ ਪਰਫਾਰਮ ਕਰੇ